ਟੌਪ ਪੰਜਾਬੀ ਪੌਡਕਾਸਟ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸਾਡੇ ਨਾਲ ਜਿਹੜੇ ਮੁੱਖ ਮਹਿਮਾਨ ਨੇ ਉਹਨਾਂ ਨਾਮ ਵਿਦੇਸ਼ਾਂ ਵਿੱਚ ਦੇਸ਼ ਦੇ ਵਿੱਚ ਬਹੁਤ ਆ, ਸਾਰੇ ਲੋਕ ਉਹਨਾਂ ਨੂੰ ਜਾਣਦੇ ਨੇ, ਸਾਰੇ ਪਿਆਰ ਕਰਦੇ ਨੇ। ਸਾਡੇ ਨਾਲ ਮੌਜੂਦ ਨੇ ਸਰਦਾਰ ਮੇਵਾ ਸਿੰਘ ਪਾਲੀਆ ਕਵੀਸਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਹੋ ਜੀ? ਐਨ ਚੜ੍ਹਦੀ ਕਲਾ ਜੀ। ਬਾਪੂ ਜੀ, ਤੁਸੀਂ ਦੱਸੋ ਤੁਹਾਡੀ ਮਤਲਬ ਕਵੀਸਰੀ ਦੀ ਸ਼ੁਰੂਆਤ ਤੁਹਾਡੀ ਕਦੋਂ ਹੋਈ? ਤੁਸੀਂ ਕਵੀਸਰੇ ਮੰਨ ਬਾਰੇ ਸੋਚਿਆ ਸੀ ਜਾਂ ਵੀ ਸਿੰਗਰ ਬਣਨ ਦੀ ਤੁਹਾਨੂੰ ਪਹਿਲਾਂ ਜਾਂ ਵੀ ਦੂਏ ਗਾਣੇ ਗਾਉਣ ਤੇ? ਨਹੀਂ, ਪਹਿਲਾਂ ਤਾਂ ਕੁਛ ਵੀ ਨਹੀਂ ਸੀ ਸੋਚਿਆ ਅਸਲ ਵਿੱਚ। ਹਾਂਜੀ, ਜਿਹੜਾ ਗਾਉਣ ਦਾ ਸਿਸਟਮ ਬਣਿਆ ਮੇਰਾ, ਉਹ ਤਾਂ ਇੱਥੇ ਮੋਟਰ 'ਤੇ ਬੈਠੇ ਦਾ ਕੁਦਰਤੀ ਬਣ ਗਿਆ। ਹਾਂਜੀ, ਆਪਣੇ 75 'ਚ, 74 75 'ਚ ਸਾਡੀ ਲਾਈਟ ਆਈ ਸੀ। ਅੱਛਾ ਜੀ। ਸਾਡੇ ਪਿੰਡਾਂ 'ਚ। ਹਾਂਜੀ। ਅਤੇ ਉਦੋਂ ਹੀ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਝੋਨੇ ਲੱਗਣੇ। ਹਾਂਜੀ। ਨੰਬਰ ਝੋਨੇ ਲਾ ਤੇ, ਝੋਨੇ ਲਾ ਤੇ ਅਤੇ ਇੱਥੇ ਮੋਟਰ 'ਤੇ ਰਾਤ ਨੂੰ ਰਹਿਣਾ। ਬਸ ਮੇਰੇ ਨਾਲ ਗਵਾਂਢੀ ਸੀ ਮੇਰਾ, ਆਹ ਮੋਟਰ ਵਾਲੇ ਨਾਲ ਦੇ, ਅਤੇ ਅਸੀਂ ਦੋਨੋਂ ਮੁੰਡੇ ਸੀ, ਇੱਕ ਉਹਨਾਂ ਦਾ ਨੌਕਰ ਸੀ। ਅੱਛਾ ਜੀ। ਅਸਲ ਵਿੱਚ ਉਹਨਾਂ ਜਿਹੜਾ ਨੌਕਰ ਸੀ ਉਹ ਬਾਜੇ 'ਚ ਕੰਮ ਕਰਦਾ ਸੀ, ਨੱਚਦਾ ਨੁੱਚਦਾ ਵੀ ਸੀ, ਸਾਡੇ ਪਿੰਡ ਦੇ ਹੀ ਸੀ ਉਹ ਵੀ। ਬਸ ਉਹ ਥੋੜ੍ਹਾ ਜਿਹਾ ਗਾਉਂਦਾ ਅਤੇ ਉਹਨੂੰ ਦੇਖ ਕੇ ਅਸੀਂ ਵੀ ਗਾਉਣ ਜੇ ਲੱਗ ਗਏ, ਵਾ ਹੌਲੀ ਹੌਲੀ ਇੱਥੇ ਮੋਟਰਾਂ 'ਤੇ ਬੈਠੇ ਗਾਉਂਦੇ ਰਹੇ। ਪਹਿਲਾਂ ਬਣਨਾ ਕੁਛ ਨਹੀਂ ਸੀ, ਬਸ ਇੱਕ ਸੁਭਾਵ ਕੇ ਗਾਉਣ ਸੀ ਵਿਹਲਿਆਂ ਦਾ। ਜਦੋਂ ਆਪਣੇ ਪਿੰਡ 'ਚ ਜੀ ਲਾਈਟ ਆਈ ਆ, ਬਸ ਜੀ ਤੁਹਾਡੀ ਸ਼ੁਰੂਆਤ ਹੋ ਗਈ। ਹਾਂ, 74 74 'ਚ ਆਈ ਹੈ ਬਸ ਉਦੋਂ। ਪਰ ਮੈਨੂੰ ਲੱਗਦਾ ਤੁਹਾਨੂੰ ਹੋ ਗਏ ਹੋਣਗੇ 50 ਸਾਲ ਲੱਗੇ ਗਾਉਂਦੇ ਨੂੰ। ਬਸ 50 ਦੇ ਨੇੜੇ ਹੀ ਮੰਨ ਲਓ। ਬਹੁਤ ਟਾਈਮ ਲਗਾਤਾ ਜੀ, ਇੰਨਾ ਟਾਈਮ ਸਟਰਗਲ ਕੀਤੀ ਹੈ। ਪਹਿਲਾਂ ਤੁਸੀਂ ਸ਼ੁਰੂਆਤ ਵੇਲੇ ਕਿਹੋ ਜਿਹੇ ਗਾਣੇ ਗਾਉਂਦੇ ਸੀ ਜਦੋਂ? ਨਹੀਂ, ਪਹਿਲਾਂ ਤਾਂ ਸ਼ੁਰੂਆਤ ਵੇਲੇ ਤਾਂ ਗਾਉਣੇ ਸੀ, ਸਾਡੇ ਕੋਲ ਕਿਹੜਾ ਕੋਈ ਹੈਗਾ ਸੀ ਸਿਸਟਮ ਗਾਉਣ ਦਾ, ਉਦੋਂ ਤਾਂ ਗਾਣੇ ਗਾਉਂਦੇ ਤੇ ਮਾਮ ਸ਼ਰੀਕ ਦੇ, ਲਾ ਲਓ ਰਮਲਾ ਜੀ ਦੇ, ਇਹਨਾਂ ਦੇ ਮੋਟਰ ਤੇ ਹੋਣਾ ਗਾਈ ਗੂਈ ਜਾਣਾ ਇੰਨੀ। ਫਿਰ ਮੇਰੇ ਖਿਆਲ 75 'ਚ ਕੁਲਦੀਪ ਮਾਨਕ ਦੀਆਂ ਕਲੀਆਂ ਆ ਗਈਆਂ ਸੀ। ਫਿਰ ਉਹਦੀ ਸਾਨੂੰ ਇੱਕ ਕਿਤਾਬ ਮਿਲ ਗਈ ਸੀ, ਉਹਨੇ ਗਲੀਆਂ ਦੇਖੋ ਆ ਕਾਫੀ ਵੱਡੀ ਸੀ, ਤੇ ਉਹ ਤੁਸੀਂ ਫਿਰ ਉਹ ਕਲੀਆਂ ਕੁਲੀਆਂ ਜਿਹੀਆਂ ਗਾਉਣ ਲੱਗ ਗਏ, ਰਲ ਮਿਲ ਕੇ ਜੇ ਗਾਉਂਦੇ ਰਹੇ। ਤੇ ਇੰਨੇ ਸਾਲ ਕੁ ਪਿੱਛੋਂ ਸਾਡੇ ਇੱਕ ਡਰਾਮੇ ਵਾਲੇ ਆਏ ਸੀ, 80 ਵਾਲਾ ਅਨਪੜ੍ਹ ਹੁੰਦਾ, ਤੇ ਉਹ ਬਾਅਦ ਤਾਂ ਉਹਦੇ ਗਾਣੇ ਵੀ ਖਾਸੇ ਰਿਕਾਰਡ ਹੋਏ ਹੈ ਨਾ। ਤੇ ਉਹ ਮੇਰੇ ਕੋਲ ਇੱਥੇ ਨਹਾਉਣ ਆ ਗਏ ਮੁੰਡੇ ਜਿਹੜੇ ਡਰਾਮਾ ਕਰਦੇ ਸੀ, ਮੋਟਰ ਤੇ ਸੀ ਬੈਠੇ, ਤੇ ਬੈਠੇ ਰਹੇ। ਹੜ੍ਹ ਦਾ ਮਹੀਨਾ ਸੀ ਛਾਂ ਜੀ 'ਚ, ਚਲੋ ਮੇਰੇ ਨਾਲ ਗੱਲਾਂ ਜਿਹੀਆਂ ਕਰੀ ਗਏ ਵੀ ਨਹਾਉਣਾ ਨਹਾਉਣਾ, ਮੈਂ ਕਿਹਾ ਨਹਾ ਲਓ ਯਾਰ। ਨਹਾਉਣ ਨਹੁਣ ਜੇ ਲੱਗ ਗਏ, ਮੋਟਰਾਂ 'ਤੇ ਰਹਿੰਦੇ ਸੀ ਅਸੀਂ ਮੁੰਡੇ, ਦਾਰੂ ਦੂਰੂ ਕੱਢ ਲੈਂਦੇ ਸਿੱਧੀ ਗੱਲ ਹੈ। ਤੇ ਮੈਂ ਕਿਹਾ ਵੀ ਦਾਰੂ ਦੂਰੂ ਵੀ ਪੀਣੀ ਹੈ। ਪਹਿਲਾਂ ਮੋਟਰਾਂ 'ਤੇ ਦਾਰੂ ਦੂਰੂ ਕੱਢ ਲੈਂਦੇ ਸੀ, ਜਦੀ ਫੋਨ ਮਾਰਦੇ ਨੇ, ਨਹੀਂ ਹੁਣ ਨਹੀਂ, ਬੜੀ ਦੇਰ ਹੋ ਗਈ। ਤੇ ਮੈਂ ਕਿਹਾ ਵੀ ਦਾਰੂ ਵੀ ਪੀਣੀ ਹੈ। ਮੈਨੂੰ ਕਹਿੰਦੇ ਯਾਰ ਦਾਰੂ ਤਾਂ ਪੀ ਲਾਂਗੇ ਪਰ ਪੀਵਾਂਗੇ ਡਰਾਮਾ ਕਰਨ ਤੋਂ ਬਾਅਦ। ਮੈਂ ਕਿਹਾ ਚੱਲ ਲੈ ਜਾਓ ਤੁਸੀਂ ਲੈ ਕੇ ਜਾਣੀ, ਤੇ ਉਹ ਕਹਿੰਦੇ ਲੈ ਜਾਓ ਚਲੋ। ਮੈਂ ਕਿਹਾ ਮੈਂ ਵੀ ਥੋੜਾ ਮੋਟਾ ਇਹੋ ਜਿਹਾ ਕੰਮ ਕਰ ਲੈਣਾ ਯਾਰ, ਗਾਉਣ ਗੂਣ। ਉਹਨਾਂ ਨੇ ਮੈਨੂੰ ਫਿਰ ਉਹ ਗਾਣੇ ਲਿਖਿਆ ਤੇ ਆਪਣੇ ਉੱਚੀ ਗਏ ਜ਼ਿਮੀਦਾਰਾਂ ਦੇ ਸੰਬੰਧ ਨਾਲ, ਆਪਣੇ ਜੱਟਾਂ ਦੇ, ਮਤਲਬ ਉਹਨੇ ਕਮਜ਼ੋਰੀ ਦਿਖਾਉਣੀ ਹੁੰਦੀ ਵੀ ਸਾਨੂੰ ਇੱਥੇ ਘਾਟੇ ਪਏ, ਇੱਥੇ ਨੁਕਸਾਨ ਹੋਏ ਸਾਡੇ, ਇੱਥੇ ਹੋਈ ਜਾਂਦੇ ਨੇ, ਜਿਵੇਂ ਹੁਣ ਆਪਣਾ ਚੱਲਦਾ। ਉਦੋਂ ਵੀ ਇਹੀ ਹਾਲਾਤ ਜ਼ਿਮੀਦਾਰੇ ਦੇ, ਸੱਚਾਈ ਪਹਿਲਾਂ ਵਾਲੇ ਗਾਣੇ ਸੱਚਾਈ ਦੱਸਦੇ, ਜਿਹੜਾ ਕੁਛ ਹੁੰਦਾ ਸੀ ਉਹੀ ਦੱਸਦੇ। ਬਿਲਕੁਲ ਬਿਲਕੁਲ, ਉਹ ਅਸੀਂ ਬਸ ਉਹ ਗਾਣੇ ਜੇ ਗਾਉਣ ਲੱਗ ਗਏ, ਗਾਣੇ ਗਾਉਂਦੇ ਰਹੇ। ਗਾਉਣ ਤੋਂ ਬਾਅਦ ਅਸੀਂ ਆਪਣੇ ਨਾਲੇ ਮਾੜੀ ਇੱਥੇ ਮੇਲਾ, ਮੇਰੇ ਤੋਂ ਪਹਿਲਾਂ ਮੇਰੇ ਪਿੰਡ ਦੇ ਹੋਰ ਬੰਦੇ, ਮੇਰੇ ਵੱਡੇ ਭਰਾ ਦਲੀਪ ਸਿੰਘ, ਗੁਰਬਖਸ਼ ਸਿੰਘ, ਇਹ 3-4 ਜਣੇ ਗਾਉਂਦੇ ਹੁੰਦੇ, ਤੇ ਉਹਨਾਂ ਨੇ ਇੱਥੇ ਮੇਲੇ ਤੇ ਗਾਉਣ ਲੱਗਿਆ ਸਾਡੇ ਆਉਣਾ ਸੀ ਕਿਸੇ ਕਵੀਸ਼ਰ ਨੇ, ਤਾਂ ਉਹ ਨਾ ਉਹ ਕਵੀਸ਼ਰ ਤੇ ਵਾਲੇ ਨਾ ਸੀ, ਤੇ
ਪਹਿਲਾਂ ਅਸੀਂ ਗਾਉਣ ਲੱਗ ਗਏ, ਗਾਉਂਦੇ ਮੈਨੂੰ ਕਹਿਣ ਲੱਗ ਗਏ ਵੀ ਯਾਰ ਤੂੰ ਤਾਂ ਵਧੀਆ ਗਾ ਲੈਣਾ, ਇੰਜ ਕਰ ਲੈਣਾ ਫਲਾਣਾ ਤੂੰ। ਉਹ ਮੈਨੂੰ ਭੀਲੋ ਵਾਲੇ ਦੇ ਮੇਲੇ ਤੇ ਲੈ ਗਏ, ਸਾਡੇ ਮੇਲਾ ਹੁੰਦਾ ਉੱਥੇ, ਪਿੱਪਲ ਖੜਾ ਹੈ ਹਾਲੇ ਵੀ, ਮੈਂ ਦੇਖ ਕੇ ਲੰਘਦਾ ਉਹਨੂੰ, ਛੋਟਾ ਸੀ ਉਹ ਪਿੱਪਲ ਉਦੋਂ। ਤੇ ਅਸੀਂ ਉੱਥੇ ਗਾਉਣ ਜਲਾ ਕੇ, ਉੱਥੇ ਇੱਕ ਹੋਰ ਕਮਿਸ਼ਨਰਾਂ ਦਾ ਸਪੀਕਰ ਧਰਿਆ ਹੋਇਆ ਸੀ, ਅਸੀਂ ਕਿਹਾ ਯਾਰ ਸਾਨੂੰ ਵੀ ਇੱਥੇ ਟਾਈਮ ਜਾ ਦੇ ਦਿਓ ਗਾਉਣ ਦਾ। ਉਹਨੇ ਕਿਹਾ ਚੱਲ ਕੋਈ ਬੰਦਾ ਤਾਂ ਹੈ ਨੀ, ਉਹ ਕਹਿੰਦੇ ਯਾਰ ਲਾ ਲਓ ਤੁਸੀਂ ਇੱਕ ਦੋ। ਉਹ ਸਾਡੇ ਜਿਹੜੇ ਲੈਕਚਰ ਵਾਲੇ ਬੰਦੇ ਸੀ ਉਹ ਕਹਿੰਦੇ ਯਾਰ, ਉਹ ਕਹਿੰਦਾ ਵੀ ਗਾਉਣਾ ਗੁਣਾ ਤਾਂ ਨੀ ਸਾਨੂੰ ਆਉਂਦਾ, ਦੇਖੋ ਸਿੱਧੀ ਗੱਲ ਹੈ ਵੀ ਸਾਡਾ ਤਾਂ ਜੱਟ ਸੌਦਾ ਹੈ। ਉਹ ਜੱਟ ਸੌਦੇ ਦੇ ਵਿੱਚ ਉਹਨੇ ਸਾਡੇ ਡਰਾਮੇ ਆਉਣੇ, ਦੋ ਗਾਣੇ ਜੇ ਲਵਾ ਦੇ, ਉਹ ਗਾਣੇ ਜੇ ਹੁੰਦੇ ਉਹ ਹੁੰਦਾ ਦੇ ਵਾਲੀਆਂ ਬਲੰਜਰ ਪਵਾਉਣਾ, ਇੰਜਣ ਖਰਾਬ ਹੋ ਗਿਆ, ਜੱਟੀ ਕਹਿੰਦੀ ਹੁੰਦੀ ਸੀਖ ਲਾ ਕੇ ਮੈਂ ਇੰਜਣ ਨੂੰ ਸਾੜਾ, ਜਿਹਨੇ ਸਾਡਾ ਘਰ ਪੱਟਿਆ। ਇਹੋ ਜਿਹੇ ਗਾਣੇ ਹੁੰਦੇ ਜੱਟਾਂ ਨਾਲ ਸੰਬੰਧ, ਸੋਹਣੀ ਵੇਚ ਲਈ ਜੱਟਾਂ ਤੇ ਸਾਰੀ ਸੋਹਣੀ ਵਿੱਚੋਂ ਕੀ ਬਚਿਆ ਤੈਨੂੰ ਗਿਣ ਕੇ ਫੜਾ ਦੇ ਹਾਣੀ ਆਉਣ ਨੋਟ ਮੈਨੂੰ। ਉਹ ਕਹਿੰਦਾ ਕੀ ਬਚਣਾ ਦੀ ਪੈ ਗਿਆ, ਘਾਟਾ ਰੇਹ ਤੇਲ ਲੈ ਕੇ ਲੁੱਟ ਕੇ ਮੈਨੂੰ, ਕਿੱਥੋਂ ਮੈਂ ਫੜਾ ਦਿਆਂ ਗਿਣ ਕੇ ਨੋਟ ਤੈਨੂੰ। ਇਹੋ ਜਿਹੇ ਸੀ ਜਦੋਂ ਗਾਉਣ ਲੱਗੇ ਤਾਂ ਮੇਲੇ ਦਾ ਸੁਭਾਅ ਹੁੰਦਾ ਹੀ ਏਦਾਂ ਦੇ ਸੁਣਨਾ। ਉੱਥੇ ਇਕੱਠ ਹੋ ਗਿਆ, ਇਕੱਠ ਹੋਇਆ ਤੇ ਸਾਨੂੰ ਸਾਊਂਡ ਵਾਲਿਆਂ ਨੇ ਹਟਾ ਤਾ, ਕਹਿੰਦੇ ਵੀ ਤਾਂ ਸਾਡਾ ਬੰਦ ਕਰੋ, ਲੋਕਾਂ ਨੇ ਕਿਹਾ ਹੋਊਗਾ ਵੀ ਗਾ ਲੈਣ ਦੋ। ਪਰ ਚਲੋ ਉਹਨਾਂ ਦੀ ਹੈਗਾ ਸੀ ਆਪਣਾ, ਉਹਨਾਂ ਨੇ ਸਾਨੂੰ ਹਟਾਤਾ ਤੇ ਮੇਲਾ ਸਾਡੇ ਪਿੱਛੇ ਤੁਰ ਪਿਆ ਉੱਠ ਕੇ। ਉਹਨਾਂ ਨੂੰ ਐ ਲੱਗਿਆ ਵੀ ਹੁਣ ਸਾਡੇ ਰੋਟੀ ਮਾਰ ਰਹੀ ਹੈ, ਹਾਂ ਵੀ ਇਹ ਮਸ਼ਹੂਰ ਤਾਂ ਇਹ ਹੋ ਰਿਹਾ। ਹਾਂ ਤੇ ਮੇਲਾ ਸਾਡੇ ਪਿੱਛੇ ਹੋ ਗਿਆ, ਮੇਲਾ ਸਾਡੇ ਪਿੱਛੇ ਹੋਇਆ ਤੇ ਉਹ ਕਹਿਣੇ ਯਾਰ ਬਿਨੇ ਰੇਡੀਓ ਤੋਂ ਆਪਾਂ ਐਂ ਕਰ ਲਓ ਫਲਾਣਾ ਕਰ ਲਓ। ਚਲ ਅਸੀਂ ਉਹ ਗਾਇਆ ਤਾ ਨਾ, ਇੰਨੇ ਦਿਨ ਜਾਂ ਛਿੱਪਣ ਲੱਗ ਗਿਆ, ਦਿਨ ਛਿੱਪੇ ਇੱਕ ਕਵੀਸ਼ਰ ਲੱਗਾ ਦਰਵਾਜ਼ੇ ਭੀਲੋ ਵਾਲੇ, ਉੱਥੇ ਅਸੀਂ ਉੱਥੇ ਆ ਗਏ। ਉਹ ਹਟ ਰਿਹਾ ਸੀ, ਹਟ ਗਿਆ ਸੀ, ਅਸੀਂ ਕਿਹਾ ਯਾਰ ਇੱਕ ਦੋ ਕੁ ਸਾਨੂੰ ਵੀ ਲਾ ਲੈਣ ਦੋ। ਉਹ ਕਹਿੰਦਾ ਤੁਸੀਂ ਵੀ ਲਾ ਲਓ। ਸਾਡਾ ਲੈਕਚਰ ਵਾਲਾ ਉਦੋਂ ਤਾਂ ਮੁੰਡਾ ਸੀ, ਚਲੋ ਉਹ ਕਹਿੰਦਾ ਬਾਈ ਵੀ ਚਲੋ ਤੁਹਾਨੂੰ ਬੜੀ ਦੇਰ ਹੋ ਗਈ ਬੈਠਿਆਂ ਨੂੰ, ਵੀ ਖੜੇ ਖੜੇ ਸਾਡੀ ਵੀ ਇੱਕ ਕਵਿਤਾ ਸੁਣ ਲਓ। ਜਦ ਅਸੀਂ ਇੱਕ ਕਵਿਤਾ ਜੀ ਲਈ, ਉਹ ਕਹਿੰਦੇ ਯਾਰ ਹੋਰ ਸੁਣਾਓ, ਹੋਰ ਸੁਣਾਓ, ਹੋਰ ਸੁਣਾਓ। ਦੋ ਤਿੰਨ ਕਲਾਈਆਂ ਅੱਗੇ ਮੈਕ ਹੁੰਦਾ ਕਵਿ ਸ਼ਰਦ ਕੋਲੇ ਆਪਣਾ ਜ਼ਿਆਦਾ, ਉਹ ਜਦੇ ਮੈਕ ਆਉਂਦਾ ਹੁੰਦਾ ਉਦੋਂ 27 ਨੰਬਰ ਮੇਰੇ ਹਾਲੇ ਵੀ ਦਿਮਾਗ 'ਚ। ਤੇ ਜਦੋਂ ਕਮਿਸ਼ਨਰ ਨੇ ਦੇਖਿਆ ਵੀ ਇਹ ਤਾਂ ਯਾਰ ਮੇਰੇ ਤੇ ਹੱਥ ਫੇਰਨ ਲੱਗ ਗਏ ਮੁੰਡੇ, ਤੇ ਤਾਂ ਅਸੀਂ ਅਣਜਾਣ, ਸਾਨੂੰ ਨਹੀਂ ਸੀ ਪਤਾ ਗਾਉਣ ਗੂਣ ਦਾ ਇੰਨਾ ਵਾਲਾ। ਤੇ ਉਹ ਆਪਦਾ ਮੈਕ ਲਾ ਕੇ ਲੈ ਗਿਆ, ਮੈਕ ਲਾ ਕੇ ਲੈ ਕੇ ਚਲੇ ਸੀ ਆਪਣੇ ਘਰ ਨੂੰ ਆ ਕੇ। ਏਦਾਂ ਮਤਲਬ ਸਾਡਾ ਹੌਲੀ ਹੌਲੀ ਜੇ ਪ੍ਰੋਗਰਾਮ ਬਾਹਰੋਂ ਆਉਣ ਲੱਗ ਗਏ ਸੀ, ਗਾਉਣ ਲੱਗ ਗਏ, ਕਾਫੀ ਚਿਰ ਗਾਉਂਦੇ ਰਹੇ। ਠੀਕ ਹੈ ਜੀ, ਜਿਵੇਂ ਜੀ ਹੁਣ ਗਾਣੇ ਵੀ ਆ ਰਹੇ ਨੇ ਹਨਾ ਜੀ, ਅੱਜ ਦੇ ਨਵੇਂ ਜਮਾਨੇ ਜਿਹੜੇ ਗਾਣੇ ਆ ਰਹੇ ਨੇ, ਸਾਨੂੰ ਪਤਾ ਹੀ ਸਭ ਕੁਝ ਕੀ ਹੁੰਦਾ ਜੀ। ਜਿਹੜੀ ਆਪਣੀ ਕਵਿਸਰੀ ਹੈ ਜੀ, ਬਹੁਤ ਸਮੇਂ ਤੋਂ ਚੱਲਦੀ ਆ ਰਹੀ ਹੈ ਪੁਰਾਣੇ ਗੁਰੂ ਜੀ 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 ਜੀ, ਪਹਿਲਾਂ ਤਾਂ ਮਨੋਰੰਜਨ ਹੀ। ਹਾਂ ਜੀ ਹਾਂ ਜੀ ਹਾਂ, ਕਵਿਸ਼ਰ ਜਾਂ ਉਹ ਗੇੜੇ ਨਾਲ ਜਿਹੜੇ ਢਾਡੀ ਗਾਉਂਦੇ ਹੁੰਦੇ। ਹਾਂ ਜੀ, ਜਿਹੜੀ ਕਵਿਸਰੀ ਆਪਾਂ ਨੂੰ ਇਤਿਹਾਸ ਨਾਲ ਵੀ ਜੋੜਦੀ ਆ ਤੇ ਆਪਣੇ ਜੋਸ਼ ਵੀ ਭਰਦੀ ਆ ਜੀ। ਜੀ, ਜਿਹੜੀ ਕਵਿਸਰੀ ਆਪਾਂ ਨੂੰ ਇਤਿਹਾਸ ਨਾਲ ਕਿੰਨਾ ਕੁ ਜੋੜਦੀ ਆ ਜੀ, ਤੁਸੀਂ ਤਾਂ ਹੁਣ ਇਹ ਕੰਮ ਕਰਦੇ ਹੋ, ਤੁਹਾਨੂੰ ਪਤਾ ਹੀ ਹੈ। ਦੇਖੋ ਜਿਹੜਾ ਕਵਿਸਰੀ ਹੈ ਇਹ ਡੇਢ ਕੁ ਘੰਟੇ ਦੇ ਵਿੱਚ, ਦੋ ਚ ਲਾ ਲਓ ਘੰਟੇ ਚ ਲਾ ਲਓ, ਡੇਢ ਦੇ ਆਲੇ ਦੁਆਲੇ ਤੁਹਾਨੂੰ ਉਹਨੇ ਇੱਕ ਇਤਿਹਾਸ ਸੁਣਾਉਣਾ। ਫਰਜ਼ ਕਰੋ ਸਾਕਾ ਸਰਹੰਦ ਸੁਣਾਉਣਾ, ਹਰੀ ਸਿੰਘ ਨਲੂਆ ਸੁਣਾਉਣਾ, ਬਾਬਾ ਬੰਦਾ ਸਿੰਘ ਸੁਣਾਉਣਾ, ਪੂਰਨ ਸੁਣਾਉਣਾ, ਕਿਰਨਮਈ ਸੁਣਾਉਣਾ, ਜੋ ਵੀ ਉਹਨੇ ਸੁਣਾਉਣਾ, ਉਹ ਤੁਹਾਨੂੰ ਘੰਟੇ ਡੇਢ ਦੋ ਘੰਟੇ ਦੇ ਵਿੱਚ ਉਹ ਇਤਿਹਾਸ ਤੋਂ ਗਾਉਣ ਵਾਲੇ ਨੂੰ ਗਾਉਣਾ ਆਉਂਦਾ ਹੋਵੇ, ਲੈਕਚਰ ਵਾਲੇ ਨੂੰ ਲੈਕਚਰ ਹੋਵੇ, ਪੜ੍ਹਿਆ ਹੋਵੇ, ਉਹ ਤੁਹਾਨੂੰ ਡੇਢ ਦੋ ਘੰਟੇ ਦੇ ਵਿੱਚ ਉਹ ਉਹਨੇ ਇਤਿਹਾਸ ਬਾਰੇ ਪੂਰਾ ਜਾਣੂ ਕਰਾ ਜੀ ਲਗਭਗ। ਸਹੀ ਗੱਲ ਹੈ ਜੀ, ਮੈਂ ਵੀ ਸੁਣੇ ਨੇ, ਮਤਲਬ ਆਪਣੇ ਹੱਥਾਂ ਦੇ ਲੂੰ ਕੰਡੇ ਖੜੇ ਕਰ ਦਿੰਦੇ ਨੇ, ਇੰਨਾ ਸੋਹਣਾ ਇਤਿਹਾਸ ਦੱਸ ਦਿੰਦੇ। ਬਿਲਕੁਲ, ਤੇ ਜਿਹੜੀਆਂ ਚੀਜ਼ਾਂ ਸਾਨੂੰ ਕਿਤਾਬਾਂ ਚੋਂ ਖਾਸੀ ਜ਼ਿਆਦਾ ਪੜ੍ਹ ਕੇ
ਪਤਾ ਲੱਗਦਾ। ਉਹ ਤੁਹਾਨੂੰ ਕਵੀਸ਼ਰ ਢਾਡੀ ਘੰਟੇ ਡੇਢ ਘੰਟੇ ਦੋ ਘੰਟੇ ਦੇ ਵਿੱਚ ਉਹ ਇਤਿਹਾਸ ਬਾਰੇ ਪੂਰਾ ਦੱਸ ਦੂਗਾ ਵੀ ਇੱਦਾਂ ਹੋਇਆ ਥੋੜੇ ਸਮੇਂ 'ਚ। ਇਸ ਕਰਕੇ ਕਵੀਸ਼ਰੀ ਸਾਨੂੰ ਬਹੁਤ ਕੁਛ ਦਿੰਦੀ ਹੈ, ਜ਼ਿਆਦਾ ਦਿੰਦੀ ਹੈ, ਥੋੜ੍ਹਾ ਨਹੀਂ ਦਿੰਦੀ। ਬਾਕੀ ਚਲੋ ਆਪਣੇ ਆਪਣੇ ਗਾਉਣ ਨੇ ਹਾਲਾਤ ਚੱਲਦੇ ਨੇ ਸਭ ਦੇ। ਹੁਣ ਜਿਵੇਂ ਜੀ ਸਾਡੀ ਉਮਰ ਦੇ ਮੁੰਡੇ ਨੇ ਜਿਹੜੇ ਸਾਡੇ, ਅਸੀਂ ਵੀ ਸਾਨੂੰ ਇਤਿਹਾਸ ਬਾਰੇ ਬਹੁਤ ਘੱਟ ਜਾਂਦਾ, ਕਿੱਸੇ ਨਹੀਂ ਹੁੰਦੇ ਪੂਰਨ ਭਗਤ ਦੇ, ਕਿੱਸੇ ਹੋ ਗਏ ਚੋਣੇ ਮੁੜ ਦੇ, ਕਿੱਸੇ ਹੋ ਗਏ ਇੱਦਾਂ ਦੇ ਕਿੱਸੇ, ਸਾਰੇ ਸਾਨੂੰ ਬਹੁਤ ਘੱਟ ਨੌਲੇਜ ਹੈ ਇਹ ਚੀਜ਼ਾਂ ਬਾਰੇ ਜੀ। ਨੌਲੇਜ ਦੀ ਗੱਲ ਇਹ ਹੈ ਤੁਸੀਂ ਇੱਧਰ ਨੂੰ ਧਿਆਨ ਘੱਟ ਦਿੰਦੇ ਹੋ। ਹਾਂਜੀ, ਪਹਿਲਾਂ ਇੱਕ ਚਿੱਠੇ ਸੱਪ ਦੇ ਹੁੰਦੇ, ਛੋਟਾ ਜਿਹਾ ਚਿੱਠਾ ਹੁੰਦਾ ਇੰਨਾ, ਉਹਦੇ ਵਿੱਚੋਂ ਸਾਰਾ ਇਤਿਹਾਸ ਹੁੰਦਾ, ਥੋੜਾ ਜਿਹਾ ਉਹਦੇ 'ਚ ਲੈਕਚਰ ਵੀ ਹੁੰਦਾ, ਬਾਕੀ ਕਵਿਤਾ ਹੁੰਦੀ। ਜਦੋਂ ਮੁੰਡੇ ਵਿਹਲੇ ਹੁੰਦੇ ਅੱਗੇ ਫਿਰ ਉਹ ਚਿੱਠੇ ਪੜ੍ਹਦੇ ਹੁੰਦੇ। ਉਹੀ ਗੱਲ ਆ ਵੀ ਥੋੜੇ ਸਮੇਂ 'ਚ ਤੁਹਾਨੂੰ ਸਾਰਾ ਪਤਾ ਲੱਗ ਜਾਂਦਾ ਸੀ, ਜ਼ਿਆਦਾ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਸੀ, ਕਿਉਂ ਉਹਦੇ ਵਿੱਚ ਨਿਚੋੜ ਹੁੰਦਾ ਸਾਰਾ ਕੱਢਿਆ ਹੋਇਆ। ਜਿਵੇਂ ਕਵੀਸ਼ਰ ਤੁਹਾਨੂੰ ਵਾਧੂ ਗੱਲਾਂ ਨਹੀਂ ਲੈਂਦਾ, ਉਹ ਜਿੰਨੀਆਂ ਮੇਨ ਮੇਨ ਗੱਲਾਂ ਹੁੰਦੀਆਂ ਉਹ ਚੱਕ ਕੇ ਤੁਹਾਨੂੰ ਉਹਨੇ ਦੱਸ ਦੇਣੇ ਵੀ ਇੱਦਾਂ ਹੋਇਆ ਹੈ, ਤੁਹਾਨੂੰ ਛੇਤੀ ਦੇ ਕੇ ਪਤਾ ਲੱਗ ਜਾਂਦਾ ਸੀ। ਹੁਣ ਚਲੋ ਸਮਾਂ ਬਦਲ ਗਿਆ ਅਤੇ ਕਵੀਸ਼ਰੀ ਤਾਂ ਨੇੜੇ ਲੱਗੀ ਪਈ ਆ ਮੇਰੇ ਹਿਸਾਬ 'ਚ। ਜਿਵੇਂ ਹੁਣ ਮੁੰਡਿਆਂ ਨੂੰ ਮਤਲਬ ਵੀ ਅੱਜ ਦੇ ਜਵਾਕਾਂ ਨੂੰ ਇਤਿਹਾਸ ਬਾਰੇ ਜਾਣਨਾ ਹੋਵੇ ਜੀ, ਉਹਨਾਂ ਨੂੰ ਕੀ ਕਰਨਾ ਚਾਹੀਦਾ ਤੁਸੀਂ ਦੱਸੋ ਜੀ ਮਾੜਾ ਜਿਹਾ ਕੁਛ ਵੀ, ਆਹ ਚੀਜ਼ਾਂ ਤੁਸੀਂ ਕਰੋ, ਤੁਹਾਨੂੰ ਇਤਿਹਾਸ ਬਾਰੇ ਜ਼ਿਆਦਾ ਜਾਣਕਾਰੀ ਸੋਫਟ 'ਚ। ਜਿਵੇਂ ਹੁਣ ਤਾਂ ਜੀ ਅੱਜ ਕੱਲ੍ਹ ਤਾਂ ਸੋਫਟ ਦਾ ਤਰੀਕਾ ਹੈਗਾ ਜੀ, ਹਰੇਕ ਆਪਣੇ ਕਾਰੋਬਾਰ 'ਚ ਸੋਫਟ ਤਰੀਕਾ ਵਰਤਦਾ। ਦੇਖੋ ਸੋਫਟ ਤਰੀਕੇ ਦੀ ਤਾਂ ਇਹ ਮੈਂ ਤਾਂ ਕਹੂੰਗਾ ਤੁਸੀਂ ਤੁਹਾਡੀ ਇੱਕ ਵਿਸ਼ੇ ਸੁਣੋ, ਤੁਹਾਨੂੰ ਜੇ ਉਹ ਜੋ ਉਹ ਸੁਣਾਉਂਦਾ ਧਿਆਨ ਦਿਉ, ਤੁਹਾਨੂੰ ਉਹੀ ਉਹੀ ਗੱਲ ਆ ਵੀ ਥੋੜ੍ਹੇ ਸਮੇਂ 'ਚ ਤੁਹਾਨੂੰ ਉਹਦੇ ਬਾਰੇ ਪਤਾ ਲੱਗ ਜੂ। ਜੇ ਅਸੀਂ ਸੁਣਦੇ ਹੀ ਨਹੀਂ, ਬਹਿੰਦੇ ਹੀ ਨਹੀਂ, ਧਿਆਨ ਹੀ ਨਹੀਂ ਦਿੰਦੇ, ਅਤੇ ਫਿਰ ਸਾਨੂੰ ਪਤਾ ਵੀ ਕੀ ਲੱਗਣਾ। ਜਿਵੇਂ ਮੈਂ ਦੇਖਿਆ ਨਾ, ਮੈਂ ਜਿਵੇਂ ਤੁਸੀਂ ਵਿਆਹ ਦੇ ਵਿੱਚ ਇੱਕ ਪ੍ਰੋਗਰਾਮ ਲੱਗਿਆ ਹੁੰਦਾ ਕਿਸੇ ਦਾ, ਮੈਂ ਬਹੁਤ ਲਾਉਂਦਾ, ਐਤਕੀ ਮੈਂ ਬਾਹੜੇ ਲਾਏ ਨੇ, ਚਲੋ ਸਾਨੂੰ ਤਾਂ ਬਹੁਤ ਲੋਕ ਸੁਣਦੇ ਆ ਬਹਿ ਕੇ, ਬਹੁਤ ਵਧੀਆ ਸੁਣਦੇ, ਪਰ ਮੈਂ ਵੱਡੇ ਵੱਡੇ ਕਲਾਕਾਰ ਦੇਖੇ ਗਾਉਂਦੇ, ਉਹ ਗਾਈ ਜਾਂਦਾ, ਚਲੋ ਕੁਛ ਗਾਉਂਦਾ, ਉਹ ਵਧੀਆ ਗਾਉਂਦਾ, ਘਟੀਆ ਗਾਉਂਦਾ, ਚੰਗਾ ਗਾਉਂਦਾ, ਮਾੜਾ ਗਾਉਂਦਾ, ਅਸੀਂ ਤਾਂ ਉਹ ਵਧੀਆ ਕਰਕੇ ਲਿਆਂਦਾ ਨਾ, ਉਹਨੂੰ ਪੈਸੇ ਦਿੱਤੇ ਨੇ ਵੀ ਅਸੀਂ ਫਲਾਣਾ ਗਾਉਣ ਵਾਲਾ ਲਿਆਉਣਾ, ਉਹ ਵਧੀਆ ਗਾਉਂਦਾ, ਬਾਕੀ ਉਹ ਵਧੀਆ ਗਾਉਂਦਾ ਜੇ ਅਸੀਂ ਨਹੀਂ ਲਿਆਂਦਾ, ਪਰ ਸੁਣਦਾ ਕੋਈ ਹੁੰਦਾ ਹੀ ਨਹੀਂ। ਸਹੀ ਗੱਲ ਹੈ, ਸੁਣਦਾ ਉਹ ਗਾਈ ਜਾਂਦਾ, ਉਹਨੂੰ ਵੀ ਇਹ ਹੁੰਦਾ ਵੀ ਆਪਾਂ ਤਾਂ ਪੈਸੇ ਲੈ ਲਏ, ਜਿਵੇਂ ਅਸੀਂ ਇੱਕ ਗੱਲ ਕਹਿੰਦੇ ਹੁੰਦੇ ਹਾਂ, ਉਹ ਮੇਰੇ ਨਾਲ ਇੱਕ ਵਕੀਲ, ਅਸੀਂ ਕਿਤੇ ਸਾਈਡ ਤੋਂ ਆ ਰਹੇ ਸੀ, ਮੇਰੇ ਨਾਲ ਗੱਡੀ 'ਚ ਬੈਠਾ ਹੁੰਦਾ ਸੀ, ਉਹ ਕਿਸੇ ਦੇ ਕੇਸ 'ਚੋਂ ਆਏ ਤੇ ਸੀ ਤਰੀਕ ਕਰਕੇ, ਉਹਨੂੰ ਘਰੋਂ ਫੋਨ ਆ ਗਿਆ, ਕਹਿੰਦੀ ਘਰੇ ਕਹਿੰਦੇ ਵੀ ਕਦੋਂ ਕਹੋਗੇ, ਉਹ ਵਕੀਲ ਕਹਿੰਦਾ ਕਹਿੰਦਾ ਦਿਨ ਛਿਪੇ ਤੱਕ ਤਾਂ ਵਿਕਿਆ ਹੋਇਆ, ਬਾਅਦ ਆਊਂਗਾ, ਪਹਿਲਾਂ ਛੱਡ ਤਾ ਆਜੂ, ਨਹੀਂ ਦਿਨ ਛਿਪੇ ਆਊ, ਮਤਲਬ ਇਸੇ ਤਰ੍ਹਾਂ। ਮੈਂ ਫਿਰ ਮੈਂ ਉੱਥੋਂ ਕਈ ਕਈ ਚੀਜ਼ਾਂ ਦੇਖਿਆ ਵੀ ਗਾਉਣ ਵਾਲਾ ਵੀ ਇਹ ਦੇਖਦਾ ਵੀ ਚੱਲ ਵਿਕਿਆ ਹੋਇਆ, ਦੋ ਘੰਟੇ ਆਪਾਂ ਲਾਓ, ਆਪਣੇ ਆਪਣੀ ਪੇਮੈਂਟ ਲੈ ਲਈ, ਸੁਣਨ ਵਾਲਾ ਸੁਣੇ ਨਾ ਸੁਣੇ, ਇਹਨਾਂ ਦੀ ਮਰਜ਼ੀ ਹੈ, ਸੁਣਨ ਵਾਲੇ ਬਸ ਜੀ ਮੋਬਾਈਲ ਤੇ ਸਟੋਰੀ ਪਾ ਦਿੰਦੇ ਵੀ ਸਾਡੇ ਆਹ ਲੱਗਿਆ, ਪਾਤਾ ਬਸ ਉਹਦੀ ਅਮਲ ਅਮਲ ਕਰਦੇ। ਜਿਵੇਂ ਆਪਾਂ ਜੀ ਘਰੇ ਖੰਡ ਪਾਠ ਹੁੰਦਾ ਗੁਰੂ ਗ੍ਰੰਥ ਸਾਹਿਬ ਕਰ ਰਹੇ ਹਾਂ, ਆਪਾਂ ਜਿਹੜਾ ਪਰਿਵਾਰ ਦਾ ਫਰਜ਼ ਹੁੰਦਾ ਵੀ ਲਵੇ ਬਹਿ ਕੇ ਬਾਣੀ ਸੁਣੀ, ਉਹਨੂੰ ਸੁਣਦੀ ਨਹੀਂ ਅੱਜ ਕੱਲ੍ਹ, ਨਾ ਨਾ ਅਸੀਂ ਤਾਂ ਫਰਜ਼ ਜਿਹਾ ਪੂਰਾ ਕੀਤਾ ਹੁੰਦਾ ਜੀ, ਗੁਰੂ ਗ੍ਰੰਥ ਸਾਹਿਬ ਘਰੇ ਆ ਗਿਆ ਵਾ ਠੀਕ ਹੈ, ਉਹ ਗੁਰੂ ਗ੍ਰੰਥ ਦੀ ਤਾਂ ਅਸੀਂ ਗੁਰੂ ਗ੍ਰੰਥ ਲਿਆਉਂਦੇ, ਕੰਮ ਤਾਂ ਅਸੀਂ ਕੋਈ ਹੋਰ ਕਰਨੇ ਹੁੰਦੇ ਨੇ ਨਾ, ਅਸੀਂ ਇਕੱਠ ਕਰਨਾ ਹੁੰਦਾ ਕੋਈ ਜਨਮ ਦਿਨ ਮਨਾਉਣ, ਬੜੀ ਵਧੀਆ ਗੱਲ ਹੈ, ਪਰ ਅਸੀਂ ਹੋਰ ਲੋਕ ਸੱਦੇ ਹੁੰਦੇ ਨੇ ਜਿਹਨਾਂ ਦੇ ਅਸੀਂ ਸਤਿਕਾਰ 'ਚ ਰੁੱਧ ਜਾਂਦੇ ਗੁਰਬਾਣੀ, ਚਲੋ ਉਹ ਵੀ ਆਪਣੀਆਂ ਆਪਣੀਆਂ ਹੈਗੇ ਨੇ, ਆਹੋ ਜੀ ਆਪਾਂ ਬੰਦਿਆਂ ਦਾ ਸਤਿਕਾਰ ਜ਼ਿਆਦਾ ਕਰਨ ਲੱਗ ਗਏ, ਹਾਂ ਉੱਥੇ ਫਰਕ ਪੈਂਦੇ ਨੇ ਨਾ ਜੀ, ਇਸੇ ਤਰ੍ਹਾਂ ਹੀ ਗਾਉਣ ਨੇ, ਗਾਉਣ ਵਾਲੇ ਨੂੰ ਵੀ
ਅਗਲਾ ਲੱਗਦਾ ਟਾਈਮ ਲਾਉਂਦਾ ਬਈ ਚਲਿਆ ਜਾਂਦਾ। ਇਹ ਆਪਾਂ ਨੂੰ ਜੀ ਪਰਿਵਾਰ ਦੇ ਵਿੱਚ ਤੁਹਾਨੂੰ ਕਿੰਨੀ ਕੁ ਛੂਟ ਮਿਲਦੀ ਆ, ਤੁਸੀਂ ਮਤਲਬ ਕਿ ਵਿਸਰੀ ਗਾਉਣ ਲੱਗੇ ਤੇ ਪਰਿਵਾਰ ਤੁਹਾਨੂੰ ਖਿੱਚਦਾ ਦੀ ਪਏ ਨੂੰ ਵੀ ਨਾ ਵੀ ਤੁਸੀਂ ਨਹੀਂ ਜਾਣਾ ਇੱਧਰ ਨੂੰ ਬਾਪੂ, ਵੀ ਜਾਂ ਕਹਿੰਦੇ ਤੇ ਵੀ ਚੱਲ ਬਈ ਅਸੀਂ ਤੇਰਾ ਸਾਥ ਦਿੰਦੇ ਹਾਂ ਵੀ ਜਿਹੜਾ ਕੋਈ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰੋ। ਮੈਨੂੰ ਲੱਗਦਾ ਮੈਂ 17-18 'ਚ ਪਹਿਲਾਂ ਅਸੀਂ ਗਾਣਾ ਪਾਇਆ ਸੀ ਮਿਊਜ਼ਿਕ ਅਤੇ ਝੂਲ ਦੇ ਸ਼ਰਾਬੀ 18 'ਚ ਸ਼ਾਇਦ ਪਾਇਆ ਸੀ। ਸੁਣਾਓ ਜੀ ਫਿਰ ਮਾੜਾ ਮੋਟਾ। ਹਾਂ ਉਹ ਏਦਾਂ ਸੀ, ਹੋ ਸੱਚੀ ਗੱਲ ਵਿੱਚ ਸਵਾ ਦੇ ਟਹਿਣੀ ਬੇ ਔਖੀ ਆ, ਝੂਠੇ ਨੂੰ ਚੋਟੀ ਉਸਦੀ ਸਹਿਣੀ ਬੇ ਔਖੀ ਆ, ਲੀਡਰ ਨਾ ਚੁਣੋ ਦੇਸ਼ ਦਾ, ਲੀਡਰ ਨਾ ਚੁਣੋ ਦੇਸ਼ ਦਾ, ਬੰਦੇ ਬਈ ਦਾਗੀ ਨੂੰ ਅਸਲਾ ਨਾ ਚੱਕਣ ਰਹੀਏ, ਝੂਲ ਦੇ ਸ਼ਰਾਬੀ ਨੂੰ ਖਬਰ ਹੈ ਕਦ ਚੰਦ ਚਾੜ ਦੇ, ਭੁੱਲ ਕੇ ਵੀ ਫੇਸਬੁੱਕ ਤੇ ਅੱਖਾਂ ਨਾ ਚਾਰ ਕਰੋ, ਕੋਰਟ ਵਿੱਚ ਮੈਰਿਜ ਕਰਕੇ ਹੱਦਾਂ ਨਾ ਪਾਰ ਕਰੋ, ਧੋਨੀ ਕੋਈ ਸਾਬਣ ਸਕਦਾ, ਧੋਨੀ ਕੋਈ ਸਾਬਣ ਸਕਦਾ, ਹੋਈ ਪੱਗ ਦਾਗੀ ਨੂੰ ਅਸਲਾ ਨਾ ਚੱਕਣ ਦਈਏ, ਝੂਲ ਦੇ ਸ਼ਰਾਬੀ ਨੂੰ ਖਬਰ ਹੈ ਕਦ ਚੰਦ ਚਾੜ ਦੇ, ਸੱਜੀ ਬਾਹ ਹੁੰਦੇ ਪਾਈ ਭਾਈਆਂ ਬਿਨ ਬੈਕ ਨਹੀਂ, ਝਾਕੇ ਜੋ ਅੱਖ ਚਰਾ ਕੇ ਯਾਰੀ ਦੇ ਲੈਕ ਨਹੀਂ, ਅੱਜ ਨੀ ਤਾਂ ਕੱਲ ਪਲਾ ਦੂ, ਅੱਜ ਨੀ ਤਾਂ ਕੱਲ ਪਲਾ ਦੂ, ਉਹ ਤਾਂ ਸੌ ਖਾਧੀ ਨੂੰ ਅਸਲਾ ਨਾ ਚੱਕਣ ਦਈਏ, ਝੂਲ ਦੇ ਸ਼ਰਾਬੀ ਨੂੰ ਖਬਰ ਹੈ ਕਦ ਚੰਦ ਚਾੜ ਦੇ। ਆਲੂ ਪੱਟ ਰਹੇ ਸੀ ਸਾਡੇ ਪਿੰਡੋ ਹੀ ਬੱਚੇ, ਤੇ ਮੈਂ ਟੋਰਾ ਵਗੈਰਾ ਜਾਂ ਮੇਰੇ ਉਹਨਾਂ ਨੇ ਲਾ ਤਾ ਚਾਦਰਾ ਚੂਦਰਾ ਜਾ ਪਾ ਕੇ, ਸ਼ਮਲਾ ਜੀ ਉਹਨੀ ਬੈਠੇ ਤੇ ਹਨਾ, ਮੈਂ ਸ਼ਮਲਾ ਜੀ ਨੂੰ ਕਿਹਾ ਮੈਂ ਕਿਹਾ ਯਾਰ ਹੁਣ ਉਮਰ 60 ਦੇ ਨੇੜੇ ਲੱਗ ਗਈ, ਟੋਰਾ ਤਾਂ ਇਹ ਮੇਰੇ 40 ਸਾਲ ਪਹਿਲਾਂ ਲਾ ਰਿਹਾ ਸੀ ਆਪਣੇ ਜੱਬੋ ਮਾਜਰਾ ਨੇੜੇ ਨਾ, ਗਿੱਲ ਨੇ ਮੈਨੂੰ ਬਹੁਤ ਜ਼ੋਰ ਲਾਇਆ ਲੈਣ ਚ ਲਿਆਉਣ ਨੂੰ, ਬਹੁਤ ਲੰਮੀ ਕਹਾਣੀ ਆ ਉਹ ਸੱਜਣ ਨਾਲ ਮੇਰੀ, ਬਹੁਤ ਜ਼ੋਰ ਲਾਇਆ ਪਰ ਮੈਂ ਕੁਛ ਵੀ ਕਹਿ ਲਓ ਮੈਂ ਨਹੀਂ ਗਿਆ ਉਹ ਸਾਈਡ ਤੇ, ਤੇ ਉਰੇ ਜਿਹਾ ਟੋਰਾ ਲਿਆ, ਮੈਂ ਖੈਰ ਮੈਨੂੰ ਔਖਾ ਜਿਹਾ ਲੱਗਦਾ, ਉਹ ਕਹਿੰਦਾ ਕੁਛ ਨੀ ਤੂੰ ਲਾ ਕੇ, ਉਹ ਇਹਦੀ ਫਿਰ ਵੀਡੀਓ ਇੱਥੇ ਹੀ ਬਣਾਈ। ਜਿਹੜੀ ਗੱਲ ਤੁਸੀਂ ਪੁੱਛਿਆ ਵੀ ਤੁਹਾਨੂੰ ਕਿੰਨੀ ਕੁ ਸਪੋਰਟ ਮਿਲੀ, ਹਾਂਜੀ ਇੱਥੋਂ ਤੱਕ ਮੈਨੂੰ ਕੋਈ ਸਪੋਰਟ ਨਹੀਂ ਮਿਲੀ ਪਰਿਵਾਰ ਦੀ, ਜਦੋਂ ਮੈਂ ਗਾਣਾ ਪਾਇਆ ਤੇ ਮੈਨੂੰ ਉਦੋਂ ਥੋੜਾ ਥੋੜਾ ਫਿਰ ਪਰਿਵਾਰ ਨੂੰ ਐ ਜੇ ਲੱਗਿਆ ਵੀ ਯਾਰ ਇਹ ਹੁਣ ਹਟਦਾ ਤਾਂ ਹੈ ਨੀ, ਚੱਲ ਤੇਰੀ ਮਰਜ਼ੀ, ਸਪੋਰਟ ਨੀ ਮਿਲੀ। ਜੇ ਸਪੋਰਟ ਮਿਲਦੀ ਚਲੋ, ਵੈਸੇ ਤਾਂ ਮੁਕੱਦਰ ਦੇ ਖੇਲ ਹੁੰਦੇ ਨੇ ਜੋ ਹੋਣਾ ਤਾਂ ਉਹੀ ਹੁੰਦਾ ਹੈ ਨਾ, ਤੇ ਜੇ ਸਪੋਰਟ ਮੈਨੂੰ ਜਦੋਂ ਮੈਂ ਸ਼ੁਰੂ ਹੋਇਆ ਕਰਿਆ ਤੇ ਜੇ ਮੈਨੂੰ ਪਰਿਵਾਰ ਥੋੜਾ ਜਿਹਾ ਸਾਂਭ ਕੇ ਲਾ ਦਿੰਦਾ ਤਾਂ ਗੱਲ ਕੋਈ ਹੋਰ ਹੁੰਦੀ, ਵਾਕਈ ਹੋਰ ਹੁੰਦੀ। ਸਹੀ ਗੱਲ ਆ ਜੀ, ਬਾਅਦ ਚੋਂ ਜਦ ਸਮਾਂ ਲੰਘ ਜਾਂਦਾ ਜੀ ਹਰੇਕ ਬੰਦਾ ਸੋਚਦਾ ਜੀ, ਕਾਸ ਉਦੋਂ ਮੇਰੇ ਘਰ ਦੇ ਨਾਲ ਮੇਰੇ ਨਾਲ ਖੜੇ ਹੁੰਦੇ ਵੀ ਅੱਜ ਸ਼ਾਇਦ ਮੈਂ ਕਿਸੇ ਹੋਰ ਮੁਕਾਮ ਤੇ ਹੁੰਦਾ, ਪਰ ਇੱਕ ਗੱਲ ਇਹ ਵੀ ਹੈ ਜੀ ਪਰਮਾਤਮਾ ਨੇ ਜਿੱਥੇ ਰੱਖਣਾ ਉਹਦੀ ਮਰਜ਼ੀ, ਉਹਨੇ ਕਿਹੜੇ ਰਾਹ ਲੈ ਕੇ ਜਾਣਾ ਆਪਾਂ ਨੂੰ ਜੀ। ਨਹੀਂ ਹੁਣ ਦੇਖੋ ਉਮਰ ਵੱਧ ਗਈ, ਉਮਰ ਵਧਣ ਦੇ ਨਾਲ ਇਹ ਵੀ ਹੋ ਗਿਆ ਕਿ ਹੁਣ ਜੋ ਸਤਿਕਾਰ ਮਿਲਦਾ ਹਾਂ ਜੀ, ਹੁਣ ਜੋ ਗਾਈਦਾ ਪਾਈਦਾ
ਹੁਣ ਜਿਹੜਾ ਸਤਿਕਾਰ ਮਿਲਦਾ ਮੈਨੂੰ ਲੱਗਦਾ ਉਦੋਂ ਵੱਧ ਮਿਲਦਾ, ਉਹੀ ਗੱਲ ਆਈ ਇਹਦਾ ਪਰਮਾਤਮਾ ਦੀ ਹੈ। ਤੇ ਬਹੁਤ ਵਧੀਆ ਫੋਨ ਕਰਕੇ ਸਾਰੇ ਬੱਚੇ ਬੱਚੀਆਂ ਸਿਆਣੇ ਬਹੁਤ ਸਤਿਕਾਰ ਦਿੰਦੇ ਨੇ, ਉਹ ਮੈਨੂੰ ਪਤਾ ਹੈ ਮੈਨੂੰ ਫਿਰ ਕੀ ਮਹਿਸੂਸ ਹੁੰਦਾ ਹੈ, ਉਹ ਦੱਸਿਆ ਨਹੀਂ ਜਾ ਸਕਦਾ। ਜਦੋਂ ਬਿਆਨ ਨਹੀਂ ਹੁੰਦੀ, ਨਹੀਂ ਹੁੰਦੀ ਉਹ ਚੀਜ਼ਾਂ, ਜ਼ਿਆਦਾ ਸਤਿਕਾਰ ਮਿਲਦਾ। ਆਪਣੇ ਜੀ ਜਿਹੜਾ ਗੱਲ ਜੱਬੋ ਮਾਜ ਨਾਲ ਥੋੜਾ ਕਿੰਨਾ ਕੁ ਪਿਆਰ ਸੀ ਉਹਨਾਂ ਨਾਲ, ਬਹੁਤ ਸੋਹਣੇ ਰਾਈਟਰ ਤੇ ਬਹੁਤ ਸੋਹਣੇ ਗੀਤਕਾਰ। ਪਿਆਰ ਤਾਂ ਅਸਲ ਵਿੱਚ ਕੀ ਹੋਇਆ ਨਾ, ਉਹ ਵੀ ਇੱਕ ਲੰਮੀ ਕਹਾਣੀ ਸੀ, ਜੋ ਉਹ ਮੇਰੀ ਸ਼ੁਰੂਆਤ ਦੀ ਗੱਲ ਹੈ ਜੇ ਅਸੀਂ ਗਾਉਣ ਲੱਗੇ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਅਸੀਂ ਅੱਜ ਮੇਰੇ ਖਿਆਲ ਜਰਗ ਦਾ ਮੇਲਾ ਹੈ, ਅੱਜ ਜਰਗ ਦਾ ਮੇਲਾ ਆਤਮਾ, ਉਹ ਉਦੋਂ ਇੱਕ ਸਰਕਾਰੀ ਨੌਕਰੀ ਜੋਬ ਨੂੰ ਫਿਰਦਾ ਸੀ, ਉਹਨੇ ਸਾਡੇ ਨਾਲ ਇੱਕ ਮੁੰਡਾ ਹੋਰ ਭੇਜਤਾ। ਗਾਉਣ ਦੀ ਵੀ ਇੱਕ ਅੱਡਾ ਹੁੰਦਾ ਵੀ ਇੱਥੇ ਗਾਉਣ ਨੇ ਲੱਗਣਾ, ਆਹ ਜਗ੍ਹਾ ਵਧੀਆ, ਉੱਥੇ ਬਣਿਆ ਵਾ ਹੁੰਦਾ ਹਰ ਸਾਲ ਲੋਕਾਂ ਨੇ ਉੱਥੇ ਹੀ ਬੈਠਣਾ ਹੁੰਦਾ। ਜਦ ਅਸੀਂ ਉੱਥੇ ਗਏ ਉੱਥੇ ਇੱਕ ਕਮਿਸ਼ਨ ਹੋਰ ਲੱਗਿਆ ਵਾ, ਅਸੀਂ ਇੱਕ ਸਾਈਡ ਜੀ ਤੇ ਖੂਹ ਜਾਤੀ ਨਾਲ ਉੱਥੇ ਸੀ ਧਰ ਲਿਆ। ਸਾਡੇ ਬੁੜੇ ਵੀ ਸਾਨੂੰ ਸੁਣਨ ਚਲੇ ਗਏ, ਸਾਡੀ ਸ਼ੁਰੂਆਤ ਬੀਤੀ ਗਾਉਣ ਦੀ ਤੇ ਬੁੜੇ ਵੀ ਸੁਣਨ ਚਲੇ ਗਏ। ਕੀ ਹੋਇਆ, ਅਸੀਂ ਸਾਊਂਡ ਜਿਹਾ ਲਾ ਕੇ ਗਾਉਣ ਲੱਗੇ, ਦੋ ਕੁ ਕਵਿਤਾ ਲਾਈ, ਸਾਡੇ ਕੋਲ ਬੰਦੇ ਵੀ ਥੋੜੇ, ਬਾਕੀ ਸਾਡਾ ਸਾਊਂਡ ਬੰਦ ਹੋ ਗਿਆ। ਉਹ ਮੁੰਡਾ ਸਾਡੇ ਨਾਲ ਹੋਰ ਗਿਆ ਸੀ, ਉਦੋਂ ਸਾਊਂਡ ਨਾ ਰੇਡੂਆ ਨਾ ਚੱਲਿਆ, ਬੰਦ ਹੋ ਗਿਆ। ਬੁੜੇ ਸਾਡੇ ਬੈਠੇ, ਤੁਹਾਡੀ ਬੜੀ ਅਸੀਂ ਬਹੁਤ ਬੇਇੱਜ਼ਤੀ ਜੀ ਸਮਝੀ ਵੀ ਯਾਰ ਮਾੜਾ ਹੋਇਆ। ਫਿਰ ਅਸੀਂ ਬੰਦੇ ਹੋ ਗਿਆ ਗਾਉਣ ਗੂਣ, ਸਾਡਾ ਕੁਛ ਨੀ ਲੱਗਿਆ ਲੁਗਿਆ। ਤੇ ਉਹ ਕਮਿਸ਼ਨਰ ਨੇ ਵੀ ਸਾਡੀ ਚੰਗੀ ਲਾਪਾ ਕੀਤੀ, ਚੱਕੇ ਤੁਰ ਪੈਂਦਾ ਹਰੇਕ ਗਾਉਣ ਲੱਗ ਜਾਂਦਾ ਫਲਾਣਾ, ਤੇ ਇਹ ਸਾਡੇ ਬੁੜੇ ਬੈਠੇ। ਚਲੋ ਮੇਰੀ ਤਾਂ ਉਮਰ ਛੋਟੀ ਸੀ, ਸਾਡੇ ਜਿਹੜੇ ਵੱਡੇ ਸੀ ਨਾ ਭਰਾ ਮੇਰੇ ਦਲੀਪ ਹੋਣੀ ਗੁਰਬਖਸ਼ ਹੋਣੀ, ਉਹ ਉੱਥੇ ਸੌਹਾਂ ਲਾ ਕੇ ਖਾਣ ਵੀ ਅੱਜ ਤੋਂ ਗਾਉਣਾ ਨੀ ਹੈਗਾ, ਬੰਦ ਕਰਤਾ, ਇਹ ਬੇਇੱਜ਼ਤੀ ਨੀ ਚੱਲੀ ਜਾਂਦੀ। ਲਿਆ ਕੇ ਸ਼ਾਮਾਂ ਜੇ ਨੂੰ ਰੇਡੂਆ ਸਾਈਕਲਾਂ ਜੇ ਉੱਤੇ ਲੈ ਕੇ ਜਾਂਦੇ ਹੁੰਦੇ, ਇੰਨੇ ਨੂੰ ਉਹ ਆ ਗਿਆ ਬਾਈ ਸਾਡਾ ਆਤਮਾ ਵੀ, ਤੇ ਘਰੇ ਲਿਆ ਕੇ ਰੇਡੂਆ ਧਰਤਾ, ਕਹਿਣ ਉਹਨੂੰ ਕਹਿਣ ਲੱਗ ਗਏ ਲੈ ਵੀ ਆਤਮਾ ਅੱਜ ਤੋਂ ਬਾਅਦ ਨੀ ਗਾਉਣਾ, ਬੰਦ ਕਰਤਾ ਯਾਰ ਅਸੀਂ ਤਾਂ ਫਲਾਣਾ ਤਿਮਕਾ। ਉਹ ਸਿਆਣਾ ਸੀ ਮੁੰਡਾ, ਕਹਿੰਦਾ ਯਾਰ ਤੁਸੀਂ ਐਂ ਕਰੋ ਵੀ ਕੱਲ ਨੂੰ ਜੱਬੋ ਮਾਜਰੇ ਦਾ ਮੇਲ ਹੈ, ਉਹਨੂੰ ਦੱਸਿਆ ਵੀ ਇੱਦਾਂ ਸਾਊਂਡ ਬੰਦ ਹੋ ਗਿਆ, ਸਾਡੇ ਤਾਂ ਬੁੜੇ ਬੈਠੇ, ਸਾਡੇ ਤਾਂ ਹੱਥ ਕੋਈ, ਉਹਨਾਂ ਨੇ ਸਾਨੂੰ ਐਂ ਕਿਹਾ ਐਂ ਕਿਹਾ, ਟੁੱਟ ਜਾਂਦਾ ਜੀ ਅੰਦਰੋਂ, ਟੁੱਟ ਗਿਆ। ਤੇ ਉਹ ਕਹਿੰਦਾ ਵੀ ਤੁਸੀਂ ਐਂ ਕਰੋ ਕੱਲ ਨੂੰ ਜੱਬੋ ਮਾਜਰੇ ਦਾ ਮੇਲ ਹੈ, ਮੈਂ ਕਰਦਾ ਇਹਨੂੰ ਠੀਕ, ਕੱਲ ਨੂੰ ਆਪਾਂ ਜੱਬੋ ਮਾਜਰੇ ਦੇ ਮੇਲੇ ਤੇ ਚੱਲਾਂਗੇ ਜੀ। ਆਪਣੇ ਨਾਲ ਕੱਲ ਨੂੰ ਵੀ ਇਹੀ ਬਣੀ, ਜੇ ਕੱਲ ਨੂੰ ਵੀ ਇਹੀ ਬਣੀ ਤੁਸੀਂ ਗਾਉਣ ਬੰਦ ਕਰ ਦੋ, ਮੈਂ ਰੇਡੂਆ ਵੇਚ ਦੂ। ਲੱਗ ਜਾਣ ਦੋ ਜਿੱਥੇ ਲੱਗਦੇ ਨੇ, ਉਹੀ ਕਮਿਸ਼ਨ ਉੱਥੇ ਗਏ ਤੇ ਉਹ ਲੱਗ ਗਏ, ਉਹਨਾਂ ਕਹਿੰਦਾ ਗਾਉਣ ਲੱਗ ਗਏ। ਅਸੀਂ ਉਹਨਾਂ ਦੇ ਮੂਹਰੇ ਨਾਲੇ ਲੱਗਦਾ ਸਾਊਂਡ ਧਰ ਲਿਆ, ਉਹਨਾਂ ਦੇ ਵਿੱਚ ਪੈਂਦਾ ਸਾਡੇ ਵਿੱਚ ਉਹਨਾਂ ਦਾ ਪੈਂਦਾ, ਤੇ ਅਸੀਂ ਉਹ ਗਾਉਣ ਲੱਗ ਗਏ। ਅਸੀਂ ਵੀ ਗਾਉਣ ਲੱਗ ਗਏ ਥੜੀ ਜੀ ਤੇ ਖੜ ਕੇ, ਉਦਾਂ ਹੀ ਉਹਨੇ ਸਾਊਂਡ ਵਧੀਆ ਫਿੱਟ ਕਰਿਆ, ਸਾਊਂਡ ਵਧੀਆ ਸੀ ਵੈਸੇ। ਤੇ ਉਹਨੇ ਜਦੋਂ ਗਾਉਣ ਲੱਗੇ ਅਸੀਂ ਵੀ ਗਾਉਣ ਲੱਗ ਗਏ, ਗਾਉਣ ਲੱਗੇ ਤੇ ਸਾਡਾ ਵਧੀਆ ਚੱਲ ਪਿਆ ਕੰਮ ਉਹਨਾਂ ਨਾਲ, ਫਿਰ ਉਹੀ ਉਹਨਾਂ ਨਾਲ ਬਣੀ, ਸਾਡੇ ਨਾਲ ਸਾਡਾ ਜਿਵੇਂ ਬੰਦ ਹੋਇਆ ਉਹਨਾਂ ਦਾ ਵੀ ਬੰਦ ਹੋਇਆ ਉਦਾਂ ਹੀ। ਤੇ ਉੱਥੇ ਗਾਉਂਦੇ ਨੂੰ ਫਿਰ ਮੈਨੂੰ ਜੱਬੋ ਮਾਜਰੇ ਗਿੱਲ ਸਾਹਿਬ ਲੈ ਗਏ ਸੀਗੇ, ਹਾਂ, ਤੇ ਉੱਥੇ ਉਹਨੇ ਮੈਨੂੰ ਸੁਣਿਆ ਤੇ ਉੱਥੇ ਮੇਰਾ ਉਹਦੇ ਨਾਲ ਥੋੜ੍ਹਾ ਜਿਹਾ ਪ੍ਰੇਮ, ਮੇਰੇ ਤੋਂ ਵੱਡੇ ਸੀ ਖਾਸੇ, 8-10 ਸਾਲ ਵੱਡੇ ਸੀਗੇ, ਤੇ
ਉੱਥੇ ਮੇਰਾ ਉਹਦੇ ਨਾਲ ਪ੍ਰੇਮ ਬਣਿਆ, ਖਾਸਾ ਬਣਿਆ। ਫਿਰ ਮੈਨੂੰ ਲੁਧਿਆਣੇ ਵੀ ਲਿਜਾਂਦੇ ਰਹੇ ਮਾਰਕੀਟ 'ਚ, ਉਹ ਗਾਉਣ ਵਾਲੇ ਇੰਡੀਆ 'ਚ ਬਹਿ ਕੇ ਗੱਲਾਂ ਬਾਤਾਂ ਸਾਰਿਆਂ ਨਾਲ ਮੇਰੀਆਂ ਹੋਈਆਂ ਨੇ, ਅਤੇ ਉੱਥੇ ਮੈਨੂੰ ਗਾਉਣ ਦੀਆਂ ਔਫਰਾਂ ਵੀ ਮਿਲੀਆਂ। ਮੈਂ ਵੀ ਆਪਣੇ ਗੱਲੇ ਜੱਬੋ ਮਾਜਰੇ ਜਾਂ ਬਰਸੀ ਦੀ ਉੱਥੇ ਜੱਬੋ ਮਾਜਰੀ ਕਲਦੀਪ ਮਾਨਕ ਆਇਆ, ਮੈਂ ਵੀ ਗਿਆ ਸੀ। ਮੈਂ ਉਹ ਕਲਦੀਪ ਮਾਨਕ ਉੱਥੇ ਰੋਣ ਲੱਗ ਗਿਆ ਸੀ। ਹਾਂ, ਉਹ ਕਹਿੰਦਾ ਵੀ ਹੁਣ ਮੈਂ ਤੋਂ ਗਿਆ ਨਹੀਂ ਜਾਂਦਾ ਵੀ ਮੇਰਾ ਨਹੀਂ ਗਿਆ ਸੀ। ਕੁਲਦੀਪ ਮਾਨਕ ਨੂੰ ਉੱਥੇ ਜਦੋਂ ਮੈਂ ਵੀ ਗਿਆ ਹੋਇਆ ਸੀ, ਤੇ ਜਦੋਂ ਕੁਲਦੀਪ ਮਾਨਕ ਨੂੰ ਗਾਉਣ ਲਿਆ, ਉਹਨੇ ਫਿਰ ਇੱਕੋ ਗੱਲ ਲੈਣ ਕਹੀ ਸੀ ਅੱਖਾਂ 'ਚ ਨਜਾਇਜ਼ ਵੀ, ਮੇਰੇ ਯਾਦ ਹੈ। ਮੈਂ ਵੀ ਉੱਥੇ ਹੈ ਨਾ, ਉਹ ਕਹਿ ਕੇ ਫਿਰ ਉੱਤਾਂ ਹਾਂ ਮਾਰ ਮਾਰ ਰੋਣ ਲੱਗ ਗਿਆ। ਫਿਰ ਉਹਨੇ ਇਹ ਗੱਲ ਕਹੀ ਸੀ ਕਿ ਮੇਰੇ ਹਾਲੇ ਯਾਦ ਹੈ, ਚਲੋ ਤੂੰ ਉੱਥੇ, ਕਹਿੰਦਾ ਵੀ ਅੱਜ ਗਾਉਣ ਨਹੀਂ, ਕਹਿੰਦਾ ਅੱਜ ਤਾਂ ਰੋਣ ਆਏ, ਬਹੁਤ ਰੋਇਆ। ਸਹੀ ਗੱਲ ਹੈ, ਇਹ ਗੱਲ ਕਹੀ। ਤੇ ਚੰਗਾ ਰਾਈਟਰ ਸੀ ਜੱਬੋ ਮਾਜਰੇ ਵਾਲਾ, ਗੱਲ ਵਧੀਆ ਗਾਣੇ ਦਿੱਤੇ ਉਹਨੇ ਮਾਰਕੀਟ 'ਚ। ਠੀਕ, ਜਿਹੜੇ ਆਪਾਂ ਨੂੰ ਜੀ ਕਵਿਸਰੀ ਦੇ ਤੁਹਾਨੂੰ ਪ੍ਰੋਗਰਾਮ ਆਉਂਦੇ ਨੇ, ਇਹ ਧਾਰਮਿਕ ਜਗ੍ਹਾ ਜ਼ਿਆਦਾ ਆਉਂਦੇ ਨੇ ਜਾਂ ਵਿਆਹ ਸ਼ਾਦੀਆਂ 'ਚ ਵੀ ਬੁਲਾਉਂਦੇ ਨੇ ਤੁਹਾਨੂੰ? ਕਵਿਸ਼ਰੀ ਦੇ ਪ੍ਰੋਗਰਾਮ ਤਾਂ ਅਸਲ ਲੱਗਦੇ ਨੇ ਧਾਰਮਿਕ, ਗੁਰੂ ਘਰਾਂ 'ਚ, ਡੇਰਿਆਂ 'ਚ, ਕਿਤੇ ਵੀ ਲਾ ਲਓ, ਮੰਦਰ 'ਚ ਲਾ ਲਓ, ਹਰ ਜਗ੍ਹਾ ਕਵਿਸ਼ਰ ਹਰ ਜਗ੍ਹਾ ਜਾਂਦਾ ਹੁੰਦਾ। ਅਤੇ ਇਹ ਤਾਂ ਇਹੀ ਨੇ ਜਿਹੜੇ ਵਿਆਹਾਂ ਦੇ ਪ੍ਰੋਗਰਾਮ ਨੇ, ਵਿਆਹਾਂ ਦੇ ਪ੍ਰੋਗਰਾਮ ਇੱਥੇ ਬਹੁਤ ਲਾਏ ਨੇ, ਬਹੁਤ ਜ਼ਿਆਦਾ ਲਾਏ ਨੇ। 2.5 ਮਹੀਨੇ ਲਗਭਗ ਮੈਂ ਘਰ ਨਹੀਂ ਆਇਆ, ਕਿਸੇ ਦਿਨ ਮਿਲਣੇ ਆਉਂਦਾ ਸੀ। ਅਤੇ ਜਿਹੜਾ ਗੁਰੂ ਘਰਾਂ ਦੇ ਧਾਰਮਿਕ ਨਗਰ ਕੀਰਤਨ ਗਾਉਣਾ, ਉਹ ਧਾਰਮਿਕ ਸਾਡੇ ਸਿੱਖ ਇਤਿਹਾਸ ਨਗਰ ਕੀਰਤਨ 'ਚ ਚੱਲਦਾ ਹੈ, ਮੰਦਰਾਂ 'ਚ ਉੱਦਾਂ ਦੇ ਚੱਲਦੇ ਨੇ, ਡੇਰਿਆਂ ਵਗੈਰਾ। ਅਤੇ ਜਿਹੜਾ ਵਿਆਹ ਦੇ ਪ੍ਰੋਗਰਾਮ ਨੇ ਉਹਦੇ ਵਿੱਚ ਇਹ ਜਿਹੜਾ ਆਪਾਂ ਹੁਣ ਤੁਹਾਨੂੰ ਪਤਾ ਹੀ ਆ, ਝੂਲਦੇ ਸ਼ਰਾਬੀ ਹੋਇਆ ਜਾਂ ਨੁਕਤੇ ਨਗਤੇ ਜਾਂ ਕੋਈ ਹੋਰ ਬੱਟ ਤੇ ਮੋਰਨੀ ਬਹੁਤੀ ਵਰਸਸ ਮੰਮੀ, ਇਹਨਾਂ ਦੀ ਝਗੜੇ ਝੁਗੜੇ ਇਦਾਂ ਦੇ, ਮਤਲਬ ਅਸੀਂ ਨੋਕ ਚੋਕ ਉਹ ਚੱਲਦੇ ਨੇ। ਝੂਲਦੇ ਸ਼ਰਾਬੀ ਤੋਂ ਯਾਦ ਆਇਆ ਜੀ ਤੁਹਾਨੂੰ, ਜਾਂ ਵਿਆਹਾਂ ਦੇ ਵਿੱਚ ਧਾਰਮਿਕ ਜਗ੍ਹਾ ਤੇ ਹੁੰਦੇ ਉਹ ਤਾਂ ਤੁਹਾਨੂੰ ਪਤਾ ਹੀ ਆ ਜੀ, ਉੱਥੇ ਤਾਂ ਕੋਈ ਤੰਗ ਕਰਦਾ ਨਹੀਂ ਹੈਗਾ, ਵਿਆਹਾਂ ਦੇ ਵਿੱਚ ਸ਼ਰਾਬੀ ਸ਼ਰੂਬੀ ਨਹੀਂ ਤੰਗ ਕਰਦੇ ਵੀ ਸਾਨੂੰ ਤਾਂ ਉਹ ਗਾਣਾ ਸੁਣਾਓ ਜੀ, ਅਸੀਂ ਇਹ ਸੁਣਨਾ ਜੀ। ਨਹੀਂ, ਸ਼ਰਾਬੀ ਤੰਗ ਤਾਂ ਨਹੀਂ ਕਰਦੇ, ਉਹ ਸਿਫਾਰਸ਼ਾਂ ਦੇਖ ਲਾਉਂਦੀ ਵੀ ਸਾਨੂੰ ਆਹ ਸੁਣਾਓ ਆਹ ਸੁਣਾਓ। ਜਿਹੜੀ ਤੁਸੀਂ ਕਹਿੰਦੇ ਹੋ ਗੱਲ ਵੀ ਧਾਰਮਿਕ ਪ੍ਰੋਗਰਾਮ ਤੇ ਨਹੀਂ ਤੰਗ ਕਰਦੇ, ਹਾਂਜੀ, ਮੈਂ ਇੱਕ ਗੁਰੂ ਘਰ ਗਿਆ ਗਾਉਣ, ਥੋੜੀ ਜਿਹੀ ਦੀ ਗੱਲ ਹੈ, ਮਾਰਚ ਦੀ। ਉਹ ਅਸੀਂ ਉੱਥੇ ਗਾਉਣ ਲੱਗ ਗਏ ਗੁਰੂ ਘਰ 'ਚ, ਅਸੀਂ ਧਾਰਮਿਕ ਗਾਉਣਾ ਹੀ ਸੀ, ਹਾਂਜੀ। ਤੇ ਉਹ ਸਾਨੂੰ ਸਾਰੇ ਲੋਕ ਉੱਠ ਕੇ ਕਹਿੰਦੇ ਵੀ ਇਹ ਨਹੀਂ ਸੁਣਨਾ, ਜਿਹੜਾ ਕੰਮ ਨੂੰ ਤੁਹਾਨੂੰ ਬੁਲਾਇਆ ਸਾਨੂੰ ਤਾਂ ਉਹ ਸੁਣਾਓ। ਅਸੀਂ ਕਿਹਾ ਵੀ ਗੁਰੂ ਘਰ ਥੋੜਾ ਜਿਹਾ ਸਾਨੂੰ ਮਹਿਸੂਸ ਹੁੰਦਾ ਵੀ ਨਹੀਂ ਚੰਗਾ ਲੱਗਦਾ। ਉਹ ਕਹਿੰਦੇ ਨਹੀਂ, ਤੁਹਾਡੀਆਂ ਸਾਰੀਆਂ ਚੀਜ਼ਾਂ ਵਧੀਆ ਨੇ, ਲੱਚਰ ਤਾਂ ਹੈ ਨਹੀਂ ਯਾਰ, ਤੁਸੀਂ ਤੁਹਾਨੂੰ ਇਸੇ ਕੰਮ ਫਿਰ ਸਭ ਤੋਂ ਉਹਨਾਂ ਨੇ ਇਹ ਆ ਸਾਰੇ ਗਾਣੇ ਉੱਥੇ ਸੁਣੇ ਨੇ ਗੁਰੂ ਘਰ, ਬਟ ਤੇ ਮੋਰਨੀ ਤਾਂ ਨਹੀਂ ਸੁਣਿਆ ਤੇ ਹੋਰ ਅਸੀਂ ਸੁਣਾਇਆ ਨਹੀਂ ਨਾ। ਇੱਕ ਆਪਣਾ ਜੀ ਯੂਟਿਊਬ ਤੇ ਉਹ ਪੱਟ ਤੇ ਮੋਰਨੀ ਦਾਦੇ ਤੇ ਪੋਤੇ ਵਾਲਾ ਬੜਾ ਚੱਲਿਆ ਜੀ, ਉਹ ਯਾਰ ਮੇਰੇ ਦਿਮਾਗ 'ਚ ਦੋ ਲਾਈਨਾਂ ਸੁਣਾਓ ਤੁਸੀਂ, ਉਹ ਮੈਂ ਤੁਹਾਨੂੰ ਵਿੱਚੋਂ ਜੀ ਮੇਰਾ ਇੱਕ ਲਾਈਨ ਸੁਣਾਉਂਦਾ ਹੈ ਨਾ, ਜਿਹੜੀ ਮਹਾ ਉਹ ਪੁੱਤਰ ਬਹੁਤ ਸੋਹਣੀ ਸੀ ਉਹ ਚੀਜ਼ ਜਿਹੜੀ। ਹਾਂ, ਉਹ ਮੱਟ ਮੱਟ ਨੇ ਲਿਖੀ ਸ਼ੇਰੋਂ, ਹਾਂ ਜੀ, ਸ਼ੇਰੋਂ ਵਾਲੇ ਮੱਟ ਨੇ, ਅਸੀਂ ਮਲੇਸ਼ੀਆ ਬੈਠੇ ਸੀ, ਉਹ ਥੋੜੀ ਜਿਹੀ ਪਹਿਲਾਂ ਉਹਦੀ ਚਲਾਈ ਵੀ ਤੀ ਤੇ ਉਹ ਫਿਰ ਸੈੱਟ ਜੀ ਕਰਕੇ ਅਸੀਂ ਉੱਥੇ, ਉਹ ਜਿਹੜੀ ਚੱਲੀ ਨਾ ਆਪਣੀ ਤੁਸੀਂ ਸੁਣੀ, ਉਹ ਅਸਲ ਵਿੱਚ ਅਸੀਂ ਇੱਕ ਸਾਨੂੰ ਸ਼ਾਮ ਨੂੰ ਉੱਥੇ ਆਪਣੇ ਪੰਜਾਬੀ ਬਹੁਤ ਨੇ ਬੁਲਾ ਲੈਂਦੇ ਸੀ ਘਰੇ ਵੀ ਯਾਰ ਬਾਪੂ ਜੀ ਅੱਜ ਸਾਡੇ ਤੁਸੀਂ ਸ਼ਾਮ ਨੂੰ ਖਾਣਾ ਖਾ ਕੇ ਜਾਣਾ, ਸਾਨੂੰ ਮਿਲ ਕੇ ਜਾਣਾ, ਪਰਿਵਾਰ ਸਾਰਾ ਬਹਿ ਜਾਂਦੇ ਬੱਚੇ ਸਾਰੀਆਂ ਬੱਚੀਆਂ। ਤੇ ਫਿਰ ਅਸੀਂ ਕੀ ਕਰਿਆ ਨਾ, ਦਿਨ ਤਾਂ ਅਸੀਂ 20 ਕਰਾਉਣਾ ਸੀ, ਸੁਨੇਹੇ ਜ਼ਿਆਦਾ ਹੋ ਗਏ ਵੀ ਸਾਡੇ ਉਹ ਸਾਡੇ ਹੁੰਦਾ ਹੀ ਆ, ਚੱਲ ਹੁੰਦਾ ਹੀ ਆ ਜੀ। ਫਿਰ ਅਸੀਂ 3-4 ਨੂੰ ਇਕੱਠੇ ਕਰ ਲੈਣ, 3-4 ਪਰਿਵਾਰਾਂ ਨੂੰ ਲਵੀ ਅੱਜ ਇੱਥੇ ਆਪਾਂ ਬੈਠਾਂਗੇ। ਤੇ ਅਸੀਂ ਉੱਥੇ ਬੈਠੇ, ਇੱਕ ਦੇ ਸਾਡੇ ਬਾਈ ਦੇ ਸ਼ਾਹੀ ਸੀ, ਉਹਨਾਂ ਦਾ ਨਾਂ ਨਾ ਕੀਤੀ, ਤੇ ਅਸੀਂ ਉਹਨਾਂ ਦੇ ਬੈਠੇ, ਪ੍ਰਸ਼ਾਦਾ ਵਗੈਰਾ ਛਕਿਆ ਤੇ
ਨਾਲ ਦੇ ਮੇਰੇ ਦਾਰੂ ਦੂਰ ਵੀ ਉੱਥੇ ਮਾਸ ਮੂਸ ਦੇ ਚੱਲਦੇ ਨੇ, ਚਲੋ ਆਪਾਂ ਨਹੀਂ ਛੱਕਦੇ ਵੱਖਰੀ ਗੱਲ ਹੈ। ਤੇ ਅਸੀਂ ਉੱਥੇ ਬੈਠੇ ਉਹਨਾਂ ਨੂੰ ਲੱਗਦਾ, ਉਹ ਕਹਿੰਦੇ ਯਾਰ ਸੁਣਾਓ ਕੁਛ। ਇਹ ਆ ਅਸੀਂ ਪੱਟਦੇ ਮੋਰਨੀ ਸੁਣਾਉਣ ਲੱਗ ਗਏ, ਮੱਟ ਜੀ ਬੈਠੇ ਤੇ ਸਾਡੇ ਨਾਲ, ਤੇ ਉਦੋਂ ਮੇਰੀ ਯਾਦ ਵੀ ਨਹੀਂ ਸੀ, ਤੁਸੀਂ ਉਹ ਵੀਡੀਓ ਚ ਦੇਖ ਲਿਓ, ਮੈਂ ਮੱਟ ਨੂੰ ਪੁੱਛ ਪੁੱਛ ਗਾਇਆ। ਤੇ ਉਹ ਅਸੀਂ ਉੱਥੇ ਗਾਉਣ ਲੱਗ ਗਏ ਤੇ ਇੱਕ ਬੱਚੇ ਨੇ ਵੀਡੀਓ ਬਣਾ ਲਈ, ਸਾਨੂੰ ਨੀ ਪਤਾ ਲੱਗਿਆ, ਪਤਾ ਤਾਂ ਸੀ ਵੀ ਵੀਡੀਓ ਬਣਾਉਂਦੇ ਤਾਂ ਸਾਨੂੰ ਪਤਾ ਵੀ ਬਣਾ ਰਿਹਾ। ਚਲ ਵੀਡੀਓ ਨੇ ਬਣਾ ਲਈ ਛੋਟਾ ਜਿਹਾ, ਤੇ ਅਸੀਂ ਆਪਦਾ ਇੱਧਰ ਨੂੰ ਆਏ ਟਾਈਮ ਲਾ ਕੇ, ਉਹ ਵੀਡੀਓ ਕਿਤੇ ਉਹਨਾਂ ਨੇ ਨੈੱਟ ਤੇ ਪਾਤੀ, ਸਾਡੇ ਕੋਲ ਤਾਂ ਚੱਲ ਕੇ ਹੀ ਆਈ ਆ ਬਾਅਦ, ਤਾਂ ਪਤਾ ਹੀ ਲੱਗਿਆ ਵੀ ਤੁਸੀਂ ਪੱਟ ਤੇ ਮੋਰ ਨੀ, ਪੱਟ ਤੇ ਮੋਰ ਇਹਦੇ ਪੱਟ ਤੇ ਮੋਰਨੇ ਵਾਲੇ ਵਿੱਚ ਦੱਦ ਨੇ ਪੂਰੀ ਵੜਕ ਮਾਰੀ, ਉਹਨੇ ਦੱਸਿਆ ਵੀ ਅਸੀਂ ਛੋਟੇ ਮਾਰਕ ਮਜ਼ਦੂਰ ਜੀ। ਨਹੀਂ ਪਤਾ ਨਾ ਕੀ ਸੀ ਅਸਲ ਵਿੱਚ, ਅਸੀਂ ਉਹਦਾ ਇੱਕ ਰੂਪ, ਤੁਸੀਂ ਕਵਿਤਾ ਲਿਖਦੇ ਹੋ ਗਾਣਾ ਲਿਖਦੇ ਹੋ, ਜੇ ਗਾਣੇ ਤੋਂ ਪਹਿਲਾਂ ਤੁਸੀਂ ਉਹਦੀ ਰੂਪ ਰੇਖਾ ਬਣਾ ਲਓ, ਸਹੀ ਗੱਲ, ਗਾਣਾ ਇਹ ਨੀ ਹੁੰਦਾ ਵੀ ਗਾਣਾ ਲਿਖ ਲਿਆ, ਗਾਣਾ ਮੈਂ ਵੀ ਲਿਖ ਲੈਣਾ ਤੂੰ ਵੀ ਲਿਖ ਲੈਣਾ ਹਰੇਕ ਹੀ ਲਿਖਦਾ ਗਾਣਾ, ਪਰ ਗਾਣੇ ਦਾ ਇਹ ਹੁੰਦਾ ਵੀ ਗਾਣੇ ਨੇ ਜਾਣਾ ਕਿੱਧਰ ਨੂੰ, ਮੈਂ ਲੈ ਕੇ ਕਿੱਧਰ ਨੂੰ ਜਾਣਾ ਇਹ ਗਾਣੇ ਨੂੰ, ਗਾਣੇ ਚ ਮੈਂ ਕਹਿਣਾ ਕੀ ਹੈ, ਉਹਦੀ ਉਹ ਰੂਪ ਰੇਖਾ ਪਹਿਲਾਂ ਬਣ ਜਾਣੀ ਚਾਹੀਦੀ ਹੈ। ਜਿਵੇਂ ਆਪਾਂ ਇੱਕ ਮਕਾਨ ਅੱਜ ਕੱਲ ਕੋਠੀ ਬਣਾਉਂਦੇ, ਉਹ ਪਹਿਲਾਂ ਨਕਸ਼ਾ ਬਣਦਾ, ਕੋਠੀ ਬਣ ਕੇ ਤਾਂ ਨੀ ਨਕਸ਼ਾ ਬਣਦਾ, ਇਸੇ ਤਰ੍ਹਾਂ ਗਾਣਾ ਹੈ, ਗਾਣਾ ਇਹ ਨੀ ਵੀ ਗਾਣਾ ਗਾਣਾ ਹੀ ਲਿਖਣਾ, ਗਾਣੇ ਤੋਂ ਪਹਿਲਾਂ ਉਹਦੀ ਰੂਪ ਰੇਖਾ ਬਣੇ ਵੀ ਮੈਂ ਕਹਿਣਾ ਇਹ, ਇਹ ਮਤਲਬ ਰੂਪ ਰੇਖਾ ਬਣਾ ਕੇ ਜਦੋਂ ਗਾਣਾ ਲਿਖਿਆ ਉਹਦੇ ਵਿੱਚ ਮੱਠ ਜੀ ਨੇ ਬਣਾਈ ਲੈਕਚਰ, ਸਾਨੂੰ ਦੱਸੇ ਵੀ ਇੱਦਾਂ ਇੱਦਾਂ ਬਣੇ ਵੀ ਇੱਕ ਦਾਦਾ ਬੈਠਾ ਏਦਾਂ ਕੁਰਸੀ ਲਈ, ਪੋਤਾ ਉਹਦੇ ਕੋਲੇ ਖੜਾ ਥੋੜੀ ਉਮਰ ਦਾ, ਉਹ ਆਪਣੇ ਪੋਤੋਂ ਹੀ ਦੱਸਦਾ ਵੀ ਪੁੱਤਰਾ ਇਹੋ ਜਿਹੀ ਸੰਗਤ ਮਾੜੀ ਹੁੰਦੀ ਹੈ, ਨਸ਼ਾ ਮਾੜਾ ਹੁੰਦਾ ਹੈ, ਪਿੰਡ ਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ, ਸਤਿਕਾਰ ਕਰਨੇ ਸਿਆਣੇ ਦਾ, ਇਹ ਗੱਲਾਂ ਦੱਸਦਾ ਵੀ ਧੋਖਾ ਨਾ ਖਾ ਜੀ ਐਂ ਨਾ ਕਦੀ, ਉਹ ਦਾਦੇ ਦੇ ਚਾਦਰਾ ਲੱਗਿਆ ਹੋਇਆ, ਦਾਦੇ ਦਿਆਂ ਬੈਠੇ ਬੈਠੇ ਦਿਆਂ ਚਾਦਰ ਦਾ ਲੜ ਲੈ ਗਿਆ ਪੱਟ ਤੋਂ, ਉਹਦੇ ਦੀ ਨਿਗਾਹ ਪਈ ਮੋਰਨੀ, ਮੋਰਨੀ ਪਾਈ ਹੋਈ ਸੀ, ਉਹ ਕਹਿੰਦਾ ਵੀ ਦਾਦਾ ਤੂੰ ਮੈਨੂੰ ਤਾਂ ਗਈ ਜਾਂਦਾ ਬਾਬੇ, ਤੇਰੇ ਵੀ ਮੋਰਨੀ ਪਾਈ ਹੋਈ ਆ, ਉਹ ਕਹਿੰਦਾ ਹਾਂ ਬੇਟਾ ਮੋਰਨੀ ਵੈ, ਇਹ ਜਵਾਨੀ ਦੀਆਂ ਗੱਲਾਂ ਨੇ, ਕਹਿੰਦਾ ਵੀ ਹੁੰਦਾ ਹੀ ਹੈ, ਕਹਿੰਦਾ ਫਿਰ ਘੱਟ ਤਾਂ ਤੂੰ ਵੀ ਨੀ ਆਉਣਾ, ਕਹਿੰਦਾ ਹਾਂ ਠੀਕ ਹੈ ਤੇਰੀ ਗੱਲ ਵੀ ਏਦਾਂ ਤਾਂ ਨੀ ਹੈਗੇ, ਤੇ ਬਾਈ ਜਵਾਨੀ ਦੀ ਆਪਾਂ ਰੰਗ ਦਿਖਾਉਂਦੀ ਹੈ ਨਾ ਦਿਖਾਉਂਦੀ ਹੈ ਜੀ, ਹਾਂ ਉਹਨੇ ਜਦ ਇਹ ਗੱਲਾਂ ਜੇ ਸੁਣੀਆਂ ਵੀ ਦਾਦੇ ਦਾਦਾ ਮੰਨ ਗਿਆ ਇਹਨਾਂ ਗੱਲਾਂ ਨੂੰ, ਹਾਂ ਵੀ ਘੱਟ ਇੰਨਾ ਨੀ, ਤੇ ਪੋਤਾ ਥੋੜਾ ਜਿਹਾ ਹੋਰ ਅੱਗੇ ਹੋ ਗਿਆ, ਕਹਿੰਦਾ ਬਾਬਾ ਫਿਰ ਪਿਆਰ ਪੂਰ ਵੀ ਕੀਤਾ ਹੋਊਗਾ ਸ਼ੇ, ਪਿਆਰ ਪੂਰ ਹੋਇਆ, ਉਹ ਕਹਿੰਦਾ ਵੀ ਪਿਆਰ ਵੀ ਹੋਇਆ, ਉਹ ਕਹਿੰਦਾ ਫਿਰ, ਉਹ ਕਹਿੰਦਾ ਫਿਰ ਕੀ, ਉਹ ਮੇਰੇ ਵਾਲਾ ਪਿਆਰ ਤਾਂ ਤੁਹਾਡੇ ਘਰੇ ਬੈਠਾ ਤੇਰੀ ਦਾਦੀ, ਉਹ ਹੋਇਆ ਤੀ ਹਾਲੇ ਜਿਉਂਦਾ ਜਾਗਦਾ ਬੈਠਾ, ਸਾਡਾ ਉਹ ਪਿਆਰ ਥੋੜੀ ਤੀ ਵੀ ਅੱਜ ਲੋਕ ਲੱਗੀ ਤੇ ਕੱਲ ਟੁੱਟ ਗਈ, ਵੀ ਜਿਹਨੂੰ ਪਿਆਰ ਕੀਤਾ ਉਹ ਘਰੇ ਬਹਿ ਕੇ ਉਹ ਘਰੇ ਬੈਠੀ ਹੈ ਨਾ, ਉਹਦੇ ਵਿੱਚੋਂ ਦੱਸਦਾ ਵੀ ਇੰਨੀ ਕੁ ਸਾਡੀ ਜਾਨ ਤੀ ਪੱਟ ਤੇ ਮੋਰਨੀ, ਕਿਤੇ ਆਮ ਅੱਜ ਕੱਲ ਨੀ ਮੋਰਨੀ ਪੈਂਦੀ ਪੱਟ ਤੇ, ਉਹ ਤਾਂ ਪੱਟ ਜਿੰਨਾ ਕੁ ਮੈਂ ਮੋਟਾ ਹੈ ਤੂੰ ਹੈ ਇੰਨਾ ਕੁ ਹੀ ਕਿ ਇੱਕ ਪੱਟ ਹੁੰਦਾ ਫੇਰ ਮੋਰਨੀ ਪੈਂਦੀ ਹੈ, ਅੱਜ ਕੱਲ ਤਾਂ ਮੁੰਡੇ ਟੈਟੂ ਜਿਹਾ ਪਵਾਉਂਦੇ ਵੀ ਨੇ ਅੰਗਰੇਜ਼ੀਆਂ ਸ਼ੋਹਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ, ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ, ਤੇਰੇ ਜਿਹੇ ਸ਼ੋਹਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ, ਕੌਡੀ ਵਿੱਚ ਸਾਰਿਆਂ ਦੀ ਬੂਥ ਗੱਡ ਦਿੰਦਾ ਸੀ, ਦੇਖ ਲੈ ਮੈਂ ਹੋ ਗਿਆ 17 ਦੇ ਨੇੜੇ, ਹਾਲੇ
ਪੁੱਤਰਾ ਗੱਲ ਤੇਰੀ ਸੱਚ ਸੱਜੀ ਮੈਂ ਬਣੀ ਸੀ ਘੱਟ ਤਾਈਓ ਪਾਟੀ ਉੱਤੇ ਮੋਰ ਨੀ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਜੀ ਮੈਂ ਬਣੀ ਸੀ ਘੱਟ ਤਾਈਓ ਪਾਟੀ ਉੱਤੇ ਮੋਰ ਨੀ ਪਵਾਈ ਪੁੱਤਰਾ ਬਹੁਤ ਸੋਹਣਾ ਹੈਗਾ ਸੀ ਨਾ ਫਿਰ ਆਪਾਂ ਨੂੰ ਜੀ ਹੁਣ ਕਵੀਸਰੀ ਦੇ ਵਿੱਚ ਤੁਹਾਡਾ ਮਤਲਬ ਸਤਿਕਾਰ ਵੀ ਵੱਧ ਗਿਆ ਤੁਹਾਨੂੰ ਸਾਰੇ ਫੁੱਲ ਪਿਆਰ ਮਿਲਦਾ ਫਿਰ ਬਾਹਰਲੇ ਦੇਸ਼ਾਂ ਤੋਂ ਫੋਨ ਆਉਂਦੇ ਨੇ ਵਾਧੂ ਵਾਧੂ ਹਾਂ ਅਸੀਂ ਮਲੇਸ਼ੀਆ ਵਗੈਰਾ ਸਿੰਗਾਪੁਰ ਵਗੈਰਾ ਗਿਆ ਤੇ ਹੁਣ ਮੂਰੇ ਤਿਆਰੀਆਂ ਨੇ ਹੋਰ ਆਸਟ੍ਰੇਲੀਆ ਵਗੈਰਾ ਕੈਨੇਡਾ ਵਗੈਰਾ ਦੀਆਂ ਤੇ ਨੇੜੇ ਲੱਗੀ ਹੋਈ ਹੈ ਗੱਲ ਜਾਵਾਂਗੇ ਕੀ ਗੱਲਾਂ ਕਰਦੇ ਹੋ ਨੇ ਕੀ ਸੰਦੇਸ਼ ਤੁਹਾਡੇ ਨਾਲ ਗੱਲਾਂ ਕਰਦੇ ਨੇ ਜਾਂ ਪੰਜਾਬ ਤੁਹਾਡੀ ਕਵਿਸਤਰੀ ਸੁਣਦੇ ਨੇ ਤੁਹਾਨੂੰ ਸੁਣਦੇ ਨੇ ਜੀ ਕਿੰਨਾ ਕੀ ਕੁਛ ਉਹਨਾਂ ਦਾ ਯਾਦ ਆਉਂਦਾ ਜੀ ਉਹ ਪਤਾ ਨਾ ਕੀ ਅਸਲ ਵਿੱਚ ਤੁਸੀਂ ਕੋਈ ਕੰਮ ਕਰਦੇ ਹੋ ਇਹ ਨਹੀਂ ਗੱਲ ਹੁੰਦੀ ਕੋਈ ਇਕੱਲੇ ਨੂੰ ਤੁਹਾਡਾ ਗਾਉਣ ਵਧੀਆ ਲੱਗਦਾ ਹੈ ਇਹ ਨਹੀਂ ਗੱਲ ਹੁੰਦੀ ਕਿ ਤੁਹਾਡੀਆਂ ਗੱਲਾਂ ਵਧੀਆ ਨੇ ਇਹ ਤਾਂ ਤੁਹਾਨੂੰ ਜਦ ਪਤਾ ਲੱਗਦਾ ਜਦ ਤੁਸੀਂ ਕਿਸੇ ਥੋੜਾ ਮੋਟਾ ਕੋਈ ਕੰਮ ਮੁਕਾਮ ਹਾਸਲ ਕਰ ਲੈਂਦੇ ਹੋ ਹੁਣ ਮੈਂ ਗਾਉਂਦਾ ਮੇਰੇ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਨੇ ਕੁਲਦੀਪ ਜੱਠਾ ਜੀ ਨੇ ਉਹਨਾਂ ਨਾਲ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਮੇਰੇ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਇਹ ਨੇ ਵੀ ਕੋਈ ਤਾਂ ਮੈਨੂੰ ਬਾਬਾ ਤੇਰੀ ਆਵਾਜ਼ ਬਹੁਤ ਹੈ ਕੋਈ ਕਹਿੰਦਾ ਜੀ ਸ਼ਮਲਾ ਜੀ ਲਿਖਦੇ ਵਧੀਆ ਨੇ ਤੁਸੀਂ ਗਾਉਂਦੇ ਬਹੁਤ ਵਧੀਆ ਤੇ ਕੋਈ ਕਹਿੰਦਾ ਜਿੰਨੀ ਤੁਹਾਡੀ ਉਮਰ ਹੋਊਗੀ ਤੁਹਾਡੀ ਦਿੱਖ ਵੀ ਹਾਲੇ ਵਧੀਆ ਚਲੋ ਬੰਦੇ ਦੀ ਆਪਣੇ ਹੈਗੀ ਹੈ ਠੀਕ ਹੈ ਕਈ ਬੰਦੇ ਮੈਨੂੰ ਕੀ ਕਹਿੰਦੇ ਨੇ ਕਈ ਕਹਿੰਦੇ ਬਾਪੂ ਤੂੰ ਜਦ ਹੱਥ ਜਿਹਾ ਮਾਰਦਾ ਬੜਾ ਚੰਗਾ ਲੱਗਦਾ ਹਾਲਾਂਕਿ ਮੈਨੂੰ ਨੀ ਪਤਾ ਕਿ ਮੈਂ ਵਧੀਆ ਮਾਰਦਾ ਹੱਥ ਜਿਹਾ ਕਿੱਦਾਂ ਇਹ ਤਾਂ ਮੇਰਾ ਇੱਕ ਸੁਭਾਵਿਕ ਹੈ ਅਸੀਂ ਕਰਨਾ ਹੀ ਹੁੰਦਾ ਗਾਉਂਦਿਆਂ ਨੇ ਕੋਈ ਹੱਥ ਜਿੱਦਾਂ ਵੀ ਇਸ਼ਾਰਾ ਕਰਨਾ ਮਤਲਬ ਕਿਸੇ ਨੂੰ ਕੁਛ ਚੰਗਾ ਲੱਗਦਾ ਕਿਸੇ ਨੂੰ ਕੁਝ ਚੰਗਾ ਲੱਗਦਾ ਇਸ ਕਰਕੇ ਉਹ ਸਾਰੇ ਅੱਛਾ ਹੁਣ ਆਪਾਂ ਕਰੀ ਜਾਂਦੇ ਹਾਂ ਕਿਸੇ ਨੂੰ ਆਪਣੇ ਇੰਟਰਵਿਊ ਦੀਆਂ ਗੱਲਾਂ ਵਧੀਆ ਲੱਗਣੀਆਂ ਪਰ ਕਈਆਂ ਨੂੰ ਕੀ ਲੱਗਦਾ ਜਿਹੜੇ ਸਾਡੇ ਬਾਹਰ ਲੈ ਨੇ ਅਸੀਂ ਇੱਥੇ ਖੜ ਕੇ ਵੀਡੀਓ ਬਣਾ ਦਿੰਦੇ ਹਾਂ ਪਿੱਛਾ ਆਪਣਾ ਸਾਰਾ ਖਾਲੀ ਹੈ ਨਾ ਦੂਰ ਤੱਕ ਕੁਛ ਨੀ ਹੈ ਨਾ ਕੋਈ ਪਿੰਡ ਨਾ ਘਰ ਨਾ ਖਾਲੀ ਹੈ ਆਪਣੇ ਬਾਹਰਲੇ ਜ਼ਿਆਦਾ ਇਹੀ ਦੇਖੀ ਜਾਂਦੇ ਨੇ ਵੀ ਯਾਰ ਖੁੱਲਾ ਬਹੁਤ ਹੈ ਪਿੱਛੇ ਸਾਨੂੰ ਤਾਂ ਆਨੰਦ ਆ ਗਿਆ ਫਸਲਾਂ ਦੇਖ ਕੇ ਸਾਨੂੰ ਤਾਂ ਤੁਹਾਡੀ ਮੱਕੀ ਬਾਬੂ ਮੱਕੀ ਦੇਖ ਕੇ ਜੀਰੀ ਦੇਖ ਕੇ ਜਾਂ ਆਲੂ ਦੇਖ ਕੇ ਸਾਨੂੰ ਤਾਂ ਇਹ ਬੜਾ ਆਨੰਦ ਆਇਆ ਸਾਡੇ ਬਾਹਰਲੇ ਬੱਚੇ ਇਹ ਵੀ ਜ਼ਿਆਦਾ ਦੇਖਦੇ ਨੇ ਚੇਤਾ ਜਾਂਦਾ ਹਾਂ ਸਾਡਾ ਉਹ ਕਹਿੰਦੇ ਐਂ ਲੱਗਦਾ ਵੀ ਅਸੀਂ ਤਾਂ ਪੰਜਾਬ ਚਲੇ ਗਏ ਤੁਹਾਨੂੰ ਦੇਖ ਕੇ ਮਤਲਬ ਆਪਣੀ ਆਪਣੀ ਹਰ ਬੰਦੇ ਦੀ ਸੋਚ ਹੁੰਦੀ ਹੈ ਬਹੁਤ ਵਧੀਆ ਉਹਨਾਂ ਦਾ ਧਿਆਨ ਸਿਰਫ ਮੋਬਾਈਲ ਤੇ ਜਿਹੜਾ ਮੋਬਾਈਲ ਤੇ ਕਿਸੇ ਬੰਦੇ ਨੇ ਕੁਛ ਵੀ ਕਹਿਤਾ ਉਹਨੇ ਦਿਮਾਗ 'ਚ ਫਿੱਟ ਬਹਿ ਜਾਂਦਾ ਜੀ ਤੁਸੀਂ ਕਵਿਸਰ ਰਾਹੀਂ ਦੱਸਦੇ ਹੋ ਇਹ ਆਪਣਾ ਅਸਲੀ ਇਤਿਹਾਸ ਕੀ ਹੈ ਜੀ ਇਹਦੇ ਕਈ ਕਾਰਨ ਨੇ ਸਾਰਾ ਕੁਛ ਮੇਰੇ ਹਿਸਾਬ ਨਾਲ ਨਾ ਜ਼ਿਆਦੇ ਆਊਟ ਹੋ ਗਿਆ ਆਹ ਹੱਥ ਹੁਣ ਸਾਡਾ ਸਿੱਧਾ ਹੈ ਇਹ ਚੀਜ਼ ਫੜੂਗਾ ਨਾ ਹਾਂਜੀ ਫੜੂਗਾ ਇਹਦੇ ਨਾਲ ਅਸੀਂ ਕੰਮ ਕਰਾਂਗੇ ਰੋਟੀ ਖਾਈਏ ਕੋਈ ਕੰਮ ਕਰੀਏ ਜਿਹਨੂੰ ਐਂ ਕਰ ਲਈਏ ਫਿਰ ਇਹ ਕੀ ਕਰੂ ਫਿਰ ਤਾਂ ਨਹੀਂ ਕੁਛ ਕਰਦਾ ਫਿਰ ਨਹੀਂ ਕੁਛ ਆਇਆ ਪਿਛੇ ਨੂੰ ਥੋੜਾ ਬੜਾ ਫੜਿਆ ਤਾਂ ਇਹੀ ਜਾਊ ਅਸੀਂ ਜ਼ਿੰਦਗੀ ਦਾ ਪੁੱਠਾ ਪਾਸਾ ਕਰ ਲਿਆ ਹੋ ਗਿਆ ਕੁਛ ਮਜਬੂਰੀਆਂ ਨੇ ਕੁਛ ਅਸੀਂ ਕਰ ਲਿਆ ਹੁਣ ਫਿਰ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਅਸੀਂ ਸਵੇਰੇ ਉੱਠ ਕੇ ਚਾਹ ਪੀਂਦੇ ਹੁੰਦੇ ਚਾਹ ਪੀ ਕੇ ਲੈਟਨ ਜੰਗਲ ਅਸੀਂ ਮੋਟਰ ਤੇ ਆਉਣਾ ਠੀਕ ਹੈ ਸਾਰੀ ਇਹੀ ਕਰਦੇ ਤੇ ਆਪਣੇ ਪਲੈਸਾਂ ਵਗੈਰਾ ਤਾਂ ਇਹ ਨਹੀਂ ਦੀਆਂ ਸਾਰੇ ਲੋਕਾਂ ਨੇ ਬਾਹਰ ਜਾਣਾ ਹੁਣ ਅਸੀਂ ਉਰੇ ਕੰਮ ਕਰਦੇ ਹੋਈਏ ਜੀ ਅਸੀਂ ਮੈਂ ਆਪਣੀ ਗੱਲ ਕਰਾਂ ਜੇ ਉਰੇ ਕੰਮ ਕਰਦੇ ਹੋਈਏ ਲੈਟਰਨ ਬਾਥਰੂਮ ਲੈਟਰਨ ਜਾਣਾ ਇੱਥੋਂ ਹੁਣ ਅਸੀਂ ਘਰ ਨੂੰ ਜਾਂਦੇ ਹਾਂ ਸਹੀ ਗੱਲ
ਜਿਹੜਾ ਬੰਦਾ ਸਵੇਰੇ ਸਾਜਰੇ ਨਹੀਂ ਉੱਠਦਾ ਉਹ ਜ਼ਿੰਦਗੀ ਚ ਪਾਸ ਹੋ ਨਹੀਂ ਸਕਦਾ, ਜਿਹੜਾ ਕੋਈ ਮਰਜ਼ੀ ਕਰਾ ਲਓ। ਤੜਕਾ ਤੜਕੇ ਹੀ ਹੁੰਦਾ ਜਿਹੜਾ ਆਪਾਂ ਸਵੇਰ ਦਾ ਟਾਈਮ ਖਰਾਬ ਕਰ ਦਿੰਦੇ ਹਾਂ। ਰਾਤ ਨੂੰ ਤਾਂ 12 ਵਜੇ ਤੱਕ ਜਵਾਕਾਂ ਮੇਰੇ ਸਕੂਲ ਤੇ ਬੈਠੇ ਰਹਿੰਦੇ ਨੇ, ਤੜਕੇ 10 ਵਜੇ ਤੱਕ ਉੱਠਦੇ ਨਹੀਂ। ਜਿਹੜੀ ਤੁਸੀਂ ਗੁਰਬਾਣੀ ਦੀ ਗੱਲ ਕਰ ਦੋ, ਟੁੱਟਦੇ ਜਾਂਦੇ ਨੇ ਜੁੜਦੇ ਜਾਂਦੇ ਨੇ, ਇਹ ਇਕੱਲੇ ਬੱਚਿਆਂ ਦਾ ਕਸੂਰ ਨਹੀਂ ਹੈਗਾ। ਅਸੀਂ ਗੁਰਦੁਆਰੇ ਜਾਂਦੇ, ਮੈਂ ਵੀ ਜਾਂਦਾ, ਕੋਈ ਸਾਡਾ ਪ੍ਰੋਗਰਾਮ ਹੁੰਦਾ, ਹਾਲਾਂਕਿ ਗੁਰਬਾਣੀ ਸੁਣਨੀ, ਕਿਸੇ ਦੇ ਪਾਠ ਤੇ ਜਾਣਾ, ਦੁੱਖ ਸੁੱਖ ਚ ਜਾਣਾ, ਇਹ ਕੋਈ ਇਹ ਥੋੜੀ ਆ ਵੀ ਉਹ ਸਾਡੇ ਆਇਆ ਤੀ ਮੈਂ ਤਾਂ ਜਾਣਾ। ਗੁਰਬਾਣੀ ਸੁਣਨੀ ਕਿਸੇ ਦੇ ਜਾ ਕੇ, ਇਹ ਕੋਈ ਥੋੜੀ ਹੋ ਸਾਡੇ ਬਾਟ ਤੇ ਆਇਆ ਸੀ, ਫਿਰ ਤਾਂ ਸ਼ਰਤ ਹੋ ਗਈ ਗਿਆ ਨਾ ਗਿਆ, ਫਿਰ ਬੱਚਾ ਤਾਂ ਅਸੀਂ ਲੈ ਕੇ ਨਹੀਂ ਜਾਂਦੇ, ਉਹ ਤਾਂ ਲੈ ਕੇ ਨਹੀਂ ਜਾਂਦੇ। ਸਾਨੂੰ ਜ਼ਿਆਦਾ ਚਾਹੀਦਾ, ਤੁਸੀਂ ਗੁਰੂ ਘਰ ਜਾਂਦੇ ਹੋ, ਕੋਈ ਕਥਾ ਵਾਲਾ ਆਉਂਦਾ, ਢਾਡੀ ਕਮਿਸ਼ਨ ਹੁੰਦਾ, ਬੱਚਿਆਂ ਨੂੰ ਨਾਲ ਲੈ ਕੇ ਜਾਓ, ਉਹਨਾਂ ਨੂੰ ਸੁਣਾਓ। ਜਾਂ ਬੱਚੇ ਨੂੰ ਪਤਾ ਹੀ ਨਹੀਂ ਵੀ ਹੋਇਆ ਕੀ ਹੈ, ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਸਾਡੇ ਨਾਲ ਤਾਂ ਯਾਰ ਗੋਰੇ ਅੱਗੇ ਲੰਘ ਗਏ, ਤੁਸੀਂ ਜਿਹੜੀ ਗੱਲ ਕਹਿੰਦੇ ਹੋ, ਅਸੀਂ ਤਾਂ ਟੁੱਟ ਕੇ ਗੋਰੇ ਜੁੜ ਗਏ, ਉਹ ਸਾਡੇ ਇਤਿਹਾਸ ਨਾਲ ਜੁੜ ਗਏ। ਉਹ ਪੰਜਾਬੀ ਸਿੱਖਦੇ ਯਾਰ ਨੇ, ਪੰਜਾਬੀ ਸਿੱਖਦੇ ਜਾ ਰਹੇ ਨੇ, ਪੰਜਾਬੀ ਬੋਲਣ ਲੱਗ ਗਏ, ਅੰਮ੍ਰਿਤ ਛਕ ਰਹੇ ਨੇ, ਅੰਮ੍ਰਿਤ ਛਕ ਰਹੇ ਨੇ। ਹਾਂ, ਉਹਨਾਂ ਨੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਅਸਲ ਵਿੱਚ ਜਾਣ ਲਿਆ ਜੀ, ਗੁਰੂ ਗ੍ਰੰਥ ਸਾਹਿਬ। ਹਾਂ, ਉਹ ਸਮਝ ਗਏ, ਉਹਨਾਂ ਨੇ ਸਮਝ ਲਿਆ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੋ ਗਏ ਵੀ ਆਪਾਂ ਦੂਰ ਚਲੇ ਗਏ ਉੱਥੋਂ ਜੀ। ਅਸੀਂ ਇੱਕ ਇਹ ਕੰਮ ਸਮਝ ਲਿਆ ਵੀ ਗੁਰਦੁਆਰਾ ਬਣਾ ਲਿਆ, ਪਾਠੀ ਰੱਖ ਲਿਆ, ਬਸ ਨਾ ਤਾਂ ਉੱਥੋਂ ਨੂੰ ਪਤਾ ਜੀ ਪਾਠੀਆਂ ਦੇ ਵੀ ਰੌਲੇ ਪੈਂਦੇ ਨੇ, ਉਹਨਾਂ ਨੂੰ ਉਹਨਾਂ ਦੇ ਗੁਜ਼ਾਰੇ ਜੋਗਾ ਸਿਸਟਮ ਨਹੀਂ ਮਿਲ ਰਿਹਾ। ਫਿਰ ਅਸੀਂ ਹੌਲਾ ਪਾਠੀ ਰੱਖ ਲੈਣੇ, ਜਿਹਨੂੰ ਮੇਰੇ ਵਰਗੇ ਨੂੰ ਆਉਂਦਾ ਕੁਛ ਨਹੀਂ, ਨਿਤਨੇਮ ਜਾ ਜਾ ਕਰਿਆ, ਗੁਰੂ ਘਰ ਬੈਠਿਆ ਸੀ, ਗੁਰੂ ਘਰ ਖੋਲਦਾ, ਗੁਰੂ ਘਰ ਵੀ ਇੱਕ ਸਕੂਲ ਹੈ ਨਾ, ਸਕੂਲ ਹੈ, ਜੇ ਅਸੀਂ ਸਮਝਾਂਗੇ, ਉੱਥੇ ਸਿੱਖਾਂਗੇ, ਸੁਣਾਂਗੇ ਤਾਂ ਪਤਾ ਲੱਗੂ। ਉਹ ਜਿੱਥੋਂ ਆਪਣੇ ਸਿੱਖਣਾ ਤੀ, ਆਪਣੇ ਸਿੱਖ ਪ੍ਰਚਾਰਕਾਂ ਨੇ ਆਪਾਂ ਨੂੰ ਸਿਖਾਉਣਾ ਤੀ ਜੀ, ਉਹ ਆਪਾਂ ਨੂੰ ਵਿੱਚ ਹੈਗੇ ਜੀ, ਸਿਖਾ ਨਹੀਂ ਰਹੇ ਚੱਜ ਨਾਲ, ਤੇ ਬਾਕੀ ਆਪਣੇ ਮਾਂ ਪਿਓ ਵੀ ਆਪਾਂ ਨੂੰ ਵੀ ਨਹੀਂ ਲੈ ਕੇ ਜਾ ਰਹੇ ਉੱਥੇ ਜੀ, ਵੀ ਤੁਸੀਂ ਆਹ ਚੀਜ਼ ਜਿੱਥੇ ਕੋਈ ਗਲਤ ਕੋਈ ਚੀਜ਼ ਚੱਲਦੀ ਹੋਊਗੀ ਉੱਥੇ ਮਾਂ ਪਿਓ ਦਾ ਕਹਿਣਗੇ ਵੀ ਚੱਲ ਗੱਡੀ 'ਚ ਬੈਠ ਆਪਾਂ, ਮੈਂ ਤੈਨੂੰ ਉਹ ਚੀਜ਼ ਦਿਖਾ ਕੇ ਲੈ ਕੇ ਆਉਣੀ ਆ। ਹੁਣ ਤੁਸੀਂ ਕਹਿੰਦੇ ਹੋ ਵੀ ਸਾਡੇ ਬੱਚੇ ਟੁੱਟਦੇ ਜਾਂਦੇ ਨੇ, ਮੈਂ ਵੀ ਕਹਿੰਦਾ ਬੱਚੇ ਸਾਡੇ ਟੁੱਟਦੇ ਜਾਂਦੇ ਨੇ, ਤੂੰ ਦੱਸ ਵੀ ਕਿੰਨਾ ਕੁ ਗੁਰੂ ਘਰ ਜਾ ਕੇ ਗੁਰਬਾਣੀ ਪੜ੍ਹਦਾ। ਮੈਂ ਦਾਦੀ ਉਹੀ ਗੱਲ ਕੀਤੀ, ਹੁਣ ਮੇਰੇ ਘਰਦੇ ਨੇ ਮੇਰੇ ਸ਼ੁਰੂ ਤੋਂ ਕੇਸ ਨੀ ਰੱਖੇ ਜੀ, ਮੈਨੂੰ ਉਹ ਜੀ ਆਦਤ ਪਈ ਹੋਈ ਬਣ ਗਈ ਹਨਾ, ਜੇ ਮੇਰੇ ਕੇਸ ਰੱਖੇ ਹੁੰਦੇ ਮੈਨੂੰ ਆਦਤ ਪੈਂਦੀ ਮੇਰੇ ਵੀ ਅੱਜ ਮੇਰਾ ਕੋਈ ਅੰਗ ਹੈ ਨਹੀਂ। ਕਈ ਬੰਦੇ ਮੇਰੇ ਨਾਲ ਗੱਲ ਕਰਨਗੇ ਜੀ ਸਾਡੇ ਫਲਾਣੇ ਨੇ ਬੇਅਦਬੀ ਕਰਤੀ, ਉਹ ਫਲਾਣੇ ਨੇ ਐਂ ਕਰਤਾ, ਇਹਨੂੰ ਕੋਈ ਪੁੱਛਦਾ ਨੀ, ਲੈ ਇਹਨੂੰ ਕੋਈ ਪੁੱਛਦਾ ਨੀ, ਇਹਨੇ ਐਂ ਕਰਤਾ। ਮੈਂ ਕਿਹਾ ਤੂੰ ਕਿੰਨਾ ਕੁ ਪੁੱਛਦਾ, ਜੇ ਤੂੰ ਮੈਨੂੰ ਕਹੇ ਵੀ ਤੂੰ ਨੀ ਇਹਨੂੰ ਪੁੱਛਦਾ, ਤੇਰਾ ਵੀ ਫਰਜ਼ ਹੈ ਨਾ, ਫਰਜ਼ ਹੈ ਸਾਰ। ਜਦੋਂ ਤੱਕ ਅਸੀਂ ਸਾਰੇ ਜੁੜਦੇ ਨੀ, ਅਸੀਂ ਸਮਝਦੇ ਨੀ ਇਹਨਾਂ ਚੀਜ਼ਾਂ ਨੂੰ, ਦੂਰ ਤਾਂ ਜਾਵਾਂਗੇ ਕਿ ਦੂਰ ਤਾਂ ਵੱਗ ਗਏ। ਕੋਸ਼ਿਸ਼ ਕਰੀਏ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੀਏ, ਆਪਣੇ ਇਤਿਹਾਸ ਦੇਖੋ, ਕਿਤਾਬਾਂ ਤੋਂ ਸਾਡਾ ਇਤਿਹਾਸ ਖਤਮ ਹੋ ਗਿਆ, ਉਹ ਗਲਤ ਲਿਖਿਆ ਜਾ ਰਿਹਾ ਹੈ। ਸਕੂਲ ਚੋਂ ਜੇ ਮਿਲੂ ਤਾਂ ਗਲਤ ਮਿਲੂ, ਗਲਤ ਮਿਲੂਗਾ ਜੀ, ਸਹੀ ਨਹੀਂ ਮਿਲਦਾ। ਇਹ ਤਾਂ ਤੁਹਾਨੂੰ ਸੁਣ ਕੇ ਹੀ ਪਤਾ ਲੱਗਣਾ, ਬਜ਼ੁਰਗਾਂ ਤੋਂ ਸੁਣ ਕੇ ਪਤਾ ਲੱਗਣਾ ਜੀ ਚੀਜ਼ਾਂ। ਹਾਂ, ਬਸ ਤੁਹਾਡੀ ਉਹ ਹੱਥ ਵਾਲੀ ਗੱਲ ਸਹੀ ਹੈ ਜੀ,
ਆਪਾਂ ਪੁੱਠਾ ਪਾਸਾ ਕਰ ਲਿਆ, ਪੁੱਠਾ ਪਾਸਾ ਕਰ ਲਿਆ, ਅਸੀਂ ਕਰ ਲਿਆ ਜੀ, ਕਿਸੇ ਦਾ ਕਸੂਰ ਨਹੀਂ, ਕਿਸੇ ਦਾ ਕਸੂਰ ਨਹੀਂ ਹੈਗਾ ਜੀ। ਤੇ ਜਿਹੜੇ ਆਪਣੇ ਤੁਸੀਂ ਕਵੀਸ਼ਰੀ ਦੇ ਵਿੱਚ ਕਿੱਸੇ ਸੁਣਾਉਣੇ ਹੋ ਜੀ, ਵੀ ਇਹ ਕਿੰਨੇ ਕੁ ਮਿਥਿਕ ਇਤਿਹਾਸ ਨੇ ਵਿੱਚ ਕਿੱਸੇ ਹੋਣਗੇ ਜੀ? ਬੜੇ ਨੇ ਸਿੱਖ ਇਤਿਹਾਸ ਦਾ, ਤਾਂ ਤੁਸੀਂ ਸਾਰੀ ਉਮਰ ਗਾਈ ਜਾਓ, ਰੋਜ਼ ਨਵਾਂ ਗਾਈ ਜਾਓ। ਜੇ ਤੁਸੀਂ, ਮੈਂ ਤਾਂ ਕਹਿੰਦਾ ਜੇ ਤੁਸੀਂ 50 ਸਾਲ ਰੋਜ਼ ਨਵਾਂ ਇਤਿਹਾਸ ਗਏ ਹੋ, ਸਿੱਖ ਇਤਿਹਾਸ ਮੁੱਕਦਾ ਨਹੀਂ, ਪਤਾ ਕਾਸੇ ਦਾ ਵੀ ਨਹੀਂ ਸਾਨੂੰ। ਸਾਡਾ ਜਿਹੜਾ ਸਿੱਖ ਇਤਿਹਾਸ ਹੈ, ਇਹ ਤਾਂ ਜੇ ਤੁਸੀਂ ਜਨਮ ਦਿਨ ਸ਼ਹੀਦੀ ਮਨਾਉਣ, ਇੱਕ ਦਿਨ ਚ ਬਹੁਤ ਆਉਂਦੀਆਂ ਨੇ, ਇੱਕ ਦਿਨ ਚ ਕਿੰਨੀਆਂ ਦਿਖਾ ਦੋਗੇ? ਤੁਹਾਡਾ ਕੁੱਪਰ ਹੀੜ ਆਪਣੇ ਨਾਲ ਹੈ, 32,000 ਸਿੰਘ ਇੱਕ ਦਿਨ ਸ਼ਹੀਦ ਹੋਇਆ ਵਾ ਇੱਥੇ, ਕਹਿਣਾ ਸੌਖਾ ਹੈ 32,000। ਨਹੀਂ ਨਹੀਂ ਉਹ ਇਹੋ ਜਿਹੇ ਗੁਰਦੁਆਰਿਆਂ ਜੀ ਆਪਣੇ ਜਾਂਦੇ ਵੀ ਨਹੀਂ, ਜਿੱਥੇ ਸੋਸ਼ਲ ਮੀਡੀਆ ਦੇ ਅਫਵਾਹ ਉੜ ਜੇ ਵੀ ਉੱਥੇ ਆਹ ਚੀਜ਼ ਹੁੰਦੀ ਆ, ਉੱਥੇ ਜਾ ਚੜਾਉਣ ਜਾਣਗੇ, ਵੀ ਜਿੰਨੀ ਜਨਤਾ ਹੈਗੀ ਉੱਧਰ ਨੂੰ ਡਿੱਗਦੀ ਆ ਜਾ ਕੇ, ਜਿਹੜੇ ਮਤਲਬ ਗੁਰਦੁਆਰਾ ਦਾ ਜਾਂ ਕੋਈ ਮੰਦਰ ਦਾ ਜੇ ਸੋਸ਼ਲ ਮੀਡੀਆ ਦਾ ਪ੍ਰਚਾਰ ਹੋ ਗਿਆ ਜੀ, ਸਾਰੀ ਜਨਤਾ ਉੱਧਰ ਨੂੰ ਡਿੱਗਦੀ ਆ, ਇਹ ਨਹੀਂ ਸੋਚਦੀ ਵੀ ਉਹ ਗੁਰਦੁਆਰੇ ਵੀ ਉਹੀ ਗੁਰੂ ਗ੍ਰੰਥ ਸਾਹਿਬ ਆ, ਜਿਹੜਾ ਆਪਣੇ ਪਿੰਡ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਉਹੀ ਆ ਜੀ। ਬਿਲਕੁਲ, ਗੁਰੂ ਤਾਂ ਉਹੀ ਹੈ ਜਿੱਥੋਂ ਮਰਜ਼ੀ ਲੱਭ ਲਓ, ਪਰ ਇਹ ਥੋੜ੍ਹਾ ਜਿਹਾ ਫਰਕ ਹੁੰਦਾ, ਜਿਵੇਂ ਹੁਣ ਆਪਾਂ ਅੰਮ੍ਰਿਤਸਰ ਕਹਿੰਦੇ ਹਾਂ ਜਾਂ ਅਨੰਦਪੁਰ ਸਾਹਿਬ ਕਹਿੰਦੇ, ਜਾਂ ਫਤਿਹਗੜ੍ਹ ਆਪਣੇ ਬਾਬਿਆਂ ਦੀ ਸ਼ਹੀਦੀ ਹੋਈ, ਉੱਥੇ ਜਾ ਕੇ ਥੋੜ੍ਹਾ ਜਿਹਾ ਅਸਰ ਵੱਧ ਪੈਂਦਾ ਜ਼ਰੂਰ, ਵੀ ਯਾਰ ਇੱਥੇ ਸਾਡੇ ਮਾਤਾ ਜੀ ਸ਼ਹੀਦ ਹੋਏ ਠੰਡੇ ਬੁਰਜ 'ਚ, ਇੱਥੇ ਸਾਡੇ ਆਹ ਜਗ੍ਹਾ ਜਿੱਥੇ ਸ਼ਹੀਦ, ਅਸਰ ਤਾਂ ਵੱਧ ਥੋੜ੍ਹਾ ਜਿਹਾ ਪੈਂਦਾ, ਪਰ ਗੁਰੂ ਉਹੀ ਹੈ, ਗੁਰੂ ਮਹਾਰਾਜ ਉਹੀ ਨੇ, ਉੱਥੇ ਵੀ ਤੇ ਸਾਡੇ ਗੁਰੂ ਘਰ ਵੀ ਤਾਂ ਸਾਡੇ ਸਾਹਮਣੇ। ਮੈਂ ਤਾਂ ਉਦਾਂ ਗੱਲ ਕਰ ਰਿਹਾ ਜਿਵੇਂ ਵਿੱਚ ਗੁਰਦੁਆਰੇ ਹੈਗੇ ਹੈ ਜੀ, ਮਤਲਬ ਮੰਦਰ ਵੀ ਹੈਗਾ ਜਿੱਥੇ ਕਹਿੰਦੇ ਨੇ ਵੀ ਉਰੇ ਜਾ ਚੜਾਓ ਜੀ, ਉਰੇ ਤਾਂ ਸੀਤੀ ਮੰਨਤਾ ਪੂਰੀ ਹੁੰਦੀ ਹੈ, ਮੈਂ ਉਹ ਗੱਲ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ ਜੀ। ਇਹ ਸਾਡੇ ਸਿੱਖ ਇਤਿਹਾਸ 'ਚ ਇਹ ਚੀਜ਼ਾਂ ਨਹੀਂ ਹੈਗੀਆਂ, ਇੱਥੇ ਆ ਚੜਾ ਉੱਥੇ ਉਹ ਚੜਾ, ਵੈਸੇ ਤਾਂ ਕਿਤੇ ਵੀ ਨਹੀਂ, ਤਾਂ ਤੁਹਾਡੀ ਸਰਦਾ ਨੇ ਕੰਮ ਕਰਨਾ, ਤੁਹਾਡੇ ਦਿਮਾਗ 'ਚ ਜੇ ਤਾਂ ਉਹਦੇ ਉਹਨਾਂ ਪ੍ਰਤੀ ਜੇ ਐ ਜਹਾਜ਼ ਚੜਾਇਆ ਤੇ ਮਸਲੇ ਹੱਲ ਹੋ ਜਾਣ, ਇਹ ਤਾਂ 20-50 ਰੁਪਏ ਦਾ ਹੀ ਹੈ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਵੀ ਮਨ ਵੀ ਤੂੰ ਆਪੇ ਜੋਤ ਸਰੂਪ ਆ, ਤੂੰ ਆਪੇ ਆਪਣਾ ਮੂਲ ਪਛਾਣ, ਹਾਂ ਮੂਲ ਪਛਾਣ, ਵੀ ਸਾਰੀ ਉਹ ਗੱਲ ਉਹ ਤਾਂ ਉਹਦੇ ਵਿੱਚ ਮਨ ਦੀ ਕੀਤੀ ਹੋਈ ਹੈ ਜੀ, ਵੀ ਤੁਸੀਂ ਆਪਦੇ ਮਨ ਤੇ ਹੀ ਦੇਖੋ ਵੀ ਤੁਸੀਂ ਕੀ ਇਨਸਾਨ ਬਣਨਾ, ਮੱਥੇ ਟੇਕਣਾ ਤਾਂ ਕੋਈ ਬਣਦਾ ਨਹੀਂ, ਕੱਲਾ ਮੱਥਾ ਟੇਕਣ ਨਾਲ ਕੁਛ ਨਹੀਂ, ਉਹ ਤਾਂ ਸਾਰਾ ਉਹਦਾ ਫਿਰ ਜਿੰਨਾ ਉਹਦਾ ਮਰਿਆਦਾ, ਕਿਸੇ ਵੀ ਧਾਰਮਿਕ ਸਥਾਨ ਹੈ, ਚਾਹੇ ਮੰਦਿਰ ਹੈ, ਮਸੀਤ ਹੈ, ਗੁਰਦੁਆਰਾ ਹੈ, ਉਹਦੇ ਵੀ ਕੁਛ ਅਸੂਲ ਨੇ, ਧਰਮ ਹੈ। ਅਸਲ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਧਰਮ ਹੈ ਕੀ, ਧਰਮ ਕਹਿੰਦੇ ਕਿਹਨੂੰ ਨੇ, ਸਾਨੂੰ ਇਹੀ ਨਹੀਂ ਪਤਾ ਲੱਗਦਾ। ਧਰਮ ਇੱਕ ਕਾਨੂੰਨ ਹੀ ਹੈ, ਜਿਵੇਂ ਸਾਡਾ ਕਾਨੂੰਨ ਹੈ, ਹੁਣ ਆਪਾਂ ਕੋਈ ਬੰਦਾ ਕੁੱਟ ਦੋ ਤੁਹਾਨੂੰ ਉਹਦੀ ਸਜ਼ਾ ਮਿਲੂ, ਬੰਦਾ ਮਾਰ ਦੋ ਉਹਦੀ ਵੱਖਰੀ ਸਜ਼ਾ ਮਿਲੂ, ਕੋਈ ਹੋਰ ਨਸ਼ਾ ਪਦਾਰਥ ਫੜਿਆ ਜਾਂਦਾ ਉਹਦੀ ਵੱਖਰੀ ਸਜ਼ਾ ਮਿਲੂ, ਠੀਕ ਹੈ, ਮਿਲਦੀ ਹੈ ਨਾ। ਇਸੇ ਤਰ੍ਹਾਂ ਇਹ ਕੁਦਰਤ ਦਾ ਵੀ ਕਾਨੂੰਨ ਹੈ, ਜੇ ਤੁਸੀਂ ਕਾਨੂੰਨ ਸਾਰੇ ਉਹੀ ਨੇ ਕੁਦਰਤ ਦੇ ਵੀ ਤੇ ਦੁਨੀਆਂ ਦੇ ਵੀ, ਜਿਵੇਂ ਆਪਾਂ ਕਹਿੰਦੇ ਬੰਦਾ ਮਾਰਤਾ ਉਹਦੀ ਸਜ਼ਾ ਮਿਲੀ, ਰੇ ਆਪਾਂ ਕਹਿੰਦੇ ਯਾਰ ਪਾਪ ਕਰਤਾ ਇਹਦੀ ਉਹ ਸਜ਼ਾ ਦਓ, ਗੱਲਾਂ ਉਹੀ ਨੇ, ਸਾਡੇ ਸਮਝਣ ਚ ਫਰਕ ਨੇ। ਮੈਨੂੰ ਇੱਕ ਹੋਰ ਗੱਲ ਸਮਝ ਆਓ ਜੀ, ਪੁੰਨ ਤੇ ਪਾਪ ਕੀ ਹੁੰਦਾ ਜੀ? ਮੈਂ ਇਹ ਚੀਜ਼ ਬਹੁਤ ਉਲਝਿਆ ਹੋਇਆ। ਪੁੰਨ ਪਾਪ ਤਾਂ ਦੇਖੋ, ਪੁੰਨ ਤਾਂ ਇਹ ਹੁੰਦਾ ਤੁਸੀਂ ਕਿਸੇ ਦਾ ਕੋਈ ਚੰਗਾ ਕਰ ਦੋ, ਪੁੰਨ ਕੋਈ ਇਹੀ ਨਹੀਂ ਹੁੰਦਾ ਵੀ ਦਾਨ ਕਰ ਦੇਣਾ, ਪੁੰਨ ਹੈ ਲੋੜ ਮੁਤਾਬਕ ਤੁਸੀਂ ਕਿਤੇ ਵੀ ਕੋਈ ਚੀਜ਼ ਦੇਤੀ, ਪੁੰਨ ਕਹਿ ਲਓ, ਦਾਨ ਨਹੀਂ ਉਹ ਉਹਦੀ ਪੂਰੀ ਹੋਊ ਤੁਹਾਨੂੰ ਚੰਗਾ ਕਹੂਗਾ। ਪਾਪ ਕਿਸੇ ਦਾ ਕੁਛ ਯਾਰ ਬੈਠਾ ਤੁਹਾਡਾ ਕੋਈ ਸਮਾਨ ਚੱਕ ਪਾਪ ਹੈ ਸਾਡਾ ਤਾਂ ਕੰਮ ਕਢਾ ਗਿਆ, ਇਹ ਚੀਜ਼ਾਂ ਹੁੰਦੇ ਨੇ, ਹੋਰ ਤਾਂ ਇਹਨਾਂ ਚ ਕੀ ਹੈ। ਤੁਸੀਂ ਮਾੜਾ ਜੀ ਸਾਨੂੰ ਉਹਦੀ ਲਾਈਨਾਂ ਸੁਣਾਓ ਜੀ, ਜਿਹੜਾ ਤੁਹਾਡਾ ਗਾਣਾ ਸੀ ਵੀ ਤੈਨੂੰ ਮੋੜ ਮੁੜੀ ਨਾ। ਅੱਛਾ,
ਉਹ ਸੀ ਉਹ ਚੰਗਾ ਇੱਕ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ ਜਦੋਂ ਚਾਹੇ ਉਹ ਪੜ੍ਹਨ ਲਈ ਜਾਂਦਾ ਚਾਹੇ ਉਹ ਵਿਦੇਸ਼ ਜਾਂਦਾ ਚਾਹੇ ਕਿਸੇ ਬਿਜ਼ਨਸ 'ਤੇ ਨੂੰ ਜਾਂਦਾ ਚਾਹੇ ਬੱਚਾ ਚਾਹੇ ਬੱਚੀ ਹੈ ਦੋਨੇ ਅਤੇ ਫਿਰ ਉਹ ਚੰਗਾ ਪਿਤਾ ਉਹਨੂੰ ਕੁਛ ਕਹਿੰਦਾ ਵੀ ਇਹਨਾਂ ਮੋੜਾਂ 'ਤੇ ਭਾਈ ਜੁਆਰੀ ਬੈਠੇ ਨੇ ਇਹਨਾਂ 'ਤੇ ਡਾਕੂ ਬੈਠੇ ਨੇ ਇਹ ਮੋੜ ਮੁੜ ਗਿਆ ਕਚਹਿਰੀ ਇਹ 'ਚ ਮੋੜ ਗਿਆ ਠਾਣਾ ਮਤਲਬ ਚੰਗਾ ਮਾੜੀਆਂ ਨੇ ਆ ਚੰਗੀਆਂ ਨੇ ਉਹ ਦੱਸਦੇ ਚੰਗਾ ਪਿਤਾ ਚੰਗਾ ਦੱਸੂ ਜਿਹੜੇ ਪਿਤਾ ਨੂੰ 10-11 ਵਜੇ ਕਬਲ ਦਲ ਰੇੜੇ 'ਚ ਠੇਕੇ 'ਚੋਂ ਲੱਦ ਕੇ ਲਿਆਉਣਾ ਪੈਂਦਾ ਉਹ ਨਹੀਂ ਦੱਸਦਾ ਚੰਗਾ ਦੱਸੂ ਸੱਜੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਦੇ ਸਿਆਹੀ ਫੇਰ ਲਈ ਨਾ ਤੂੰ ਕਾਲੀ ਖੱਬੇ ਮੋੜ ਤੇ ਕਚਹਿਰੀ ਸੱਜੇ ਮੋੜ ਤੇ ਅਥਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰ ਪਾਲ ਕਹਿਣਾ ਦਿਲੋਂ ਨਾ ਭਲਾਈ ਓ ਯਾਰ ਪੈਣਗੇ ਬਣਾਉਣੇ ਪੁੱਤ ਸੋਚ ਕੇ ਬਣਾਈ ਖੱਬੇ ਡੋਗਰੀ ਹੈ ਬੈਠਾ ਖੱਬੇ ਡੋਗਰੀ ਹੈ ਬੈਠਾ ਸੱਜੇ ਮੱਲ ਮਰ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਬਾਬਾ ਜੀ ਤੁਹਾਡੀ ਬਾਤ ਚ ਦਮ ਬਹੁਤ ਹੈ ਚਲੋ ਕੁਦਰਤੀ ਦੇ ਤੁਹਾਡੀ ਉਮਰ ਆ ਜੀ ਹੈ ਨਾ ਇਹ ਟਾਈਮ ਚ ਤਾਂ ਆ ਕੇ ਬੰਦਾ ਬਹੁਤ ਚੰਗਾ ਕੰਮ ਸਿੱਖ ਅੱਜ 2 ਅਪ੍ਰੈਲ ਹੈ ਅੱਜ ਮੈਨੂੰ 65 ਸਾਲ ਲੱਗ ਗਿਆ ਅੱਜ 2 ਅਪ੍ਰੈਲ ਦਾ ਮੇਰਾ ਜਨਮ ਦਿਨ ਅੱਜ ਮੈਨੂੰ 65 ਸਾਲ ਲੱਗ ਗਿਆ ਤੇ ਹੈ ਕੁਦਰਤ ਦੀ ਦੇਣ ਹੈ ਬਾਕੀ ਮੈਨੂੰ ਐਂ ਲੱਗਦਾ ਮੈਂ ਮਾਣ ਹੰਕਾਰ ਤਾਂ ਨਹੀਂ ਕਰਦਾ ਪਰ ਮਾਣ ਜ਼ਰੂਰ ਕਰਦਾ ਕੁਛ ਕਹਿੰਦਾ ਹੁੰਦਾ ਨਾ ਵੀ ਮਾਣ ਨਹੀਂ ਕਰੀਦਾ ਆਪਾਂ ਆਮ ਗੱਲ ਹੈ ਨਾ ਜੇ ਤੁਸੀਂ ਮੈਂ ਮੇਰੀ ਆਵਾਜ਼ ਤੁਸੀਂ ਕਹਿਤਾ ਆਪਾਂ ਕਹਿੰਦੇ ਪਰ ਮਾਣ ਨਹੀਂ ਕਰੀਦਾ ਯਾਰ ਮਾਣ ਮਾੜੀ ਚੀਜ਼ ਹੈ ਜੇ ਬੰਦਾ ਮਾਣ ਨਹੀਂ ਕਰਦਾ ਉਹ ਕਰੇ ਨਹੀਂ ਹੋ ਸਕਦਾ ਮਾਣ ਤੇ ਹੰਕਾਰ ਚ ਫਰਕ ਹੈ ਫਰਕ ਹੈ ਮੈਨੂੰ ਮੇਰੇ ਕੰਮ ਤੇ ਮਾਣ ਹੋਣਾ ਚਾਹੀਦਾ ਮੈਨੂੰ ਤੁਸੀਂ ਕਹੇ ਆਵਾਜ਼ ਮੈਨੂੰ ਲੱਗਣਾ ਚਾਹੀਦਾ ਮੈਨੂੰ ਵੀ ਲੱਗਦਾ ਮੇਰੀ ਆਵਾਜ਼ ਚ ਹੈਗੀ ਹੈ ਅਸੀਂ ਮੈਂ ਕਰ ਸਕਦਾ ਇਹ ਹੈਗਾ ਮੇਰੇ ਕੋਲ ਮਾਣ ਹੈ ਠੀਕ ਹੈ ਪਰ ਮਾਣ ਹੰਕਾਰ ਚ ਇਹ ਚ ਫਰਕ ਹੈ ਮਾਣ ਜੇ ਤੁਸੀਂ ਕੋਈ ਕੰਮ ਕਰ ਤੁਹਾਨੂੰ ਜਦੋਂ ਤੱਕ ਜੇ ਤੁਹਾਡੇ ਮਾਣ ਨਹੀਂ ਤੁਹਾਡੇ ਤੇ ਤੁਸੀਂ ਕਰੇ ਨਹੀਂ ਸਕਦੇ ਸਹੀ ਗੱਲ ਹੈ ਨਹੀਂ ਕਰ ਸਕਦੇ ਮਾਣ ਨਾਲ ਬੜੀਆਂ ਬੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਮੇਰਾ ਭਰਾ ਗੁਰੂ ਗਿਆ ਨਾ ਹਾਂਜੀ ਹਾਂਜੀ ਅਸੀਂ 200 ਲੀਟਰ ਤੇਲ ਹੁੰਦਾ ਟੋਲ ਚ ਹਾਂਜੀ ਅਸੀਂ 2 ਜਣੇ ਟਰਾਲੀ ਤੇ ਧਰ ਲਾਂਗੇ ਮੈਨੂੰ ਲੱਗਦਾ ਹੁਣ ਵੀ ਹੁਣ ਸਾਲ ਤਾਂ ਕਈ ਹੋ ਗਏ 200 ਲੀਟਰ ਦਾ ਟੋਲ ਬਾਂਹ ਪਾ ਕੇ 2 ਜਣੇ ਫੜ ਕੇ ਟਰਾਲੀ ਤੇ ਧਰ ਦਿੰਦੇ ਆ
ਬੰਦਾ ਕਰ ਦਿੰਦਾ ਜੇ ਤੋਤੇ ਨੀ ਹੋਣਾ ਉੱਤੇ ਪਹਿਲੀ ਕਹਿਤਾ ਹੋਊਗਾ ਉਸਨੂੰ ਇਹ ਚੀਜ਼ਾਂ ਨੇ ਵੀ ਇਹ ਮਾਣ ਔਰ ਅਹੰਕਾਰ ਚ ਫਰਕ ਹੁੰਦਾ ਕੁਦਰਤ ਨੇ ਦਿੱਤਾ ਪਰ ਜਿਹੜੀ ਤੁਸੀਂ ਮਾਣ ਵਾਲੀ ਗੱਲ ਕਿ ਮੈਨੂੰ ਐਂ ਲੱਗਦਾ ਵੀ ਮੈਂ ਮੈਂ ਸਰੀਰ ਜ਼ਰੂਰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨਸ਼ਾ ਦੇ ਮੈਨੂੰ 37 ਸਾਲ ਉਮਰ ਤੋਂ ਸ਼ਕਿਨ ਹੋ ਗਏ ਮੁੜ ਕੇ ਨਸ਼ਾ ਟੱਚ ਨਹੀਂ ਮੈਂ ਕੀਤਾ ਪਹਿਲਾਂ ਦਾਰੂ ਦੂਰੂ ਮੈਂ ਪੀ ਲੈਂਦਾ ਸੀ ਅਤੇ ਮੈਨੂੰ ਲੱਗਦਾ ਵੀ ਉਹਦਾ ਨਤੀਜਾ ਮੈਨੂੰ ਹੁਣ ਫਲ ਮਿਲ ਰਿਹਾ ਸੰਭਾਲੇ ਹੋਏ ਸਰੀਰ ਦਾ ਕੁਦਰਤ ਦਿੰਦੀ ਹੈ ਜੀ ਕੁਦਰਤ ਦਿੰਦੀ ਹੈ ਇਹ ਏਦਾਂ ਨਹੀਂ ਇਹ ਨਹੀਂ ਤਾਂ ਕਈ ਵਾਰੀ ਜਿਹੜੀ ਤੁਸੀਂ ਪਹਿਲਾਂ ਆਪਾਂ ਗੱਲ ਕਰਕੇ ਜੱਬੋ ਮਾਜਰੇ ਵਾਲੇ ਗਿੱਲ ਸਾਹਿਬ ਦੀ ਉੱਥੇ ਗਿਆ ਮੈਂ ਜਾਂਦਾ ਰਿਹਾ ਲੁਧਿਆਣੇ ਸ਼ਾਇਦ ਮੈਂ ਲੱਗ ਵੀ ਜਾਂਦਾ ਡਿਊਟ ਮੈਨੂੰ ਕਿਹਾ ਵੀ ਉੱਥੇ ਮੈਂ ਗਾਉਣ ਵੀ ਲੱਗ ਜਾਂਦਾ ਪਰ ਉੱਥੇ ਮੈਂ ਹਾਲਾਤ ਦੇਖ ਕੇ ਮੇਰਾ ਮਨ ਨਾ ਲੱਗਿਆ ਉੱਥੇ ਥੋੜੀ ਜਿਹੀ ਦਾਰੂ ਦੂਰੂ ਜੀ ਚੱਲਦੀ ਰਹਿੰਦੀ ਹੁੰਦੀ ਮੈਂ ਕਿਹਾ ਵੀ ਮੈਨੂੰ ਠੀਕ ਨਾ ਲੱਗਿਆ ਮੈਂ ਫਿਰ ਚਮਾਉਂਦਾ ਹੀ ਰਿਹਾ ਉੱਥੋਂ ਇਹ ਆਪਣੇ ਜਿਹੜਾ ਤੁਹਾਡੇ ਰਾਈਟਰ ਨੇ ਜੀ ਸਾਹਮਣਾ ਜੀ ਨਾਲ ਉਹਨਾਂ ਦਾ ਤੁਹਾਡੇ ਨਾਲ ਕਮੇ ਸਬਬ ਬਣਿਆ ਕਮੇ ਮੁਲਾਕਾਤ ਹੋਈ ਤੁਸੀਂ ਉਹ ਜਾਣੇ ਮੁੰਡਾ ਵਾਲਾ ਕਿੱਸਾ ਦੱਸੋ ਨਹੀਂ ਵੈਸੇ ਭਰਾ ਮੇਰਾ ਛੋਟਾ ਹਰਪਾਲ ਹਾਂਜੀ ਤੇ ਸਾਡੇ ਭਾਰਤ ਤੋਂ ਜੇਈ ਦੀ ਡਿਊਟੀ ਕਰਦੇ ਹੁਣ ਤਾਂ ਐਸਡੀਓ ਰਿਟਾਇਰ ਹੋਏ ਨੇ ਤੇ ਉਹ ਮੇਰੇ ਨਾਲ ਇੱਕ ਸੁਖਦੇਵ ਸਿੰਘ ਗੋਬਿੰਦਪੁਰੇ ਤੋਂ ਪ੍ਰੋਗਰਾਮ ਲਵਾਉਂਦਾ ਹੁਣ ਵੀ ਜਾਂਦਾ 31 ਨੂੰ ਇਹ ਪਰਸੋਂ ਉਹਦੀ ਰਿਟਾਇਰਮੈਂਟ ਹੋਈ ਹੈ ਤੇ ਉਹ ਮੈਨੂੰ ਕਹਿੰਦਾ ਹੁੰਦਾ ਵੀ ਸਾਡੇ ਜੇਈ ਸਾਹਿਬ ਲਿਖਦੇ ਨੇ ਮੈਨੂੰ ਅਸਲ ਵਿੱਚ ਇਹ ਹੁੰਦਾ ਮੈਂ ਵੀ ਥੋੜਾ ਜਿਹਾ ਲਿਖ ਲੈਣਾ ਮੈਨੂੰ ਇਹ ਸੀ ਵੀ ਜੇਈ ਸਾਹਿਬ ਨੇ ਤੇ ਲਿਖਣਾ ਇਹ ਚੀਜ਼ਾਂ ਹੋਰ ਨੇ ਡਿਊਟੀ ਕਰਨੀ ਪੜ੍ਹਿਆ ਲਿਖਿਆ ਬੰਦਾ ਥੋੜਾ ਜਿਹਾ ਵੀ ਨਹੀਂ ਲਿਖ ਸਕਦਾ ਹੈ ਮੈਨੂੰ ਲੱਗਦਾ ਸੀ ਸਾਡੇ ਮੇਰਾ ਉਸਤਾਦ ਗਿਆਨੀ ਜੋਰਾ ਸਿੰਘ ਮੁਸਾਫਰ ਵਾਸੀ ਅਰਖ ਮੇਰੀ ਉਹਨਾਂ ਨੂੰ ਪੱਗ ਦਿੱਤੀ ਉਹ ਵਧੀਆ ਲਿਖਦੇ ਸੀ ਮੈਂ ਉਹਨਾਂ ਦੇ ਗਾਉਂਦਾ ਸੀ ਤੇ ਮੈਂ ਕਿਹਾ ਵੀ ਉਹੋ ਜਿਹਾ ਨਹੀਂ ਲਿਖਿਆ ਜਾਣਾ ਉਹ ਮੈਨੂੰ ਕਹੀ ਗਏ ਲਿਖਦੇ ਮੈਂ ਕਹਿੰਦਾ ਯਾਰ ਛੱਡ ਕੋਈ ਗੱਲ ਨਹੀਂ ਜੇਈ ਸਾਹਿਬ ਲਿਖਦੇ ਨੇ ਕਈ ਵਾਰੀ ਬੰਦੇ ਦਾ ਮਾਣ ਰੱਖਣ ਨੂੰ ਆਪਾਂ ਨੂੰ ਅਲਝਣਾ ਪੈ ਜਾਂਦਾ ਗੱਲ ਬਣਦੀ ਨਹੀਂ ਹੁੰਦੀ ਚਲੋ ਥੋੜ੍ਹੇ ਜਿਹੇ ਬਿਰਧ ਹੋ ਗਏ ਮੈਂ ਬਾਈ ਨੂੰ ਸੁਖਦੇਵ ਨੂੰ ਕਿਹਾ ਮੈਂ ਕਿਹਾ ਜੇਈ ਸਾਹਿਬ ਨੂੰ ਆਪਾਂ ਮਿਲੀਏ ਤੇ ਜੇ ਲਿਖਦੇ ਲਿਖ ਲਾਂਗੇ ਉਹ ਮੇਰੇ ਕੋਲ ਉਰੇ ਦੋਨੋਂ ਆ ਗਏ ਅਸੀਂ ਇੱਥੇ ਬਹਿ ਗਏ ਮੰਜੇ ਤੇ ਚਲੋ ਮੈਨੂੰ ਪਹਿਰਾਵਾ ਜਿਹਾ ਉਹਨਾਂ ਨੂੰ ਦੇਖ ਕੇ ਲੱਗਿਆ ਵੀ ਯਾਰ ਲਿਖਿਆ ਨਹੀਂ ਜਾਣਾ ਤੁਹਾਨੂੰ ਵੀ ਦੇਖਣ ਨੂੰ ਲੱਗਣਗੇ ਦਿੱਖ ਤੋਂ ਕਈ ਵਾਰ ਆਪਾਂ ਅੰਦਾਜ਼ਾ ਲਾ ਲੈਣਾ ਵੀ ਇਹ ਤੇ ਇਹ ਚੀਜ਼ ਕਰ ਨਹੀਂ ਸਕਦਾ ਪਰ ਆਪਾਂ ਉਹ ਨਹੀਂ ਦੇਖਦੇ ਅੰਦਰੋਂ ਵੀ ਕੁਲਦੀਪ ਜਿਹੜਾ ਹੈਗਾ ਆਪਣਾ ਉਹ ਪੰਜਾਬ ਪੁਲਿਸ ਚ ਡਿਊਟੀ ਕਰਦਾ ਅਸੀਂ ਇੱਕ ਸਮਾਗਮ ਦੇ ਇਕੱਠੇ ਹੋਏ ਸ਼ਮਲਾ ਜੀ ਨਾਲ ਉਹਨੂੰ ਉਹ ਵੀ ਮੁੰਡਾ ਸ਼ਾਇਦ ਪੁਲਿਸ ਚ ਹੈ ਮੇਰੇ ਦਿਮਾਗ ਚ ਉਹ ਸ਼ਮਲਾ ਜੀ ਨੂੰ ਦੇਖ ਕੇ ਕਹਿੰਦਾ ਨਾ ਕੁਲਦੀਪ ਨੂੰ ਕਹਿੰਦਾ ਕਹਿੰਦਾ ਯਾਰ ਤੁਹਾਡਾ ਲਿਖਾਰੀ ਇਹ ਹੈ ਉਹ ਕਹਿੰਦਾ ਹਾਂ ਕਹਿੰਦਾ ਮੈਨੂੰ ਤਾਂ ਨਹੀਂ ਲੱਗਦਾ ਲਿਖਦਾ ਉਹ ਕਹਿੰਦਾ ਤਾਂ ਚੋਰੀ ਚੋਰੀ ਕਰਦਾ ਸੁਭਾਅ ਇੱਦਾਂ ਦਾ ਉਹਨਾਂ ਦਾ ਬਹੁਤ ਸ਼ਾਂਤ ਸੁਭਾਅ ਦੇ ਨੇ ਸ਼ਰੀਫ ਬੰਦੇ ਨੇ ਗੁੱਸਾ ਨਹੀਂ ਕਰਦੇ ਗੁੱਸਾ ਕੀ ਨਹੀਂ ਕਰਦੇ ਤੁਸੀਂ ਉਹ ਇੱਥੇ ਸਾਡੇ ਕੋਲ ਕਵਿਤਾ ਲਿਖੇ ਲੈ ਆਉਂਦੇ ਨੇ ਜੇ ਅਸੀਂ ਉਹਦੀ ਕਾਪੀ ਫੜ ਕੇ ਐਂ ਕਾਟੀ ਮਾਰ ਜੇ ਯਾਰ ਇਹ ਤਾਂ ਕੁਛ ਨਹੀਂ ਹੈਗੀ ਉਹਨੇ ਨਹੀਂ ਕਿਹਾ ਵੀ ਤੁਸੀਂ ਕੱਟਤੀ ਮੇਰੀ ਕਵਿਤਾ ਨਹੀਂ ਜੇ ਮੇਰੇ ਵਰਗਾ ਇੱਕ ਲਾਈਨ ਲਿਖਦੇ ਨਾ ਤੁਸੀਂ ਕੱਟ ਦੋ ਮੁੜ ਕੇ ਬੋਲਣ ਹਟ ਜਾਂਦਾ ਉਹ ਨੀ ਪਰ ਇਹ ਗੁੱਸਾ ਕਹਿੰਦਾ ਹਾਂ ਠੀਕ ਹੈ ਫਿਰ ਲਿਖ ਲੈਂਦੇ ਆਪਾਂ ਇਹੋ ਜਿਹੇ ਸੁਭਾਅ ਦਾ ਬੰਦਾ ਤੇ ਜਦੋਂ ਮੈਨੂੰ ਵੀ ਲੱਗਿਆ ਮੈਂ ਲਿਖਿਆ ਨਹੀਂ ਜਾਣਾ ਤੇ ਮੈਨੂੰ ਕਹਿੰਦੇ ਵੀ ਕੀ ਕਰੀਏ ਮੈਂ ਕਿਹਾ ਕੀ ਕਰੀਏ ਕਰੇਗਾ ਆਪਾਂ ਕੀ ਕਰਾਂਗੇ ਵੀ ਚਲੋ
ਵੀ ਸਿੱਖ, ਮੈਨੂੰ ਲੱਗਾ ਵੀ ਸਿੱਖ ਇਤਿਹਾਸ ਤਾਂ ਬਾਈ ਲਿਖ ਨਹੀਂ ਸਕਦਾ, ਵੀ ਚੱਲ ਇਹਨਾਂ ਨੇ ਕੀ ਲਿਖਣਾ ਕੀ ਆਪਾਂ ਨੇ ਗਾਉਣਾ, ਮੈਂ ਕਿਹਾ ਚੱਲ ਤੁਸੀਂ ਜਿਉਣਾ ਮਾਡਲ ਲਿਖ ਲਓ, ਮੈਨੂੰ ਲੱਗਿਆ ਹਾਂ ਡੜ ਦੁੜਿਆ ਚਲੋ ਕਰਦੇ ਨੇ ਉਹਨਾਂ ਦੀ ਮੌਜ ਆਪਣੀ, ਤੇ ਮੈਂ ਕਿਹਾ ਚੱਲ ਤੂੰ ਜਿਉਣਾ ਮਾਡਲ ਬਾਈ ਲਿਖ ਲੈ। ਉਹ ਮੇਰੇ ਕੋਲ ਲਿਖ ਲਿਆ ਚਾਰ ਹਫ਼ਤੇ ਕੁਛ, ਉਹ ਤੋਂ ਚਾਰ ਪੰਜ ਕਵਿਤਾ ਉਹਨਾਂ ਦੀਆਂ ਗਾਉਣ ਵਾਲੀਆਂ ਵਧੀਆ ਨੇ, ਮੈਂ ਕਿਹਾ ਬਾਈ ਆਹ ਲਿਖ ਇਸ ਨੂੰ, ਉਹ ਕਹਿੰਦਾ ਕੋਈ ਨੀ। ਫਿਰ ਅਸੀਂ ਤਿੰਨ ਚਾਰ ਵਾਰ ਉਹਨੇ ਸੈੱਟ ਕੀਤਾ, ਮਹੀਨਾ ਵੀਹ ਦਿਨ ਲੱਗਿਆ, ਗਾਉਣ ਵਾਲਾ ਬਣਾਤਾ, ਪਰ ਫਿਰ ਐਸਾ ਗਾਉਣ ਵਾਲਾ ਬਣਾਇਆ। ਤੁਸੀਂ ਗੱਲ ਛੱਡ ਦਿਓ, ਇਕੱਲੀ ਇਕੱਲੀ ਚੀਜ਼ ਸੁਣਨ ਵਾਲੀ ਹੈ, ਜਿਉਣੇ ਮੋੜ 'ਚ ਐਸਾ ਲਿਖਿਆ ਲਾਈਦਾ, ਜਿਉਣੇ ਮੋੜ ਦੀ ਸਮਾਧ 'ਤੇ ਮੈਂ ਤਿੰਨ ਚਾਰ ਵਾਰ ਗਾਇਆ ਆ, ਹਾਂ ਐਤਕੀ ਵੀ ਜਾ ਕੇ ਆਇਆ, ਅਤੇ ਉਹਨਾਂ ਦਾ ਬੁੱਤ ਲਾਇਆ ਉੱਥੇ ਗੁਰੂ ਘਰ, ਸੱਭਿਆਚਾਰਕ ਵਧੀਆ ਕਰਵਾਉਂਦੇ ਨੇ, ਐਤਕੀ ਹੋਰ ਵੀ ਵੱਡਾ ਕਰਾਇਆ ਸੀ। ਅਤੇ ਫਿਰ ਹੌਲੀ ਹੌਲੀ ਲਿਖਦੇ ਗਏ, ਪੂਰਨ ਲਿਖ ਲਿਆ, ਚਰੂ ਬਸੰਤ ਲਿਖ ਲਿਆ, ਕੋਈ ਦੁੱਲਾ ਪੱਟੀ ਲਿਖ ਲਿਆ, ਫਿਰ ਹੌਲੀ ਹੌਲੀ ਉਹਨਾਂ ਨੂੰ ਮੈਂ ਸਿੱਖ ਇਤਿਹਾਸ 'ਚ ਲਿਆਂਦਾ, ਅਤੇ ਹੁਣ ਸਿੱਖ ਇਤਿਹਾਸ ਲਿਖਿਆ ਜਿਹੜਾ ਉਹਨਾਂ ਨੇ, ਤੁਸੀਂ ਗੱਲ ਸਰ ਜਿਹੜੀ ਤੁਸੀਂ ਕਹਿੰਦੇ ਸਿੱਖੀ ਤੋਂ ਭੁੱਲਦੇ ਜਾਂਦੇ, ਹਨਾ ਸਿੱਖੀ ਤੇ ਉਹਨਾਂ ਨੂੰ ਮੈਂ ਸੁਣਾਉਣਾ ਦੋ ਲੈਣਾ ਸੁਣਾਓ ਜੀ। ਹੋ ਪੈਸ਼ਨ ਦੀ ਨੇਰੀ ਆਈ, ਸਿੱਖੀ ਹੀ ਤਾਂ ਜੜੋਂ ਹਲਾਈ, ਕਈਆਂ ਨੇ ਕੇਸ ਕਢਾ ਕੇ ਦਾੜੀ ਵੀ ਸੇਵ ਕਰਾਈ, ਭਾਗੀ ਫਟਕਾਰਾਂ ਦੇ ਸਿੱਖੀ ਨੂੰ ਤਜ ਦੇ ਜਾਂਦੇ, ਬੱਚੇ ਸਰਦਾਰਾਂ ਦੇ ਖਬਰ ਕੀ ਭਾਣਾ ਵਰਤ ਗਿਆ, ਫੈਸ਼ਨ ਨੇ ਅਤਮ ਚਾਈ, ਕੁੜੀਆਂ ਨੇ ਗੁੱਤ ਮਨਾਈ, ਨੇਰੀ ਵਿੱਚ ਉੜ ਗਈ ਚੁੰਨੀ ਤਾਂ ਹੀ ਨਾ ਦਵੇ ਦਿਖਾਈ, ਸਿਰ ਤੇ ਮੁਠਿਆਰਾਂ ਦੇ ਸਿੱਖੀ ਨੂੰ ਤਜ ਦੇ ਜਾਂਦੇ, ਬੱਚੇ ਸਰਦਾਰਾਂ ਦੇ ਖਬਰ ਕੀ ਭਾਣਾ ਵਰਤ ਗਿਆ, ਛੱਡਤੀ ਦਸਤਾਰ ਸਜਾਉਣੀ, ਕਹਿੰਦੇ ਨੀ ਦੌੜ ਕਟਾਉਣੀ, ਤਾਂ ਹੀ ਤਾਂ ਗੱਡੀਆਂ ਪਿੱਛੇ ਹੋਏ ਪੈਗੀ ਇੱਕ ਲੈਣ ਲਿਖਾਉਣੀ, ਪੁੱਤ ਹਾਂ ਸਰਦਾਰਾਂ ਦੇ ਸਿੱਖੀ ਨੂੰ ਤਜ ਦੇ ਜਾਂਦੇ, ਬੱਚੇ ਸਰਦਾਰਾਂ ਦੇ ਖਬਰ ਕੀ ਭਾਣਾ ਵਰਤ ਗਿਆ, ਇਹੋ ਜਿਹੀ ਚੀਜ਼ਾਂ ਲਿਖਦਾ ਹੁਣ ਸ਼ਬਦ ਸਹੀ ਗੱਲ ਆਈ, ਬਹੁਤ ਵਜਨਦਾਰ ਗੱਲ ਆ, ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਹੁਣ ਪੰਜਾਬ ਦੇ ਨਾ, ਹਾਂਜੀ ਮੈਂ ਮਾਣ ਨਾ ਕਹਿ ਸਕਦਾ, ਹਾਂਜੀ ਪੰਜਾਬ ਦੇ ਲੇਖਕਾਂ ਚ ਸ਼ਮਲਾ ਜੀ ਦਾ ਨਾਂ ਹੈ, ਸਹੀ ਗੱਲ ਹੈ ਜੀ ਨਾ, ਹਾਂ ਕਿਤਾਰ ਬਹੁਤ ਜਨ ਜਾਣ, ਪਹਿਲੀਆਂ ਕਿਤਾਰਾਂ ਚ ਆਉਂਦਾ ਨਾ, ਚੰਗੇ ਲਿਖਾਰੀਆਂ ਚ ਬਹੁਤ ਸੋਹਣਾ ਲਿਖਦੇ ਨੇ, ਕਮਾਲ ਹੈ। ਇਹ ਵੀ ਟੀਮ ਸਰਕਲ ਹੁੰਦਾ, ਜਿਹੜੀ ਟੀਮ ਵਧੀਆ ਹੋਵੇ ਨਾ ਹੋ ਜਾਂਦਾ ਬੰਦਾ, ਇਹ ਸਾਰਾ ਕੁਛ ਪਤਾ ਨਾ ਕੀ ਹੁੰਦਾ ਹੈ, ਇਹ ਉਹੀ ਗੱਲ ਹੈ ਰੂਪ ਰੇਖਾ ਵਾਲੀ, ਰੂਪ ਰੇਖਾ ਜਿਵੇਂ ਕੁਝ ਇੱਕ ਬੰਦਾ ਨਹੀਂ ਹੁੰਦਾ, ਗਾਉਣ ਵਾਲੇ ਨੂੰ ਪਤਾ ਹੁੰਦਾ ਜਦੋਂ ਉਹ ਆਪਸ ਵਿੱਚ ਜੁੜ ਜਾਂਦੇ ਨੇ, ਟੀਮ ਜਦੋਂ ਟੀਮ ਚ ਆ ਜਾਂਦੇ ਨੇ, ਆਪਣੀ ਟੀਮ ਬਣ ਜਾਂਦੀ ਹੈ ਉਹਨਾਂ ਦੀ, ਗਾਉਣ ਵਾਲੇ ਨੂੰ ਪਤਾ ਹੁੰਦਾ ਵੀ ਮੇਰਾ ਲਿਖਾਰੀ ਇਹੋ ਜਿਹੀ ਚੀਜ਼ ਲਿਖੂਗਾ, ਜੇ ਮੈਂ ਉਹਨੂੰ ਕਹੂੰਗਾ ਉਹ ਇੰਨੀ ਵਧੀਆ ਲਿਖ ਦੂ, ਲਿਖਾਰੀ ਨੂੰ ਇਹ ਸ਼ਮਲਾ ਜੀ ਮੈਨੂੰ ਵਾਰ ਵਾਰ ਅਸੀਂ ਕਿਤੇ ਵੀ ਬੈਠੇ ਗੱਲ ਕਰਦੇ ਹਾਂ, ਉਹ ਗੱਲ ਕਰਦਾ ਹੁੰਦਾ ਅਕਸਰ ਕਰਦਾ, ਉਹ ਕਹਿੰਦਾ ਜਦੋਂ ਮੈਂ ਲਿਖਦਾ
ਉਹ ਕਹਿੰਦਾ ਮੈਨੂੰ ਪਤਾ ਵੀ ਬਾਈ ਐ ਗਾਊਗਾ, ਇਹਦੇ ਐ ਇਹ ਐਕਸ਼ਨ ਕਰੂਗਾ, ਕਹਿੰਦਾ ਮੈਨੂੰ ਗਾਉਣਾ ਦੀਨਾ ਹੁੰਦਾ ਬਾਈ। ਉਹ ਜਦੋਂ ਲਿਖਦਾ ਉਹਦੇ ਮੂਹਰੇ ਮੈਂ ਖੜਾ ਹੁੰਦਾ, ਫੇਰ ਗੱਲ ਬਣ ਜਾਂਦੀ ਹੈ ਜਾ ਕੇ। ਉਹ ਟੀਮ ਵਰਕ ਕੇ ਆਈ, ਹਾਂ ਸਾਡੀ ਟੀਮ ਖੜੀ ਹੁੰਦੀ ਹੈ, ਚਾਹੇ ਮੈਂ ਚਾਹੇ ਚੱਠਾ ਜੀ ਕੁਲਦੀਪ ਹੈ, ਉਹਨੂੰ ਦੀਨੇ ਹੁੰਦੇ ਨੇ ਵੀ ਮੇਰੇ ਸਾਥੀ ਐਂ ਗਾ ਰਹੇ ਨੇ ਲਿਖਦੇ ਨੂੰ, ਫਿਰ ਲਿਖਾਈ ਹੁੰਦੀ ਹੈ। ਐਵੇਂ ਨਹੀਂ ਨਾ ਇਕੱਲਾ ਲਿਖਾਰੀ ਕੁਛ ਕਰ ਸਕਦਾ, ਨਾ ਇਕੱਲਾ ਗਾਉਣ ਵਾਲਾ ਕਰ ਸਕਦਾ। ਗਾਉਣ ਵਾਲਾ ਆਪਣਾ ਕੰਮ ਕਰ ਦੂ, ਸ਼ਬਦ ਕਿੱਥੋਂ ਲਊ ਇੰਨੇ ਵਧੀਆ, ਇੰਨੇ ਮਹਿੰਗੇ ਕਿੱਥੋਂ ਲੈ ਕੇ ਆਊਗਾ। ਨਹੀਂ ਉਹ ਸਮਲਾ ਜੀ ਲਿਖਦੇ ਇੱਦਾਂ ਦੇ ਨੇ ਜੇ, ਜਿਵੇਂ ਅੱਜ ਕੱਲ੍ਹ ਮਤਲਬ ਜਵਾਕ ਨੇ ਜੀ, ਉਹ ਸ਼ਬਦ ਸਮਝ ਨਹੀਂ ਸਕਦੇ, ਮਤਲਬ ਜੇ ਭਾਰੀ ਸ਼ਬਦ ਪਾ ਦਈਏ, ਪਰ ਉਹ ਇਹੋ ਜਿਹੇ ਸ਼ਬਦ ਵਿੱਚ ਪਾ ਦਿੰਦੇ ਨੇ, ਇਕੱਲੇ ਇਕੱਲੇ ਸਮਝ ਪੈਂਦੀ ਹੈ ਉਹ ਚੀਜ਼। ਡਿਊਟੀ ਤੋਂ ਰਿਟਾਇਰ ਹੋਇਆ, ਪੜ੍ਹਿਆ ਹੋਇਆ, ਪੜ੍ਹੇ ਹੀ ਐਸਡੀਓ ਬਣੂ, ਜਿਹੜਾ ਪੜ੍ਹਿਆ ਵਾ ਹੋਊ, ਜਿਹੜਾ ਘੱਟ ਪੜ੍ਹਿਆ ਮੇਰੇ ਕੋਲ ਐਸਡੀਓ ਥੋੜੀ ਬਣ ਜੂ। ਸਹੀ ਗੱਲ ਹੈ ਜੀ। ਤੇ ਪੜ੍ਹਿਆ ਹੋਇਆ, ਇੰਗਲਿਸ਼ ਬਹੁਤ ਜਾਣਦਾ, ਉਹਦੇ ਤਿੰਨ ਬੱਚੇ ਨੇ, ਤਿੰਨੇ ਟੀਚਰ ਨੇ ਸ਼ਮਲਾ ਜੀ ਦੇ, ਤੇ ਇੰਗਲਿਸ਼ ਜਾਣਦਾ, ਪਰ ਮੇਰਾ ਵੀ ਉਹਨੂੰ ਕਿਹਾ ਹੋਇਆ ਤੇ ਖੁਦ ਵੀ ਉਹਨੂੰ ਪਤਾ, ਸ਼ਬਦ ਉਹ ਪਾਉਂਦਾ ਉਹ, ਮੈਂ ਬੋਲਤਾ, ਹੁਣ ਆਪਾਂ ਗਾਣਾ ਗਾਇਆ, ਜਿਹੜਾ ਮੈਂ ਸ਼ਬਦ ਕਿਹਾ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਣਾ ਵੀ ਕੀ ਕਹਿੰਦਾ। ਜਿਹਦੇ ਵਿੱਚ ਅਸੀਂ ਇੱਕ ਸ਼ਬਦ ਇੰਗਲਿਸ਼ ਦਾ ਫਿੱਟ ਕਰ ਦਈਏ, ਇਹਦੇ ਵਿਚਾਲੇ ਹੋ ਜੂਗਾ, ਹੋ ਜੂਗਾ ਜੀ। ਪਰ ਜਿਹਨੂੰ ਉਹ ਸ਼ਬਦ ਦਾ ਨਹੀਂ ਪਤਾ ਵੀ ਇਹ ਕੀ ਕਹਿ ਗਿਆ, ਬੰਦਾ ਉੱਥੇ ਹੀ ਖੜ ਜੂ। ਮੈਂ ਸਾਰੇ ਗਾਣਾ ਗਾ ਦੂ, ਉਹਨੂੰ ਸਾਰੇ ਦਾ ਹੀ ਨਹੀਂ ਪਤਾ ਲੱਗਦਾ ਵੀ ਇਹਨੇ ਕੀ ਕਿਹਾ, ਉਹ ਤਾਂ ਉੱਥੇ ਹੀ ਖੜ ਗਿਆ ਵੀ ਆਹ ਕੀ ਕਹਿ ਗਿਆ। ਸ਼ਬਦ ਛੱਡਿਆ, ਸੁਣਨ ਵਾਲੇ ਨੂੰ ਸਮਝ ਲੱਗ ਗਿਆ ਵੀ ਆਹ ਕਿਹਾ, ਫਿਰ ਉਹਨੂੰ ਆਨੰਦ ਆਊ ਸੁਣਨ ਦਾ। ਸ਼ਬਦ ਦੀ ਚੀਜ਼ ਇਹ ਹੀ ਆ ਵੀ ਬੰਦੇ ਖੜੇ ਨੂੰ ਮੁਰਦੇ ਨੂੰ ਜਾਂਦਾ। ਹਾਂ ਇਹ ਹੈ ਜੀ, ਅਸੀਂ ਦੇਖੋ ਪਿੰਡ ਸੁਣਾਉਣੇ ਜ਼ਿਆਦਾਤਰ ਪਿੰਡਾਂ 'ਚ ਗਾਉਣ ਲੱਗਦੇ ਨੇ, ਸਾਡੇ ਵਿਆਹ ਨੇ ਚਾਹੇ ਖੰਡ ਪਾਠ ਨੇ ਚਾਹੇ ਨਗਰ ਕੀਰਤਨ ਨੇ, ਸਾਡੇ ਪਿੰਡਾਂ 'ਚ ਹਾਲੇ ਪੜ੍ਹਾਈ ਮੇਚਦੀ ਹੈ, ਹਾਲੇ ਵੀ ਮੇਚਦੀ ਹੈ। ਜੇ ਅਸੀਂ ਇੱਥੇ ਇੰਗਲਿਸ਼ ਦੇ ਸ਼ਬਦ ਪਾ ਪਾ ਕੇ ਜਾਵਾਂਗੇ, ਕਿਹਨੂੰ ਪਤਾ ਲੱਗਿਆ ਵੀ ਕੀ ਕਹਿ। ਕੁਛ ਨਹੀਂ, ਸਹੀ ਗੱਲ ਹੈ। ਹਾਂ ਇਹ ਹੈ, ਠੇਠ ਠੇਠ ਪੰਜਾਬੀ ਲਿਖਦਾ, ਡਲਿਆਂ ਵਾਂਗੂ ਮਾਰਦਾ ਸ਼ਬਦ, ਅਸੀਂ ਛੱਡ ਦਿੰਦੇ ਹਾਂ ਅਗਲੇ ਦੇ, ਲੱਗਦੇ ਨੇ ਪੜਾਕ ਪੜਾਕ ਜਾ ਕੇ। ਉਹ ਦਰਸ਼ਕ ਜੋੜਨੇ ਔਖਾ ਹੈ, ਇਹਦਾ ਬਹੁਤ ਔਖਾ ਹੀ ਔਖਾ ਹੈ। ਹਾਂ ਜੋੜ ਕੇ ਰੱਖਣਾ ਰੱਖਣਾ ਇਹ ਬੜਾ ਔਖਾ ਹੈ। ਜੁੜ ਕੇ ਕੇਰਨ ਤਾਂ ਤੁਹਾਡੇ ਪ੍ਰੋਗਰਾਮ 'ਚ ਬੰਦਾ ਆ ਕੇ ਬਹਿ ਜੂ, ਬਿਠਾ ਕੇ ਤਾਂ ਤੁਸੀਂ ਰੱਖਣਾ, ਉਹ ਤੁਹਾਡੇ 'ਚ ਕਲਾ ਕੀ ਬਿਠਾ ਲਓ, ਨਿਆਲਾ ਤੁਹਾਡੇ ਕੋਲ 5-7-10 ਮਿੰਟ ਬੈਠੂ ਅਲੱਗ, ਚਲੋ ਚੱਲੀਏ ਬਾਈ। ਠੰਡ ਦੇ ਵਿੱਚ ਲੂਈਆਂ ਦੇ ਵਿੱਚ ਤਾਲੀ ਮਰਵਾਉਣੀ ਬਹੁਤ ਔਖੀ ਹੈ। ਫਿਰ ਆਪਾਂ ਨੂੰ ਹੁਣ ਪ੍ਰੋਗਰਾਮ ਕਿੰਨੇ ਗਾਉਣ ਲੱਗ ਗਏ, ਪਹਿਲਾਂ ਨਾਲੇ ਤੁਸੀਂ ਦੱਸ ਰਹੇ ਤੇ ਜੀ ਆਫ ਕੈਮਰਾ ਵੀ 15 ਸਾਲ ਤੋਂ ਥੋੜਾ ਗੈਪ ਰਿਹਾ, ਫਿਰ ਸਟਾਰਟਿੰਗ ਕਿਵੇਂ ਕੀਤੀ ਹੈ ਜੀ? ਉਹ ਪਤਾ ਨਾ ਕੀ ਹੋਇਆ, ਜਦੋਂ ਅਸੀਂ ਗਾਉਣ ਲੱਗ ਗਏ, ਸਾਡੇ ਕੋਲ ਅਸੀਂ ਇੱਥੇ ਕੋਈ ਵੀ ਕੰਮ ਹੈ ਤੁਸੀਂ ਨਿਸ਼ਾਨੇ ਤੋਂ ਬਿਨਾਂ ਤੀਰ ਮਾਰਦੇ ਹਾਂ, ਜਦੋਂ ਉਹ ਲੱਗਦਾ ਨਹੀਂ ਹੁੰਦਾ, ਕੁਦਰਤੀ ਤਾਂ ਲੱਗੇ ਲੱਗੇ ਨਹੀਂ ਲੱਗਦਾ ਨਹੀਂ ਹੁੰਦਾ। ਅਸੀਂ ਅਸਲ ਵਿੱਚ ਜਿਹੜਾ ਗਾਉਣ ਸ਼ੁਰੂ ਕੀਤਾ ਉਹ ਇੱਦਾਂ ਹੋ ਗਿਆ, ਅਸੀਂ ਮੋਟਰ 'ਤੇ ਬੈਠੇ ਗਾਉਣ ਲੱਗ ਗਏ, ਮੇਲਿਆਂ 'ਤੇ ਜਾਣ ਲੱਗ ਗਏ, ਲੋਕ ਸਾਨੂੰ ਸਾਈਆਂ ਦੇਣ ਲੱਗ ਗਏ, ਅਸੀਂ ਨਾ ਤਾਂ ਕਿਸੇ ਉਸਤਾ ਜਦੋਂ ਉਸ ਟਾਈਮ ਜਦੋਂ ਅਸੀਂ ਸਿੱਖਿਆ ਨਾ, ਉਦੋਂ ਉਸਤਾਦ ਦੇ ਰਹਿਣਾ ਪੈਂਦਾ 1-2-4-5 ਸਾਲ, ਉਹਦੇ ਕੱਪੜੇ ਧੋਣੇ, ਉਹਦਾ ਬੈਗ ਚੱਕ ਕੇ ਲੈ ਕੇ ਜਾਣਾ, ਉਹਨੂੰ ਰੋਟੀ ਫੜਾਉਣੀ, ਉਹਨੂੰ ਚਾਹ ਫੜਾਉਣੀ, ਉਹਦੇ ਕੱਖ ਵੀ ਪਾਉਣੇ ਡੰਗਰਾਂ ਨੂੰ। 2-4 ਸਾਲ ਉਹ ਲਵਾਉਂਦਾ ਸੀ, ਫੇਸ ਕਿਤੇ ਜਾ ਕੇ ਥੋੜ੍ਹਾ ਥੋੜ੍ਹਾ ਸਾਨੂੰ ਸਿੱਖਿਆ ਆਉਂਦਾ ਸੀ। ਅਸੀਂ ਮੋਟਰ 'ਤੇ ਬੈਠੇ ਜੱਟਾਂ ਦੇ ਮੁੰਡੇ 'ਤੇ ਗਾਉਣ ਲੱਗ ਗਏ, ਸਾਈਆਂ ਆਉਣ ਲੱਗ ਗਈਆਂ, ਸਾਨੂੰ ਪਤਾ ਹੀ ਨਾ ਲੱਗਿਆ ਅਸੀਂ ਗਾਉਣ ਵਾਲੇ ਬਣ ਗਏ। ਜਦੋਂ ਅੱਗੇ ਗਾਉਣ ਵਾਲਿਆਂ ਨੂੰ ਸਾਈ ਦੇਣ ਘਰ ਆਉਂਦੇ ਸੀ, ਹੁਣ ਤਾਂ ਫੋਨ 'ਤੇ ਗੱਲ ਹੋ ਜਾਂਦੀ ਹੈ, ਉਹ ਘਰ ਆਉਂਦੇ ਸੀ, ਉਦੋਂ ਕਿੰਨੀ ਕਿੰਨੀ ਦੂਰੋਂ ਆਉਂਦੇ ਤੇ ਲੋਕ।
ਸਾਨੂੰ ਸਾਈ ਦੇਣ ਆ ਜਾ ਕਹਿੰਦਾ ਸੀ, ਕਹਿੰਦੇ ਅਸੀਂ ਤਾਂ ਜਾਂਦੇ ਨੀ, ਸਾਨੂੰ ਪਤਾ ਹੀ ਨੀ ਸੀ ਵੀ ਅਸੀਂ ਗਾਉਣ ਵਾਲੇ। ਇੰਨੇ ਸਾਲ ਸਾਡੇ ਸਿਲਸਿਲਾ 2 ਸਾਲ ਚੱਲਿਆ, ਸਾਨੂੰ ਸਾਈਆਂ ਨੂੰ ਹਟ ਗਿਆ ਜਦ ਅਸੀਂ ਜਵਾਬ ਦੇਣ ਲੱਗ ਗਏ। ਜੇ ਅਸੀਂ ਸਾਲ ਕੁ ਗੱਲੋਂ ਬੈਠੇ ਸੀਗੇ, ਆਪਾਂ ਤਾਂ ਕੰਮੇ ਗਲਤ ਕਰ ਲਿਆ। ਸਾਨੂੰ ਫੇਰ ਪਤਾ ਲੱਗਿਆ ਵੀ ਆਪਾਂ ਗਾਉਣ ਵਾਲੇ, ਹੋਰ ਫਿਰ ਸਾਨੂੰ ਦੁਬਾਰੇ ਉਹ ਜਗ੍ਹਾ ਤੇ ਆਉਣ ਨੂੰ 15 ਸਾਲ ਦੇ ਲਗਭਗ ਲੱਗੇ। ਤੂੰ ਦੁਬਾਰਾ ਸੰਘਰਸ਼ ਸ਼ੁਰੂ ਕੀਤਾ, ਮੰਨਿਆ ਨਾ ਲੋਕਾਂ ਨੇ, ਇਹਨੇ ਫਿਰ ਸਾਡੇ ਇੱਕ ਸਾਥੀ ਹਟ ਗਿਆ, ਨਵਾਂ ਲਿਆ, ਫਿਰ ਦੂਆ ਹਟ ਗਿਆ, ਫਿਰ ਤੀਆ ਲਿਆ, ਮਤਲਬ ਬਹੁਤ ਟਾਈਮ ਲੱਗ ਗਿਆ। ਅਸਲ ਵਿੱਚ ਤੁਸੀਂ ਕੋਈ ਵੀ ਕੰਮ ਕਰਦੇ ਹੋ, ਮੇਰੇ ਕਹਿਣ ਦਾ ਭਾਵ ਇਹ ਹੈ ਵੀ ਤੁਸੀਂ ਜੋ ਵੀ ਕੰਮ ਕਰ, ਤੁਸੀਂ ਹੁਣ ਇਹ ਕੰਮ ਕਰਦੇ ਹੋ ਆਪਣਾ ਇੰਟਰਵਿਊ ਵਗੈਰਾ ਕਰਦੇ ਹੋ, ਤੁਸੀਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਸਾਡਾ ਕੰਮ ਹੈ। ਜੇ ਤੁਸੀਂ ਉਹੀ ਕਿਹਾ ਵੀ ਸਾਡਾ ਸ਼ੌਂਕ ਹੈ, ਚੱਲ ਆਪਾਂ ਲਾ ਕੇ ਕਰ ਲਈਏ, ਪਾ ਤੀ ਸਾਡਾ ਮੜ ਜਾ ਚੱਲ ਗਿਆ, ਲੋਕਾਂ ਨੇ ਬੱਲੇ ਬੱਲੇ ਕਰਤੀ, ਉਹ ਇੱਕ ਵੱਖਰੀ ਗੱਲ ਹੈ। ਪਰ ਜੇ ਤੁਸੀਂ ਇਹਨੂੰ ਕੰਮ ਬਣਾ ਕੇ ਚੱਲੋਗੇ ਤਾਂ ਇਹ ਤੁਹਾਨੂੰ ਫਿਰ ਪਤਾ ਲੱਗੂ ਵੀ ਸਾਡਾ ਕੰਮ ਹੈ, ਵੀ ਤੁਸੀਂ ਇਹਨੂੰ ਤਰਜੀਹ ਦੇਵੋਗੇ, ਵਕਤ ਦੇਵੋਗੇ। ਤੁਹਾਨੂੰ ਇੱਕ ਦਿਨ ਲੰਘਦਾ ਯਾਰ, ਅੱਜ ਆਪਣਾ ਦਿਨ ਲੰਘ ਗਿਆ, ਅੱਜ ਆਪਾਂ ਤਾਂ ਕੁਛ ਪਿਆ ਨਹੀਂ। ਫਿਰ ਇੱਦਾਂ ਸੀ ਸਾਡੇ ਗਾਉਣ ਨਾਲ ਵੀ ਇਹੀ ਬਣੀ। ਉਦੋਂ ਬਾਅਦ ਮੈਨੂੰ 6 ਸ਼ਾਮਲਾ ਜੀ ਮਿਲੇ। ਅਸਲ ਵਿੱਚ ਮੇਰਾ ਪਹਿਲਾਂ ਤੋਂ ਵਿਚਾਰ ਇਹ ਹੁੰਦਾ ਵੀ ਸਿੱਖ ਇਤਿਹਾਸ ਨਾਲ ਨਾ ਮੈਂ ਕੁਛ ਸਾਡੇ ਸਮਾਜ ਦੀਆਂ ਚੀਜ਼ਾਂ ਦੇਵਾਂ, ਜਿਵੇਂ ਸਾਡੇ ਜ਼ਿਮੀਂਦਾਰ ਨਾਲ, ਜਾਂ ਚਾਹੇ ਸਿੱਖ ਇਤਿਹਾਸ ਨਾਲ ਲੱਗ, ਕੋਈ ਵੱਖਰਾ ਵੀ ਦਈਏ ਸਾਡੇ ਸਮਾਜ। ਅੱਗੇ ਸਾਡੇ ਕੋਲ ਗਾਣੇ ਉਦੋਂ ਵੀ ਹੁੰਦੇ, ਉਦੋਂ ਹੁੰਦੇ ਉਹ ਇੱਕ ਗਾਣਾ ਜਿਹਾ ਸਾਡੇ ਕੋਲ, ਠੀਕ ਆ, ਉਹ ਦੇਸੀ ਜੇ ਗਾਣੇ ਹੁੰਦੇ ਉਦੋਂ ਜ਼ਿਆਦਾ, ਕਵੀ ਸੀਰੀਜ਼, ਉਹ ਆਪਦੇ ਘਰ ਵਾਲੇ ਨੂੰ ਜੱਤੀ ਕਹਿੰਦੇ ਲੈ ਦੇ ਨਵਾਂ ਟਰੈਕਟਰ ਜੇ ਘਰ ਮੈਨੂੰ ਰੱਖਣਾ ਵੇ, ਉਹ ਕਹਿੰਦੇ 2 ਸਾਲ ਤਾਂ ਟਰੈਕਟਰ ਲਿਆ ਦੂੰ ਭਰੀਏ ਨੀ। ਤੇ ਇਹ ਚੀਜ਼ਾਂ ਮੈਂ ਉਦੋਂ ਵੀ ਹੈ ਤਾਂ ਸਾਡੇ ਸਮਾਜ ਦਾ ਇੱਕ ਹਿੱਸਾ, ਚਾਹੁੰਦੇ ਹੁੰਦੇ ਸੀ, ਦਿੰਦੇ ਰਹੇ, ਬਸ ਏਦਾਂ ਚੱਲਦੀ ਰਹੀ ਜ਼ਿੰਦਗੀ। ਹੁਣ ਚਲੋ ਕੁਦਰਤ ਨੇ 60-65 ਸਾਲ ਦੀ ਉਮਰ ਚ ਆ ਕੇ ਬਸ ਸਰੋਤਿਆਂ ਨੇ ਮੰਨ ਲਿਆ, ਸੁਣਨ ਵਾਲਿਆਂ ਨੇ ਵਧੀਆ ਕਹਿਤਾ, ਤੇ ਆਪਾਂ ਦੇਖਦੇ ਕਿੰਨਾ ਚਿਰ ਦਿੰਦਾ ਵਕਤ ਹੋਣਾ ਕਲਾ। ਨਹੀਂ ਨਹੀਂ ਚਲੋ ਹਾਂ, ਚਲੋ ਹੁਣ ਆਪਾਂ ਹੀ ਲੈਣੇ ਆ ਸਮਾਪਤੀ ਜੀ, ਤੇ ਹੁਣ ਲਾਸਟ ਦੇ ਵਿੱਚ ਸੁਣਾ ਦਿਓ ਕੁਛ ਵੀ ਜੀ, ਲਾਸਟ ਦੇ ਵਿੱਚ। ਹਾਂਜੀ, ਲਾਸਟ ਦੇ ਵਿੱਚ ਪਤਾ ਨਾ ਕਿ ਸਾਡੇ ਕੋਲ ਇਤਿਹਾਸ ਵਗੈਰਾ ਬੜਾ ਕੁਛ ਹੁੰਦਾ, ਤੇ ਹੁਣ ਮੈਂ ਆਪਾਂ ਚਲੋ ਆਏ ਸਾਈਡ ਤੇ ਬੈਠੇ ਆਪਾਂ ਇੱਥੇ, ਜਿਵੇਂ ਉਹ ਸਾਡੇ ਗਾਣੇ ਚੱਲਦੇ ਰਹਿੰਦੇ ਨੇ ਸਮਾਜਿਕ, ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਆਪਣਾ ਸਿਰਜਾ ਸਿੱਟੀ ਬੈਠਾ, ਉਹਨੂੰ ਉਹਦਾ ਬਾਪ ਆ ਕੇ, ਬਾਬਾ ਕਹਿੰਦਾ ਕੀ ਗੱਲ ਪੁੱਤਰ ਐਂ ਬੈਠਾ ਸੁਸਤ ਜਿਹਾ, ਕਹਿੰਦਾ ਬਾਪੂ ਕੀ ਦੱਸਾਂ ਹਾਲਤ ਮਾੜੀ ਨੇ, ਕਹਿੰਦਾ ਕੀ ਹੋ ਗਿਆ, ਕਹਿੰਦਾ ਮੈਂ ਤਾਂ ਮੈਨੂੰ ਤਾਂ ਨਜਾਇਜ਼ ਹੋਣ ਲੱਗ ਗਿਆ ਨਾ, ਕੀ ਕਹਿੰਦਾ ਇਹ ਹੋਣ ਲੱਗ ਗਈ, ਕਹਿੰਦਾ ਵੀ ਹੁਣ ਜੇ ਤਾਂ ਮੈਂ ਮੇਰੀ ਮਾਂ ਕੋਲ ਬਹਿ ਜਾਂਦਾ ਫਿਰ ਤਾਂ ਮੇਰੇ ਘਰ ਵਾਲੀ ਬਹੁਤ ਔਖੀ ਔਖੀ ਝਾਕਦੀ ਹੈ ਵੀ ਇਹ ਤਾਂ ਮਾਂ ਦੀ ਗੋਦੀ ਚੋਂ ਨਹੀਂ ਨਿਕਲਦਾ, ਉਹ ਮੇਰੇ ਨਾਲ ਬੜਾ ਲੜਦੀ ਹੈ। ਜੇ ਕਹਿੰਦਾ ਮੈਂ ਬਿੰਦਕ ਘਰ ਵਾਲੀ ਕੋਲੇ ਬਹਿ ਜਾਂਦਾ, ਕਹਿੰਦਾ ਫਿਰ ਮਾਂ ਕਰੀ ਜਾਂਦੇ, ਹੁਣ ਇਹਦੀ ਕੁੱਛੜ ਜੋ ਨਹੀਂ ਨਿਕਲਦਾ, ਇਹ ਮੈਨੂੰ ਤਾਂ ਪੁੱਛਦਾ ਹੀ ਨਹੀਂ, ਕਹਿੰਦਾ ਮੈਨੂੰ ਤਾਂ ਬੜਾ ਤੰਗ ਹੈ। ਉਹ ਕਹਿੰਦਾ ਕੋਈ ਨੀ ਤੂੰ ਚਿੰਤਾ ਨਾ ਕਰ, ਇਹ ਤਾਂ ਇੱਕ ਨੇ ਚੱਲਦਾ ਰਹਿੰਦਾ, ਸਾਡੇ ਨਾਲ ਵੀ ਤੇਰਾ ਵੀ ਲੰਘ ਜਾਣਾ, ਬੇਫਿਕਰ ਰਹਿ। ਮਤਲਬ ਇੱਥੇ ਉਹਨਾਂ ਨੇ ਇੱਕ ਸ਼ਮਲਾ ਜੀ ਨੇ ਲਿਖਿਆ ਸੀ, ਇੱਕ ਪਾਸੇ ਤੇਰੀ ਮੰਮੀ ਦੂਜੇ ਪਾਸੇ ਘਰ ਵਾਲੀ, ਇੱਕ ਪਾਸੇ ਤੇਰੀ ਮੰਮੀ ਦੂਜੇ ਪਾਸੇ ਘਰ ਵਾਲੀ, ਫਸ ਗਿਆ ਤੂੰ ਵਿਚਾਲੇ ਹੁੰਦੀ ਖਿੱਚ ਤੂੰ ਵਾਲੀ,
ਫਸ ਗਿਆ ਤੂੰ ਵਿਚਾਲੇ ਹੁੰਦੀ ਖਿੱਚ ਤੂੰ ਐ ਵਾਲੀ ਐਨਾ ਕਰਦੀਆਂ ਤੰਗ ਐਨਾ ਕਰਦੀਆਂ ਤੰਗ ਰੋਟੀ ਛੁੱਟ ਜਾਂਦੀ ਐ ਜੇ ਮੈਂ ਮੰਮੀ ਨੂੰ ਮਨਾਲਾ ਵਹੁਟੀ ਰੁੱਸ ਜਾਂਦੀ ਐ ਜੇ ਮੈਂ ਵਹੁਟੀ ਨੂੰ ਮਨਾਲਾ ਮੰਮੀ ਰੁੱਸ ਜਾਂਦੀ ਐ ਇੱਟ ਘੜੇ ਵਾਲਾ ਵੈਰ ਇਹ ਤਾਂ ਫਿਰਦੀ ਆ ਪਾਈ ਕਿਹਨੂੰ ਕਿਵੇਂ ਸਮਝਾਵਾਂ ਆਉਂਦੀ ਸਮਝ ਨਰਾਈ ਆਉਂਦੀ ਸਮਝ ਨਰਾਈ ਇੱਥੇ ਆ ਕੇ ਸਦਾ ਗੱਲ ਵਾਤ ਟੁੱਟ ਜਾਂਦੀ ਐ ਜੇ ਮੈਂ ਮੰਮੀ ਨੂੰ ਮਨਾਲਾ ਵਹੁਟੀ ਰੁੱਸ ਜਾਂਦੀ ਐ ਹੁੰਦਾ ਸੌਣ ਦਾ ਵਕਤ ਫੇਰ ਵਹੁਟੀ ਛੇੜ ਪੈਂਦੀ ਕਹਿੰਦੀ ਮੰਨਦਾ ਨੀ ਮੇਰੀ ਮੈਨੂੰ ਹੌਂਕ ਲੈ ਲੈ ਕਹਿੰਦੀ ਕਹਿੰਦੀ ਮੰਨਦਾ ਨੀ ਮੇਰੀ ਉਹ ਤਾਂ ਹੌਂਕ ਲੈ ਲੈ ਕਹਿੰਦੀ ਮੈਂ ਤਾਂ ਦੜ ਵੱਟ ਸੌ ਜਾ ਮੈਂ ਤਾਂ ਪਾਸਾ ਲੈ ਕੇ ਸੌ ਜਾ ਰਾਤ ਮੁੱਕ ਜਾਂਦੀ ਐ ਜੇ ਮੈਂ ਮੰਮੀ ਨੂੰ ਮਨਾਲਾ ਵਹੁਟੀ ਰੁੱਸ ਜਾਂਦੀ ਐ ਜੇ ਮੈਂ ਵਹੁਟੀ ਨੂੰ ਮਨਾਲਾ ਬੇਬੇ ਰੁੱਸ ਜਾਂਦੀ ਐ ਇਸ ਮਸਲੇ ਦਾ ਹੱਲ ਕਸ਼ਮੀਰ ਤੋਂ ਵੀ ਔਖਾ ਪਰ ਦੇਖਣੇ ਨੂੰ ਲੱਗੇ ਇਹ ਤਾਂ ਸ਼ਮਲੇ ਆ ਸੌਖਾ ਪਰ ਦੇਖਣੇ ਨੂੰ ਲੱਗੇ ਇਹ ਤਾਂ ਸ਼ਮਲੇ ਆ ਸੌਖਾ ਪਰ ਦੇਖਣੇ ਨੂੰ ਲੱਗੇ ਇਹ ਤਾਂ ਸ਼ਮਲੇ ਆ ਸੌਖਾ ਪਤਾ ਲੱਗਦਾ ਨੀ ਕਦੋਂ ਪਤਾ ਲੱਗਦਾ ਨੀ ਕਿਹੜੀ ਫੱਫੇ ਕੁੱਟ ਜਾਂਦੀ ਐ ਜੇ ਮੈਂ ਵਹੁਟੀ ਨੂੰ ਮਨਾਲਾ ਬੇਬੇ ਰੁੱਸ ਜਾਂਦੀ ਐ ਜੇ ਮੈਂ ਬੇਬੇ ਨੂੰ ਮਨਾਉਣਾ ਵਹੁਟੀ ਰੁੱਸ ਜਾਂਦੀ ਐ ਤੁਹਾਡੇ ਵਰਗਾ ਇੱਕ ਬੱਚਾ ਆ ਗਿਆ ਉਹ ਕਹਿੰਦਾ ਬਾਪੂ ਉਹ ਸੁਣਾ ਦਿਓ ਮੰਮੀ ਨੂੰ ਮਨਾਲਾ ਵਹੁਟੀ ਰੁੱਸ ਜਾਂਦੀ ਮੈਂ ਕਿਹਾ ਕੀ ਜ਼ਰੂਰੀ ਹੈ ਕਹਿੰਦਾ ਜ਼ਰੂਰੀ ਹੈ ਮੈਂ ਕਿਹਾ ਕੀ ਗੱਲ ਕਹਿੰਦਾ ਕਦੇ ਕਦੇ ਮੇਰੀ ਮੰਮੀ ਔਰ ਮੇਰੀ ਵਹੁਟੀ ਵੀ ਲੜ ਪੈਂਦੀਆਂ ਨੇ ਮੈਂ ਕਿਹਾ ਫੇਰ ਕਹਿੰਦਾ ਮੈਂ ਤੁਹਾਡਾ ਜਿਹੜਾ ਗਾਣਾ ਲਾ ਕੇ ਬਾਹਰ ਨਿਕਲੀ ਜਾਂਦਾ ਕਹਿੰਦਾ ਮੇਰੇ ਆਉਂਦੇ ਨੂੰ ਹਟ ਜਾਂਦੀਆਂ ਨੇ ਚਲੋ ਜੀ ਗਾਣੇ ਲੜਾਈਆਂ ਝਗੜੇ ਸਾਰੇ ਖਤਮ ਨਹੀਂ ਚੱਲਦੇ ਰਹਿੰਦੇ ਜ਼ਿੰਦਗੀ ਦਾ ਸਫ਼ਰ ਹੈ ਸਾਰਾ ਕੁਛ ਹੁੰਦਾ ਰਹਿੰਦਾ ਚਲੋ ਠੀਕ ਹੈ ਜੀ ਫਿਰ ਆਪਾਂ ਲੈਣੇ ਆ ਬਿਲਕੁਲ ਕਰਦੇ ਸਮਾਪਤ ਬਿਲਕੁਲ ਬਿਲਕੁਲ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਪੌਡਕਾਸਟ ਨੂੰ ਪੂਰੀ ਸੁਣਿਓ ਧੰਨਵਾਦ ਜੀ ਓਕੇ